ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਸਤ ਸੰਗਤ ਜੀ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜੀ ਰਾਹ ਵਿੱਚ ਹੀ ਬਾ ਲਈਏ ਸੰਗਤ, ਆ ਰਸਤੇ ਚ ਹੀ ਬਾ ਲਓ, ਬਸ ਜਿੱਥੇ ਜਿੱਥੇ ਕੋਈ ਖੜਾ ਇੱਥੇ ਹੀ ਬਿਠਾ ਦਿਓ, ਭੈਣਾਂ ਨੂੰ ਭੈਣਾਂ ਵਾਲੇ ਪਾਸੇ, ਸਿੰਘਾਂ ਨੂੰ ਸਿੰਘਾਂ ਵਾਲੇ ਪਾਸੇ, ਪਿੱਛੇ ਪਿੱਛੇ ਨੂੰ ਹੋ ਕੇ ਭਾਈ ਖੁੱਲੇ ਖੁੱਲੇ ਬੈਠੋ। ਜਿੰਨੀ ਕੁ ਜਗ੍ਹਾ ਸੀ ਅਖੀਰ ਤੱਕ ਸੰਗਤ ਜਿਹੜੀ ਹੈ ਉਹ ਬੈਠੀ ਹੈ, ਤਾਂ ਕਰਕੇ ਜਿੱਥੇ ਇੱਕ ਜਗ੍ਹਾ ਮਿਲੇ ਬਸ ਹੁਣ ਬਹਿ ਜਾਈਏ, ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਨਾ। ਇਕੱਠ ਜਦੋਂ ਜ਼ਿਆਦਾ ਹੁੰਦਾ ਨਾ ਫਿਰ ਇਕਾਗਰਤਾ ਬਣਾਉਣੀ ਬੜੀ ਔਖੀ ਹੋ ਜਾਂਦੀ। ਤੁਹਾਡੇ ਪ੍ਰੇਮ ਨੂੰ ਵੇਖ ਕੇ, ਸੁਣਨ ਦੇ ਉਤਸ਼ਾਹ ਨੂੰ ਵੇਖ ਕੇ ਅੰਦਰ ਚਾਅ ਚੜ੍ਹਦਾ ਹੈ ਕਿ ਅੱਜ ਕੱਲ੍ਹ ਇੰਟਰਨੈਟ ਦਾ ਸਾਧਨ ਹੈ, ਆਹੀ ਦੀਵਾਨ ਜਦੋਂ ਯੂਟਿਊਬ ਤੇ ਚੱਲਦਾ ਹੁੰਦਾ ਤੇ ਟੀਵੀ ਦੀ ਸਕਰੀਨ ਤੇ ਵੀ ਲਾ ਲੈਂਦੇ ਨੇ, ਕਈ ਫੋਨ ਤੇ ਵੀ ਲਾ ਲੈਂਦੇ, ਆਪਣੇ ਬੈੱਡ ਤੇ ਆਪਣੇ ਘਰ ਚ ਆਪਣੇ ਰਜਾਈ ਚ ਬਹਿ ਕੇ ਵੀ ਬੰਦਾ ਸੁਣ ਸਕਦਾ, ਪਰ ਫਿਰ ਵੀ ਆਪਣੇ ਅੰਦਰ ਉਤਸ਼ਾਹ ਪਿਆਰ ਲੈ ਕੇ ਆਉਣਾ ਤੇ ਫਿਰ ਬਹਿਣਾ। ਕਈ ਵਾਰੀ ਧੱਕੇ ਵੀ ਵੱਜਦੇ ਆ ਸੰਗਤ ਵਿੱਚ, ਕਈ ਵਾਰੀ ਫੋਨ ਵੀ ਕੱਢੇ ਜਾਂਦੇ ਆ, ਕੋਈ ਪਰਸ ਕੱਢ ਕੇ ਲੈ ਜਾਂਦਾ, ਜੁੱਤੀਆਂ ਹੀ ਨਹੀਂ ਲੱਭਦੀਆਂ, ਕਈ ਵਾਰੀ ਨਿਆਣੇ ਗਵਾਚ ਜਾਂਦੇ ਆ, ਏਦਾਂ ਵੀ ਹੋ ਜਾਂਦਾ, ਪਰ ਫਿਰ ਵੀ ਅੰਦਰ ਪਿਆਰ ਉਤਸ਼ਾਹ ਲੈ ਰੱਖਣਾ ਬੜੀ ਵੱਡੀ ਗੱਲ। ਔਰ ਅੱਜ ਦੇ ਜ਼ਮਾਨੇ ਵਿੱਚ ਜਦੋਂ ਸਾਰੇ ਕਹਿੰਦੇ ਆ ਵੀ ਲੋਕੀ ਜੁੜਦੇ ਨਹੀਂ ਜੀ, ਲੋਕੀ ਇਸ ਪਾਸੇ ਤੁਰਦੇ ਨਹੀਂ ਜੀ, ਅੱਜ ਦੇ ਸਮੇਂ ਵਿੱਚ ਇੰਨੇ ਵੱਡੇ ਉਤਸ਼ਾਹ ਨਾਲ ਆਉਣਾ, ਔਰ ਬਈ ਸੇਵਾ ਸਿੰਘਾਂ ਨੂੰ ਬੇਨਤੀ ਬਸ ਕੋਈ ਨਹੀਂ ਹੁਣ ਨਾ ਬਿਠਾ ਦਿਓ, ਤੁਸੀਂ ਵੀ ਬਹਿ ਜਾਓ ਸੰਗਤ ਬਾਅਦ, ਹੁਣ ਨਹੀਂ ਬਿਠਾ, ਆਹ ਜਗ੍ਹਾ ਬਥੇਰੀ ਅੰਮ੍ਰਿਤ ਛੱਕ ਕੇ ਆਉਣਗੇ ਜਿਹੜੇ, ਇੰਨੀ ਜਗ੍ਹਾ ਹੀ ਵਾਧੂ। ਬਸ ਜਿਹੜੇ ਸਵੀਰ ਭਰਾ ਪਹਿਰੇਦਾਰ ਪਿੱਛੇ ਸਾਰੇ, ਬਸ ਕਿਰਪਾ ਕਰਕੇ ਜਿੱਥੇ ਜਿੱਥੇ ਖੜੇ ਹੋ ਬਹਿ ਜਾਈਏ ਹੁਣ ਆਪਾਂ, ਕਿਉਂਕਿ ਸਮਾਂ ਥੋੜ੍ਹਾ ਹੁੰਦਾ ਹੈ, ਇਤਿਹਾਸ ਦੀ ਗੱਲ ਵੀ ਕਰਨੀ ਹੁੰਦੀ ਹੈ, ਜੀ ਕਰਦਾ ਹੁੰਦਾ ਵਿੱਚ ਦੋ ਤਿੰਨ ਕਵਿਤਾ ਵੀ ਪੜ੍ਹੀ ਉਹ ਵੀ ਵਧੀਆ ਲੱਗਦੀਆਂ ਹੁੰਦੀਆਂ, ਫਿਰ ਕਈ ਕੁਝ ਰਹਿ ਜਾਂਦਾ, ਰਹਿ ਤੇ ਜਾਣਾ ਹੀ ਹੈ। ਮੈਂ ਪੱਖੋਵਾਲ ਦੇ ਅੱਜ ਜਦੋਂ ਦੀਵਾਨ ਚ ਆ ਰਿਹਾ ਸੀ ਤੇ ਮੈਂ ਕੱਲ੍ਹ ਵੀ ਗੱਲ ਕੀਤੀ, ਅੱਜ ਵੀ ਮੈਂ ਕਰਦਾ ਸੀ ਵੀ ਇੱਥੇ ਦੀਵਾਨ ਕਈ ਜਗ੍ਹਾ ਹੁੰਦਾ ਵੀ ਪੂਰੇ ਹੀ ਕਰੀਦੇ ਹੈ, ਪਰ ਕਈ ਜਗ੍ਹਾ ਚਾਅ ਨਾਲ ਜਾਈਦਾ, ਤੇ ਇੱਥੇ ਦੀਵਾਨ ਅੱਜ ਤੀਜਾ ਸਮਾਪਤੀ ਹੋ ਜਾਣੀ ਹੈ, ਪਰ ਇੱਥੇ ਇੱਦਾਂ ਲੱਗਦਾ ਵੀ 5-7 ਦਿਨ ਚੱਲਣਾ ਚਾਹੀਦਾ ਪ੍ਰੋਗਰਾਮ। ਸਤਿ ਸ੍ਰੀ ਅਕਾਲ। ਮਜਬੂਰੀ ਹੋ ਜਾਂਦੀ ਹੈ ਜੀ, ਕਈ ਵਾਰੀ ਮਜਬੂਰੀ ਹੋ ਜਾਂਦੀ ਸਾਡੀ। ਕੱਲ੍ਹ ਅਸੀਂ 12-13 ਘੰਟੇ ਸਫ਼ਰ ਕਰਕੇ MP ਵਿੱਚ ਜਾਣਾ, ਗਵਾਲੀਅਰ ਦੇ ਇਲਾਕੇ 'ਚ ਦੀਵਾਨ ਨੇ, ਮੈਨੂੰ ਤਾਂ ਕਰਕੇ ਮਜਬੂਰੀ ਹੁੰਦੀ ਹੈ, ਸਾਰੇ ਪਾਸੇ ਜਾਣਾ ਪੈਂਦਾ, ਪਰ ਜਿੱਦਾਂ ਮਨ ਲੱਗਿਆ ਹੁੰਦਾ ਰਾਹ ਪੈਰੀ ਲੱਗ ਜਾਂਦਾ, ਪੱਕਾ ਟਾਈਮ ਪਤਾ ਲੱਗ ਜਾਂਦਾ, ਇੰਨਾ ਟਾਈਮ ਜਾਣ 'ਤੇ ਲੱਗਦਾ, ਇੰਨਾ ਆਉਣ 'ਤੇ ਲੱਗਦਾ, ਜਦੋਂ ਕੁ ਤੱਕ ਉਹ ਆਨੰਦ ਜਿਹਾ ਬਣਦਾ ਉਹਨਾਂ ਨੂੰ ਦੀਵਾਨ ਮੁੱਕ ਜਾਂਦੇ ਆ। ਤੇ ਦਿਨ ਦੇ ਦੀਵਾਨ ਦੀ ਪ੍ਰੋਬਲਮ ਇਹ ਹੈ ਵੀ ਇਹਦੇ 'ਚ 2.5 ਘੰਟੇ ਤੋਂ ਵੱਧ ਨਹੀਂ ਲਾ ਸਕਦਾ, ਰਾਤ ਦੇ ਦੀਵਾਨਾਂ 'ਚ ਭਾਵੇਂ 3 ਵੀ ਹੋ ਜਾਣ, 3:30-4 ਤੱਕ ਵੀ ਚਲੇ ਜਾਈਦਾ, ਕੋਈ ਫਰਕ ਨਹੀਂ ਪੈਂਦਾ ਰਾਤ ਨੂੰ, ਫਿਰ ਇੱਥੇ ਦਿਨੇ ਕੰਮਾਂ ਕਾਰਾਂ ਵਾਲੇ ਹੁੰਦੇ ਆ, ਸਾਰੇ ਸਾਰਿਆਂ ਨੂੰ ਕਾਹਲ ਵੀ ਹੁੰਦੀ ਹੈ, ਤਾਂ ਕਰਕੇ ਥੋੜ੍ਹੀ ਜਿਹੀ ਮੁਸ਼ਕਲ ਆਉਂਦੀ ਹੈ। ਹਾਂਜੀ, ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜਿਹੜੀਆਂ ਭੈਣਾਂ ਅੱਗੇ ਨੂੰ ਆਉਣ, ਉੱਥੇ ਹੀ ਭਾਈ ਚੱਲੋ, ਪਹਿਰੇਦਾਰੋ ਸਿੰਘੋ ਜਰਾ ਕਾ ਭੈਣਾਂ ਨੂੰ ਉੱਥੇ ਪਿੱਛੇ ਹੀ ਭਾਈ ਚੱਲਿਆ ਕਰੋ, ਬਸ ਹੁਣ ਨਾ ਹਿਲ ਜੁਲ ਹੋਵੇ। ਹਾਂਜੀ, ਅੱਜ ਇੱਕ ਗੱਲ ਤੁਸੀਂ ਨੋਟ ਕਰਿਓ, ਆ ਵੀ ਉਤਸ਼ਾਹ ਇੱਕ ਹੋਰ ਵੀ ਮੈਂ ਦੋ, ਇੱਕ ਤੇ ਥੱਲੇ ਤੁਹਾਡੇ ਚੁਭਦੀ ਬੜੀ ਜਗ੍ਹਾ, ਉੱਚੀ ਨੀਵੀਂ ਜਗ੍ਹਾ ਹੈ, ਕਈ ਰੋੜੇ ਰਾੜੇ ਵੀ ਵਿੱਚ ਹੈ ਨੇ, ਕਿਉਂਕਿ ਮੈਂ ਤੁਰ ਕੇ ਉਹਨਾਂ, ਮੈਨੂੰ ਪਤਾ ਹੈ ਰੋੜੇ ਰਾੜੇ ਜੇ ਵੀ ਚੁਭਦੇ ਆ, ਇਹਦੀ ਵੀ ਮਾਫੀ ਮੰਗਦਾ ਮੈਂ ਵੀ ਅੱਗੇ ਤੋਂ, ਜੇ ਪ੍ਰਬੰਧਕਾਂ ਨੂੰ ਬੇਨਤੀ ਹੈ ਵੀ ਐਂ ਚੰਗੀ ਤਰ੍ਹਾਂ ਨਾਲ ਇਹਨੂੰ ਸੁਹਾਗਾ ਸੁਹੂਗਾ ਮਾਰ ਕੇ, ਇੱਦਾਂ ਨਾ ਹੋਵੇ ਉੱਚੀ ਨੀਵੀਂ ਨਾ ਹੋਵੇ, ਬਹਿਣ ਚੌਖਾ ਲੱਗਦਾ, ਇੱਕ ਤੇ ਇਸ ਗੱਲ ਦੀ ਮਾਫੀ ਮੰਗਦਾ, ਦੂਜੀ ਇਸ ਗੱਲ ਦੀ ਬਈ ਪ੍ਰਸ਼ਾਸਨ ਵੱਲੋਂ ਕਈ ਵਾਰੀ ਥੋੜ੍ਹੀ ਬਹੁਤ ਸਖਤਾਈ ਕੀਤੀ ਜਾਂਦੀ ਹੈ, ਉਹਦੇ ਵਿੱਚ ਸਾਡਾ ਹੱਥ ਨਹੀਂ ਭਾਈ ਹੁੰਦਾ ਕੋਈ, ਇੰਨਾ ਜ਼ਰੂਰ ਹੁੰਦਾ ਵੀ ਇੱਥੇ ਦੀਵਾਨ ਲੱਗਣੇ ਹੈ, ਪ੍ਰਬੰਧਕ ਵੀਰ ਪ੍ਰਸ਼ਾਸਨ ਨੂੰ ਜਾ ਕੇ ਮੰਗ ਪੱਤਰ ਦਿੰਦੇ ਆ ਵੀ ਕੋਈ ਰੌਲਾ ਨਾ ਪਵੇ, ਕੋਈ ਸ਼ਰਾਰਤੀ ਬੰਦੇ ਨਾ ਆ ਜਾਣ, ਇਹ ਫਿਰ ਆਪਣਾ ਪ੍ਰਬੰਧ ਜਿਹੜੇ ਨੇ ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ। ਕਈ ਵਾਰੀ
ਆਉਣ ਲੱਗਿਆਂ ਨੂੰ ਜਾਂ ਮੱਥਾ ਟੇਕਣ ਲੱਗਿਆਂ ਨੂੰ ਜਾਂ ਉਹ ਕਈ ਵਾਰੀ ਕਹਿੰਦੇ ਨੇ ਵੀ ਇਹਦੇ ਵਿੱਚੋਂ ਲੰਘੋ ਇਦਾਂ ਦਿੱਕਤ ਕਈ ਵਾਰੀ ਆ ਜਾਂਦੀ ਹੈ ਇਹਦੇ ਵਿੱਚ ਜੇ ਕਿਸੇ ਵੀਰ ਭਰਾ ਭੈਣਾਂ ਨੂੰ ਪਰੇਸ਼ਾਨੀ ਆਈ ਹੋਵੇ ਉਹਦੇ ਲਈ ਵੀ ਮੈਂ ਸ਼ੁਰੂ ਵਿੱਚ ਹੀ ਸਟੇਜ ਤੋਂ ਮਾਫੀ ਮੰਗਦਾ ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੋਵੇ ਇਹ ਤੇ ਕਦੇ ਲੋੜ ਹੀ ਨਹੀਂ ਸੀ ਪੈਂਦੀ ਸਾਡੇ ਦੀਵਾਨ ਵਿੱਚ ਮੈਂ ਪਹਿਲੀ ਵਾਰ ਜਦੋਂ ਆਇਆ ਸੀ ਤੁਹਾਡੇ ਪੱਖੋ ਵਾਲ ਮੇਰੇ ਨਾਲ ਇੱਕ ਰਾਈਫਲ ਵਾਲਾ ਬੰਦਾ ਸੀ ਕਿਤੇ 15 ਸਾਲ ਮੈਂ ਕਦੇ ਹਥਿਆਰ ਨਹੀਂ ਰੱਖਿਆ ਐਦਾਂ ਹੀ ਅਸੀਂ ਦੀਵਾਨ ਲਾਏ ਕਦੇ ਲੋੜ ਹੀ ਨਹੀਂ ਸੀ ਪੈਂਦੀ ਹੁਣ ਤੇ ਸਾਡੀ ਇਹ ਮਜਬੂਰੀ ਬਣ ਗਈ ਇਸ ਕਰਕੇ ਭਾਈ ਥੋੜਾ ਬਹੁਤ ਸਾਨੂੰ ਪ੍ਰਬੰਧ ਰੱਖਣਾ ਪੈਂਦਾ ਹੈ ਨਾਲੇ ਸਾਡੇ ਹਥਿਆਰ ਕਿਸੇ ਨੂੰ ਡਰਾਉਣ ਜਾਂ ਧਮਕਾਉਣ ਵਾਸਤੇ ਨਹੀਂ ਮੈਂ ਸ਼ਰਿਆਂ ਇਹ ਗੱਲ ਕਹਿ ਸਕਦਾ ਵੀ ਅਸੀਂ ਕਿਸੇ ਜਥੇਬੰਦੀ ਨਾਲ ਹਥਿਆਰਾਂ ਦੀ ਲੜਾਈ ਨਹੀਂ ਲੜ ਸਕਦੇ ਸਾਡੇ ਹਥਿਆਰ ਕਿਸੇ ਨੂੰ ਡਰਾਉਣ ਨੂੰ ਨਹੀਂ ਆਪਣਾ ਬਚਾਅ ਕਰਨ ਵਾਸਤੇ ਆ ਜਿਹੜੇ ਮੇਰੇ ਵੀਰ ਭਰਾ ਮੇਰੇ ਨਾਲ ਨੇ ਇਹਨਾਂ ਦੀ ਜ਼ਿੰਮੇਵਾਰੀ ਵੀ ਮੇਰੀ ਹੈ ਤੇ ਕੋਈ ਕਿਤੇ 19-21 ਹੋ ਜਾਂਦੀ ਹੈ ਫਿਰ ਮੁੜ ਕੇ ਅਗਲਾ ਕਹਿੰਦਾ ਜੀ ਤੁਹਾਡੇ ਨਾਲ ਪੁੱਤ ਛੱਡਿਆ ਸੀ ਗਿਆ ਕਿੱਧਰ ਨੂੰ ਇਸ ਕਰਕੇ ਮਜਬੂਰੀ ਬਸ ਅਸੀਂ ਆਪਣੇ ਬਚਾਅ ਲਈ ਢਾਲ ਇੱਕ ਹੁੰਦਾ ਢਾਲ ਵਾਂਗੂ ਸਾਨੂੰ ਇਹ ਨਾਲ ਰੱਖਣਾ ਪੈਂਦਾ ਸੋ ਜੇ ਕਿਸੇ ਨੂੰ ਕੋਈ ਦਿੱਕਤ ਆਈ ਹੋਵੇ ਇਸ ਗੱਲ ਦੀ ਮੈਂ ਪਹਿਲਾਂ ਹੀ ਮਾਫੀ ਮੰਗ ਲੈਂਦਾ ਇਹਨੂੰ ਸਾਡੀ ਮਜਬੂਰੀ ਸਮਝਿਓ ਭਾਈ ਇਹ ਸਾਨੂੰ ਕੋਈ ਇਹਦਾ ਚਾਹ ਨਹੀਂ ਕਿ ਸਾਡੇ ਨਾਲ ਬੰਦੇ ਬੋਡੀਗਾਰਡ ਮੈਨੂੰ ਤੇ ਸ਼ਰਮ ਆਉਂਦੀ ਸੱਚ ਕਹਿਣਾ ਬਹੁਤ ਸ਼ਰਮ ਆਉਂਦੀ ਇਹੋ ਜਿਹਾ ਕੁਝ ਕਰਦੇ ਆ ਪਰ ਇਹ ਮੇਰੀ ਮਜਬੂਰੀ ਹੈ ਸੋ ਅਗਲੀ ਗੱਲ ਜਿਹੜੀ ਕਰਨੀ ਅੱਜ ਕੱਲ ਇਦਾਂ ਪੰਥ ਵਿੱਚ ਤੁਸੀਂ ਬਹੁਤ ਗੱਲਾਂ ਸੁਣਦੇ ਰਹਿੰਦੇ ਆ ਪੰਥ ਵਿੱਚ ਵਿਵਾਦ ਪੈਦਾ ਹੋ ਗਏ ਜੀ ਅੱਜ ਕੱਲ ਪ੍ਰਚਾਰਕਾਂ ਨੇ ਰੌਲੇ ਪਾ ਦਿੱਤੇ ਵਿਵਾਦ ਪੰਥ 'ਚ ਫੁੱਟ ਪੈ ਗਈ ਇਦਾਂ ਸੁਣਦੇ ਹੋ ਨਾ ਤੁਸੀਂ ਆਮ ਗੱਲਾਂ ਨੇ ਅੱਜ ਕੱਲ ਇਹ ਸੋਚੋ ਭਲਾ ਵੀ ਹੁਣ ਕਿਉਂ ਇਦਾਂ ਕਿਹਾ ਜਾ ਰਿਹਾ ਜਿੰਨੇ ਬੰਦੇ ਅੱਜ ਕੱਲ ਜਿਹੜਾ ਵੀ ਬੋਲਦਾ ਕੋਈ ਵਿਦਵਾਨ ਬੋਲਦਾ ਫਿਲਾਸਫਰ ਬੋਲਦਾ ਤਾਂ ਇਹੀ ਬੋਲੀ ਬੋਲਦਾ ਇਦਾਂ ਭਲਾ ਅੱਜ ਕੱਲ ਕਿਉਂ ਕਿਹਾ ਜਾ ਰਿਹਾ ਉਹਦਾ ਕਾਰਨ ਇੱਕ ਇਹ ਹੈ ਇੱਕ ਤੇ ਸੀ ਬਾਬਿਆਂ ਨੂੰ ਸੰਪਰਦਾਵਾਂ ਨੂੰ ਮੰਨਣ ਵਾਲੇ ਲੋਕ ਪਰੰਪਰਾਵਾਦੀ ਲੋਕ ਉਹਨਾਂ ਦੀ ਗਿਣਤੀ ਸੀ 95% ਤੇ ਗੁਰਬਾਣੀ ਤੇ ਗੁਰਮਤ ਦੇ ਸਹੀ ਨੁਕਤਿਆਂ ਨੂੰ ਸਮਝਣ ਵਾਲਿਆਂ ਦੀ ਗਿਣਤੀ ਸੀ 5% ਇੱਕ ਪਾਸੇ 5% ਦੂਜੇ ਪਾਸੇ ਕਿੰਨੇ ਸੀ 95 ਆਪੀ ਸ਼ਾਂਤੀ ਇਹ ਪੰਜਾਂ ਨੂੰ ਕਿਹੜਾ ਪੁੱਛਦਾ ਆਖੋ ਸਤਨਾਮ ਵਾਹਿਗੁਰੂ ਸ਼ਾਂਤੀ ਬਹੁਤ ਸੀ ਸਾਡੇ ਪੰਥ ਚ ਕੋਈ ਰੌਲਾ ਨਹੀਂ ਸੀ ਕੋਈ ਪ੍ਰੋਬਲਮ ਨਹੀਂ ਸੀ ਬਾਬਿਆਂ ਦੀਆਂ ਗੱਡੀਆਂ ਛੜਕਾਂ ਤੇ ਆਮ ਹੀ ਤੁਸੀਂ ਵੇਖਦੇ ਸੀ ਵੀ ਆਹ ਬਾਬਾ ਜੀ ਝੰਡੀ ਜੀ ਲਾਈ ਜਾਂਦੇ ਨੇ ਕੁਧਰੋਂ ਬਾਬਾ ਜੀ ਝੰਡੀ ਜੀ ਲਾਈ ਆਉਂਦੇ ਨੇ ਐਂ ਚੱਲਦਾ ਸੀ ਐਂ ਪੂਰਾ ਦਬਦਬਾ ਸੀ ਇਹਨਾਂ ਲੋਕਾਂ ਦਾ ਜਥੇਦਾਰਾਂ ਦਾ ਬੜਾ ਪ੍ਰਭਾਵ ਸੀ ਵੀ ਬੋਲਣਾ ਨਹੀਂ ਭਾਈ ਅੱਗੇ ਅੱਗੇ ਗੱਲ ਨਹੀਂ ਕਰਨੀ ਇਹਨਾਂ ਦੇ ਅੱਗੇ ਇਹਨਾਂ ਤੋਂ ਡਰ ਕੇ ਰਹੀਏ ਭਾਈ ਵੱਡੇ ਬੰਦੇ ਹੁੰਦੇ ਆ ਇਦਾਂ ਪਰੇ ਹਟ ਜਾਓ ਐਂ ਚੱਲਦਾ ਸੀ ਹੁਣ ਕੀ ਹੋਇਆ ਵੀ ਪਿਛਲੇ 3-4 ਸਾਲਾਂ ਤੋਂ ਮੀਡੀਏ ਸੋਸ਼ਲ ਮੀਡੀਆ ਆ ਗਿਆ ਸਾਡੇ ਹੱਥ ਅੱਗੇ ਚੈਨਲ ਵੀ ਇਹਨਾਂ ਦੀ ਜਿਹੜੀ ਸਰਕਾਰ ਚੈਨਲ ਵੀ ਉਸੇ ਦੀ ਬੋਲੀ ਬੋਲਦੇ ਨੇ ਸਿਸਟਮ ਇਦਾਂ ਦਾ ਮੀਡੀਏ ਵਿੱਚ ਵੀ ਇਦਾਂ ਦਾ ਕੁਝ ਹੋ ਜਾਂਦਾ ਪਰ ਸੋਸ਼ਲ ਮੀਡੀਆ ਆ ਗਿਆ ਸੋਸ਼ਲ ਮੀਡੀਆ ਆਉਣ ਕਰਕੇ ਲੋਕਾਂ ਦੇ ਦਿਮਾਗ 'ਚ ਆਈ ਵੀ ਜਾਰੇ ਬੰਦੇ ਤੇ ਲੁੱਟਦੇ ਆ ਗਲਤ ਹੈ ਹੁਣ ਕੀ ਹੋਇਆ ਵੀ ਗੁਰਬਾਣੀ ਨੂੰ ਸਮਝਣ ਵਾਲੇ ਜਿਹੜੇ ਆ ਥੋੜੇ ਜਿਹੇ ਉਹ ਵੀ ਵਧਣੇ ਸ਼ੁਰੂ ਹੋ ਗਏ ਪਹਿਲਾਂ ਸੀ 5% ਦੂਜੇ ਪਾਸੇ ਸੀ 95 ਹੁਣ ਇੱਧਰ ਵਾਲੇ 5 ਤੋਂ ਹੌਲੀ ਹੌਲੀ 10 ਹੋਏ ਉਧਰ ਵਾਲੇ ਥੋੜੇ ਥੋੜੇ ਤੜਫਣ ਲੱਗੇ ਵੀ 90 ਹੋ ਵੀ ਆਹ 5 ਫਿਰ 5 ਤੋਂ 10 ਹੋ ਗਏ 10 ਤੋਂ ਹੁਣ ਹੌਲੀ ਹੌਲੀ 15% ਫਿਰ 20 ਮੈਨੂੰ ਇੰਨਾ ਲੱਗਦਾ ਮੈਂ ਫੜ ਨਹੀਂ ਮਾਰ ਸਕਦਾ ਵੱਡੀ ਸਾਰੀ ਵੀ ਅਸੀਂ ਕਹੀਏ ਵੀ ਬੜਾ ਫਰਕ ਪੈ ਗਿਆ ਪਰ ਹੁਣ ਇੰਨਾ ਹੈ ਵੀ ਜਿਹੜੇ ਸਮਝਣ ਵਾਲੇ ਹੈ ਉਹ 30-35% ਹੋ ਚੱਲੇ ਹੈ ਤੇ ਜੇ ਐਂ ਚੱਲਦਾ ਰਿਹਾ ਤੇ 2-3-4 ਸਾਲਾਂ ਵਿੱਚ 50-50 ਹੋ ਜਾਣਗੇ ਤੇ ਦੂਜਾ ਜਿਹੜਾ ਗਰੁੱਪ ਹੈ ਪਿੱਟ ਸਿਆਪਾ ਉਹਨਾਂ ਨੇ ਪਾਇਆ ਹਾਏ ਵਿਵਾਦ ਛਿੜ ਗਏ ਕਿਉਂਕਿ ਅੱਗੇ ਕੋਈ ਰੌਲਾ ਹੀ ਨਹੀਂ ਸੀ ਆਖੋ ਸਤਨਾਮ ਵਾਹਿਗੁਰੂ ਸੁਣੋ ਨਾ ਇਹ ਇਦਾਂ ਹੈ ਭਾਈਏ ਵੀ ਇੱਕ ਹੀ ਸਰਪੰਚ ਸੀ ਹਰ ਵਾਰੀ ਖੜਦਾ ਸੀ ਜਿੱਤ ਜਾਂਦਾ ਸੀ 25 ਸਾਲਾਂ ਦਾ ਇੱਕੋ ਹੀ ਸੀ ਉਹ ਦੂਜਾ ਕੋਈ ਬਰਾਬਰ ਖੜਦਾ ਹੀ ਨਹੀਂ ਸੀ ਉਹਦੇ ਜਦੋਂ ਦੂਜੀ ਧਿਰ ਪਿੰਡ ਵਿੱਚ ਪੈਦਾ ਹੋਣ ਲੱਗ ਜਾਂਦੀ ਹੈ ਸਿਆਪਾ ਉਦੋਂ ਪੈਣ ਲੱਗਦਾ ਵੀ ਆਹ ਕਿੱਥੋਂ ਆ ਗਿਆ ਆਹ ਕੀ ਹੋਣ ਲੱਗ ਪਿਆ ਜਦੋਂ ਹੁਣ ਨਾ
ਪਹਿਲਾਂ ਐਦਾਂ ਹੀ ਚੱਲਦਾ ਸੀ ਜੀ ਪਿੰਡਾਂ ਦਾ। ਚਲੋ ਭਾਈ ਦੀਵਾਨ ਲਵਾ ਲਈਏ ਬਾਬਿਆਂ ਦੇ, ਕਹਿੰਦੇ ਹਾਂ ਚਲੋ ਦਾਨ ਪੁੰਨ ਹੀ ਹੋ ਜੂ ਭਾਈ, ਹੋਰ ਨਹੀਂ ਕੁਛ ਕਰੋ, ਸਿੱਧਾ ਸੁੱਧਾ ਪਿੰਡ 'ਚ ਇਕੱਠਾ ਕਰ ਲਓ, ਦੀਵਾਨ ਲਵਾ ਲਓ। ਮੁੜ ਕੇ ਐਂ ਨਹੀਂ ਸੀ ਹਿਸਾਬ ਲਾਉਂਦੇ ਵੀ 5-7 ਦਿਨ ਲੱਗੇ ਐ, ਕਿੰਨੇ ਲੋਕ ਬਦਲ ਗਏ, ਕਿੰਨਿਆਂ ਦੀ ਜ਼ਿੰਦਗੀ ਚੇਂਜ ਹੋ ਗਈ, ਫਰਕ ਕੀ ਪਿਆ, ਸੁਣਿਆ ਕੀ, ਮਾਇੰਡ ਡਿਵੈਲਪ ਹੋਇਆ ਕਿ ਨਹੀਂ, ਕੋਈ ਨੁਕਤਾ ਸਮਝ 'ਚ ਆਇਆ ਕਿ ਨਹੀਂ ਆਇਆ, ਇਹ ਕੋਈ ਨਹੀਂ ਸੀ ਸੋਚਦਾ। ਇੱਕ ਪਾਸੇ ਸੀ ਨਾ, ਇੱਕ ਪਾਰਟੀ ਦਾ ਬੜਾ ਜ਼ੋਰ ਹੈ, ਇੱਕ ਧਿਰ ਹੈ, ਇਹ ਕਾਬਜ਼ ਧਿਰ ਹੈ ਸਾਡੇ ਉੱਤੇ ਜਿਹੜੀ ਇਸ ਵੇਲੇ ਸ਼੍ਰੋਮਣੀ ਕਮੇਟੀ ਜਥੇਦਾਰ ਸਾਰੇ ਬਾਬੇ ਇਹ ਸਾਡੇ ਸਿਰ ਤੇ ਕਾਬਜ਼ ਧਿਰ ਹਨ। ਪਰ ਜਦੋਂ ਅੱਜ ਕੱਲ੍ਹ ਦੇ ਨਵੇਂ ਬੱਚੇ, ਮੈਂ ਆਪਣੀ ਗੱਲ ਨਹੀਂ ਕਰਦਾ, ਨਵੇਂ ਬੱਚੇ ਜਦੋਂ ਐ ਖੜ ਕੇ ਚੈਲੰਜ ਕਰਦੇ ਜਥੇਦਾਰਾ, ਵੀਡੀਓ ਬਣਾ ਕੇ ਅਗਲਾ ਪਾ ਦਿੰਦਾ ਘਰੇ ਹੀ ਬੈਠਾ ਵੀ ਜਥੇਦਾਰਾ ਗਲਤ ਫੈਸਲੇ ਕਰਦਾ, ਸਿਰਸੇ ਵਾਲੇ ਨੂੰ ਮਾਫ਼ ਕਰਨਾ ਤੇਰਾ ਗਲਤ ਫੈਸਲਾ ਹੈ, ਜਥੇਦਾਰ ਠੱਗ ਨੇ, ਇਦਾਂ ਦੀਆਂ ਗੱਲਾਂ ਨਹੀਂ ਕਰਦੇ, ਲੁੱਟ ਕੇ ਖਾ ਕੇ ਐਂ ਕਹਿੰਦੇ ਨੇ ਜਦੋਂ ਨਿੱਕੇ ਨਿੱਕੇ ਬੱਚੇ, ਉਦੋਂ ਫਿਰ ਪਿੱਟ ਸਿਆਪਾ ਪੈਂਦਾ ਵੀ ਆਹ ਬੋਲਣ ਕਿਉਂ ਲੱਗ ਗਏ ਲੋਕ, ਆਹ ਕੀ ਹੋ ਗਿਆ, ਆਹ ਕੀ ਹੋ ਗਿਆ, ਆਹ ਅੱਗੇ ਤੇ ਕੋਈ ਬੋਲਦਾ ਹੀ ਨਹੀਂ ਸੀ, ਸਾਡਾ ਦਬਦਬਾ ਸੀ, ਤਾਂ ਕਰਕੇ ਫਿਰ ਇਹਨਾਂ ਨੇ ਹੁਣ ਇਹ ਪਿੱਟ ਸਿਆਪਾ ਜ਼ਿਆਦਾ ਪਾਇਆ ਹੋਇਆ ਹੈ ਵੀ ਵਿਵਾਦ ਪੈ ਗਏ ਜੀ, ਰੌਲਾ ਪੈ ਗਿਆ ਜੀ, ਪੰਥ 'ਚ ਫੁੱਟ ਪੈ ਗਈ ਜੀ, ਇਹਨਾਂ ਨੂੰ ਐਂ ਲੱਗਦਾ ਫੁੱਟ ਪੈ ਗਈ। ਪਰ ਜਿੱਦੇ ਗੁਰਮੁਖੋ ਐਂ ਹੋ ਗਿਆ ਨਾ ਕੰਮ ਵੀ ਜਿਹੜਾ ਹੁਣ 35 ਹੈ, ਦੂਜੇ 35 ਹੈ, ਦੂਜੇ ਪਾਸੇ 65 ਹੈ, ਹੌਲੀ ਹੌਲੀ 50 ਹੋ ਗਿਆ, ਹੋਰ ਪਊ, ਅਜੇ ਹੋਰ ਪਊ, 65-50 ਹੋ ਗਿਆ, ਫਿਰ ਜੇ ਇੱਧਰੋਂ ਵੱਧ ਕੇ 60 ਹੋ ਗਿਆ, ਘਟਣਾ ਸ਼ੁਰੂ ਹੋ ਜੂ, ਫਿਰ 65-70, ਜਿੱਦੇ 80 ਕੁ ਪਹੁੰਚ ਜਾਓਗੇ ਸਾਰੇ ਚੁੱਪ ਕਰਕੇ ਬਹਿ ਜਾਣਗੇ ਵੀ ਹੁਣ ਨਹੀਂ ਸਾਡੀ ਚੱਲਦੀ ਆ, ਖੋ ਸਾਹਿਬ ਮੇਰੀ ਵਾਹਿਗੁਰੂ, ਉਹਦੇ ਗੱਲ ਐਂ ਚੱਲਦਾ ਰਿਹਾ ਜੀ, ਤਾਂ ਰੌਲਾ ਹੈ, ਹੋਰ ਕੋਈ ਰੌਲਾ ਨਹੀਂ ਪੰਥ ਵਿੱਚ ਪਾਈ, ਸਾਰੇ ਸਾਰੇ ਦੀਵਾਨ ਬਹਿ ਕੇ ਸੁਣਿਆ ਕਰੋ, ਕੋਈ ਰੌਲਾ ਨਹੀਂ, ਹਰ ਗੱਲ ਕਲੀਅਰ ਹੋ ਜਾਂਦੀ ਹੈ ਜਿਹੜਾ ਬੰਦਾ ਪੂਰਾ ਦੀਵਾਨ ਟਿਕ ਕੇ ਬਹਿ ਕੇ ਸੁਣਦਾ, ਅੱਧਾ ਸੁਣਨਾ, ਮਾੜੀ ਮੋਟੀ ਕੱਟ ਕੱਟ ਕੇ ਗੱਲ ਸੁਣਨੀ, ਉਹਦੇ ਨਾਲ ਗੱਲ ਨਹੀਂ ਬਣਦੀ। ਸੋ ਪਹਿਲੀ ਗੱਲ ਤੇ ਇਹ ਕਰਨੀ ਸੀ ਜ਼ਰੂਰੀ ਵੀ ਕੋਈ ਵਿਵਾਦ ਨਹੀਂ ਭਾਈ, ਗੁਰਮਤ ਨੂੰ ਸਮਝਣ ਵਾਲਿਆਂ ਦੀ ਵੀ ਹੁਣ ਗਿਣਤੀ ਵੱਧ ਰਹੀ ਹੈ, ਬਸ ਕਈ ਬੰਦੇ ਗੁਰਬਾਣੀ ਨੂੰ ਸਮਝਣ ਲੱਗ ਪਏ ਆ, ਉਹ ਫਿਰ ਕਹਿੰਦੇ ਆ ਯਾਰ ਗੁਰਬਾਣੀ 'ਚ ਤੇ ਇੱਦਾਂ ਲਿਖਿਆ, ਗੁਰੂ ਸਾਹਿਬ ਤੇ ਐਂ ਕਹਿੰਦੇ ਆ, ਇਹ ਐਂ ਸੁਣਾਉਂਦੇ ਆ, ਗੁਰਬਾਣੀ ਨੂੰ ਆਪ ਪੜ੍ਹਨ ਵਾਲੇ ਸਮਝਣ ਵਾਲਿਆਂ ਦੀ ਗਿਣਤੀ ਹੌਲੀ ਹੌਲੀ ਵੱਧ ਰਹੀ। ਸੋ ਇਸੇ ਤਰ੍ਹਾਂ ਹੌਲੀ ਹੌਲੀ ਜੇ ਚੱਲਦਾ ਰਿਹਾ ਤੇ ਕਾਫੀ ਫਰਕ ਪੈ ਸਕਦਾ, ਚੇਂਜ ਹੋ ਸਕਦਾ ਹੈ। ਤੇ ਚਾਹੀਦਾ ਮੇਰੇ ਨੌਜਵਾਨ ਵੀਰਾਂ ਨੂੰ, ਭਰਾਵਾਂ ਨੂੰ, ਸਾਡੇ ਵਰਗਿਆਂ ਦੀਆਂ ਗੱਲਾਂ ਨਾ ਮੰਨੋ, ਵੇਖੋ ਵੀ ਉਹਦੇ ਵਿੱਚ ਦਲੀਲ ਹੈ ਜਾਂ ਨਹੀਂ, ਉਹਦੇ 'ਚ ਕੋਈ ਲੌਜਿਕ ਹੈ, ਗੱਲ ਬਣਦੀ ਹੈ ਕਿ ਨਹੀਂ ਬਣਦੀ, ਇਹ ਸਾਰਾ ਕੁਝ ਸੋਚ ਸਮਝ ਕੇ ਆਪਾਂ ਤੁਰੀਏ। ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ ਨਾ, ਇੱਕ ਕੱਲ ਮੈਂ ਤੁਹਾਨੂੰ ਪੁੱਛਿਆ ਸੀ ਵੀ ਸੱਚ ਬੋਲਣਾ ਚਾਹੀਦਾ ਕਿ ਝੂਠ, ਤੇ ਤੁਸੀਂ ਜਵਾਬ ਕੀ ਦਿੱਤਾ ਸੀ, ਬੋਲੋ ਜੀ, ਪਰ ਗੰਗੂ ਨੇ ਤੇ ਸੱਚ ਹੀ ਬੋਲਿਆ ਸੀ ਜਦੋਂ ਉਹਨੇ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ ਸੀ, ਉਹਨੇ ਝੂਠ ਬੋਲਿਆ ਸੀ ਕਿ ਸੱਚ ਬੋਲਿਆ ਸੀ, ਸੱਚ ਸੱਚ ਝੂਠ, ਇੱਕ ਗੱਲ ਦਿਮਾਗ 'ਚ ਪੱਕੀ ਰੱਖੋ, ਆਹ ਗੱਲ ਜੇ ਦਿਮਾਗ 'ਚ ਬੜੇ ਚੰਗੀ ਤਰ੍ਹਾਂ ਇਹਨੂੰ ਸਮਝਿਓ, ਸੱਚ ਝੂਠ ਗਲਤ ਠੀਕ ਕੁਛ ਨਹੀਂ ਹੁੰਦਾ, ਅਸਲ ਹੁੰਦਾ ਹੈ ਟੀਚਾ, ਅਸਲ ਹੁੰਦਾ ਹੈ ਨਿਸ਼ਾਨਾ, ਪਰਖਿਆ ਜਾਂਦਾ ਹੈ ਨਿਸ਼ਾਨੇ ਦੇ ਹਿਸਾਬ ਨਾਲ ਗਲਤ ਠੀਕ, ਉਦਾਂ ਗਲਤ ਠੀਕ ਕੁਛ ਨਹੀਂ ਹੁੰਦਾ, ਨਿਸ਼ਾਨਾ ਪਰ ਨਿਸ਼ਾਨਾ ਕੀ ਹੈ ਉੱਥੇ ਪਰਖਿਆ ਜਾਂਦਾ ਹੈ ਵੀ ਇਹ ਸੱਚ ਸੱਚ ਹੈ, ਇਹ ਝੂਠ ਝੂਠ ਹੈ, ਉੱਥੇ ਪਰਖਿਆ ਜਾਂਦਾ ਹੈ। ਸਾਡੀ ਪ੍ਰੋਬਲਮ ਇਹ ਹੈ ਅਸੀਂ ਇਰਾਦਾ ਨਹੀਂ ਵੇਖਦੇ, ਜਦੋਂ ਤੁਸੀਂ ਇਰਾਦੇ ਵੇਖਣ ਲੱਗੋਗੇ ਉਦੋਂ ਸਮਝ ਆਊਗਾ। ਮੈਂ ਇੱਕ ਬੇਨਤੀ ਕੀਤੀ ਸੀ ਇੱਕ ਵਾਰੀ ਵੀ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ, ਗੁਰੂ ਸਾਹਿਬ ਨੇ ਸਾਨੂੰ ਨਜ਼ਰੀਆ ਦਿੱਤਾ। ਨਜ਼ਰੀਆ ਹੁੰਦਾ ਵੀ ਕਿਸੇ ਵੀ ਘਟਨਾ ਨੂੰ ਵੇਖਣ ਦਾ ਨਜ਼ਰੀਆ, ਪੁਆਇੰਟ ਆਫ ਵਿਊ, ਉਹ ਹਾਲਾਤਾਂ ਨੂੰ ਵੇਖਣ ਵਾਲੀ ਅੱਖ, ਦ੍ਰਿਸ਼ਟੀ। ਜਿਹੜੇ ਸਤਿਪੁਰਖ ਹੁੰਦੇ ਹੈ ਉਹ ਦ੍ਰਿਸ਼ਟੀ ਦਿੰਦੇ ਹੈ, ਦ੍ਰਿਸ਼ਟੀ
ਇੱਕ ਤੇ ਅੰਨੇ ਬੰਦੇ ਨੂੰ ਤੁਸੀਂ ਨਾ ਐ ਕਹਿਣਾ ਹੈ ਸੁਣਿਓ ਅੰਨੇ ਬੰਦੇ ਨੂੰ ਐ ਕਹਿਣਾ ਹੈ ਇੱਧਰ ਨੂੰ ਹੋ ਜਾ ਐ ਨੂੰ ਮੁੜ ਜਾ ਅੰਨਾ ਬੰਦਾ ਹਰੇਕ ਵਾਰੀ ਪੁੱਛੂ ਵੀ ਹੁਣ ਕਿੱਧਰ ਨੂੰ ਜਾਵਾਂ ਹੁਣ ਸੱਜੇ ਨੂੰ ਹੋ ਜਾ ਹੁਣ ਕਿੱਧਰ ਨੂੰ ਜਾਵਾਂ ਕਹਿੰਦੇ ਹੁਣ ਖੱਬੇ ਨੂੰ ਹੋ ਜਾ ਇਹ ਤੈਨੂੰ ਇਹ ਹੋ ਗਿਆ ਉਹਨੂੰ ਦੱਸਣਾ ਇੱਕ ਹੁੰਦਾ ਵੀ ਉਹਨੂੰ ਤੁਸੀਂ ਅੱਖਾਂ ਦਿਓ ਦੱਸਣ ਦੀ ਲੋੜ ਹੀ ਨਾ ਪਵੇ ਅਗਲਾ ਆਪ ਹੀ ਤੁਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹਨੂੰ ਸਮਝਿਓ ਸਾਡੇ ਗੁਰੂ ਸਾਹਿਬ ਸਾਨੂੰ ਦਿੰਦੇ ਐ ਦ੍ਰਿਸ਼ਟੀ ਸਾਨੂੰ ਦ੍ਰਿਸ਼ਟੀ ਦਿੰਦੇ ਐ ਵੀ ਤੈਂ ਟਾਈਮ ਤੇ ਫੈਸਲਾ ਕਰਨਾ ਮੈਂ ਜੇ ਤੈਨੂੰ ਐ ਕਹਿਤਾ ਅੱਛਾ ਜੇ ਗੁਰੂ ਸਾਹਿਬ ਨੇ ਦੇਤਾ ਸਿਧਾਂਤ ਵੀ ਸੱਚ ਬੋਲੀ ਜੇ ਗੁਰੂ ਸਾਹਿਬ ਨੇ ਤੈਨੂੰ ਇਹ ਸਿਧਾਂਤ ਦੇਤਾ ਵੀ ਤੈਂ ਸੱਚ ਹੀ ਬੋਲਣਾ ਫਿਰ ਤੇ ਬੜਾ ਪੰਗਾ ਪੈ ਜਾਣਾ ਪਿਆਰਿਓ ਫਿਰ ਤੇ ਗੰਗੂ ਨੇ ਆ ਕੇ ਕਹਿ ਦੇਣਾ ਵੀ ਮੈਂ ਤੇ ਫਿਰ ਸੱਚ ਹੀ ਬੋਲਿਆ ਸੀ ਗੁਰੂ ਨੇ ਕਿਹਾ ਸੀ ਸੱਚ ਬੋਲੋ ਮੈਂ ਸੱਚ ਬੋਲਤਾ ਸਿਧਾਂਤ ਇਸ ਨੁਕਤੇ ਨੂੰ ਸਮਝੋ ਦ੍ਰਿਸ਼ਟੀ ਗੁਰੂ ਸਾਹਿਬ ਦਿੰਦੇ ਐ ਨਜ਼ਰੀਆ ਦਿੰਦੇ ਐ ਤੁਹਾਨੂੰ ਗੁਰੂ ਸਾਹਿਬ ਕਹਿੰਦੇ ਵੀ ਤੂੰ ਵੇਖ ਵੀ ਘਟਨਾ ਕਿੱਦਾਂ ਦੀ ਐ ਤੂੰ ਵੇਖ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਆ ਗਲਤ ਹੈ ਜਾਂ ਠੀਕ ਹੈ ਇਰਾਦਾ ਵੇਖਣਾ ਪੈਣਾ ਮੈਂ ਫੇਰ ਪੁੱਛਦਾ ਤੁਹਾਨੂੰ ਮੈਂ ਕੱਲ ਵਾਲੀ ਗੱਲ ਫੇਰ ਦੁਹਰਾਉਣਾ ਕਈ ਨਵੇਂ ਸਰੋਤੇ ਹੋਣਗੇ ਗੰਗੂ ਨੇ ਸੂਬੇ ਗੰਗੂ ਨੇ ਮਰਿੰਡੇ ਥਾਣੇ ਵਿੱਚ ਜਾ ਕੇ ਝੂਠ ਬੋਲਿਆ ਸੀ ਕਿ ਸੱਚ ਬੋਲੋ ਕਾਹਦਾ ਸੱਚ ਹੈ ਫਿਰ ਹੁਣ ਅੱਗੇ ਦੱਸੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚਦੇ ਪੀਰ ਬਣੇ ਐ ਉਦੋਂ ਕੀ ਕਿਹਾ ਸੀ ਵੀ ਆ ਕੌਣ ਜਾਂਦਾ ਹੈ ਉੱਚ ਦਾ ਪੀਰ ਹੈ ਕੌਣ ਸੀ ਭਲਾ ਇਹ ਝੂਠ ਹੈ ਕਿ ਸੱਚ ਹੈ ਪਿਆਰੇ ਓਏ ਝੂਠ ਹੈ ਕਿ ਸੱਚ ਹੈ ਉੱਚ ਦਾ ਪੀਰ ਸੀ ਗੁਰੂ ਗੋਬਿੰਦ ਸਿੰਘ ਇਹ ਸੱਚ ਹੈ ਕਿ ਝੂਠ ਹੈ ਝੂਠ ਹੈ ਪਰ ਕਿੰਨਾ ਪਿਆਰਾ ਹੈ ਆਖੋ ਸਤਨਾਮ ਸ੍ਰੀ ਵਾਹ ਕਿਉਂ ਭਲਾ ਕਿਉਂ ਕਿਉਂਕਿ ਸਿੰਘਾਂ ਦਾ ਇਰਾਦਾ ਚੰਗਾ ਹੈ ਸਿੰਘਾਂ ਦਾ ਨਿਸ਼ਾਨਾ ਚੰਗਾ ਹੈ ਤੁਹਾਨੂੰ ਸੱਚ ਜਾਂ ਝੂਠ ਬੋਲਣ ਵਾਲੇ ਉਹ ਸ਼ਬਦ ਨਹੀਂ ਵੇਖਣੇ ਪੈਣੇ ਤੁਹਾਨੂੰ ਇਰਾਦੇ ਵੇਖਣੇ ਪੈਣਗੇ ਜੇ ਆ ਨੁਕਤਾ ਤੁਹਾਡੇ ਦਿਮਾਗ 'ਚ ਆ ਜੇ ਅਸੀਂ ਤੇ ਕਿੱਡੀ ਲੁੱਟ 'ਚ ਫਸੇ ਪਏ ਆ ਹੁਣ ਮੇਰੀ ਸੁਣਿਓ ਇੱਕ ਬੰਦਾ ਪਿੰਡ ਦੇ ਵਿੱਚ ਕਿਸੇ ਗਰੀਬ ਦੀ ਧੀ ਦਾ ਵਿਆਹ ਕਰਦਾ 10,000 ਰੁਪਈਆ ਲਾਉਂਦਾ ਹੈ ਇਹ ਠੀਕ ਹੈ ਕਿ ਗਲਤ ਹੈ ਬੋਲੋ ਦੱਸੋ ਜੀ ਠੀਕ ਹੈ ਪਰ ਬਾਹਰੋਂ ਉਹ ਲੱਖ ਰੁਪਈਆ ਮੰਗਾਉਂਦਾ ਹੈ ਧੀ ਨੂੰ 10,000 ਹੀ ਦਿੰਦਾ ਹੁਣ ਭਲਾ ਇਹ ਠੀਕ ਰਿਹਾ ਕਿ ਗਲਤ ਰਿਹਾ 90 ਆਪ ਆ ਗਿਆ ਹੁਣ ਇਹ ਗਲਤ ਰਿਹਾ ਕਿ ਠੀਕ ਰਿਹਾ ਗਲਤ ਹੋ ਗਿਆ ਠੀਕ ਗਲਤ ਇਰਾਦੇ ਦੇ ਹਿਸਾਬ ਨਾਲ ਬੰਦੇ ਦਾ ਇਰਾਦਾ 90,000 ਕਮਾਉਣ ਦਾ ਹੈ ਫਿਰ ਤੈਂ ਠੀਕ ਕਿਵੇਂ ਕਹਿਤਾ ਹੁਣ ਆਈ ਨਾ ਗੱਲ ਪਕੜ ਚ ਐਦਾਂ ਬੇੜਾ ਬਹਿੰਦਾ ਸਾਡਾ ਅਸੀਂ ਇਰਾਦਾ ਕਦੇ ਵੀ ਨਹੀਂ ਵੇਖਦੇ ਠੀਕ ਗਲਤ ਕਿਵੇਂ ਪਤਾ ਲੱਗੂ ਹੁਣ ਤੁਸੀਂ ਮੈਨੂੰ ਸੁਣੋ ਬੋਲਦੇ ਨੂੰ ਐ ਕਹੀ ਜਾਓ ਵੀ ਕਮਾਲ ਹੈ ਵੀ ਸਾਰਾ ਕੁਝ ਹੀ ਠੀਕ ਹੈ ਤੈਨੂੰ ਮੇਰੇ ਇਰਾਦੇ ਦਾ ਕੀ ਪਤਾ ਹੈ ਐ ਠੀਕ ਨਾ ਕਹੋ ਤੁਸੀਂ ਤੁਹਾਨੂੰ ਮੇਰਾ ਨਿਸ਼ਾਨਾ ਵੇਖਣਾ ਪੈਣਾ ਮੇਰਾ ਨਿਸ਼ਾਨਾ ਕੀ ਹੈ ਮੇਰਾ ਏਮ ਕੀ ਹੈ ਮੇਰਾ ਟੀਚਾ ਕੀ ਹੈ ਮੇਰੇ ਟੀਚੇ ਦੇ ਨਾਲ ਮੇਰੇ ਨਿਸ਼ਾਨੇ ਦੇ ਨਾਲ ਮੇਰੇ ਕੰਮਾਂ ਨੂੰ ਜੋੜ ਕੇ ਵੇਖੋਗੇ ਫਿਰ ਪਤਾ ਲੱਗੂ ਵੀ ਇਹ ਕੰਮ ਠੀਕ ਹੈ ਜਾਂ ਗਲਤ ਤੁਸੀਂ ਇਕੱਲੇ ਕੰਮ ਨੂੰ ਗਲਤ ਜਾਂ ਠੀਕ ਕਿੱਦਾਂ ਕਹਿ ਸਕਦੇ ਸਮਝ ਆ ਗਈ ਗੱਲ ਹੁਣ ਦੱਸੋ ਬਈ ਗਰੀਬਾਂ ਦੇ ਨਾਂ ਤੇ ਤੁਸੀਂ ਕੋੜੀਆਂ ਦੇ ਨਾਂ ਤੇ ਤੁਸੀਂ 50,000 ਰੁਪਈਆ ਮੰਗਾ ਲਓ ਤੇ 5,000 ਹੁਣ ਜਦੋਂ 5,000 ਦਿੰਦੇ ਵੇਖੋਗੇ ਉਦੋਂ ਕੀ ਹੈ ਭਲਾ ਠੀਕ ਤੇ ਜਦੋਂ ਉਹਨੂੰ 45,000 ਖਾਂਦਾ ਵੇਖੋਗੇ ਇਰਾਦਾ ਉਹਦਾ ਮਾੜਾ ਹੈ ਉਦੋਂ ਕੀ ਬਣ ਗਿਆ ਗਲਤ ਬਸ ਤੁਸੀਂ ਨਾ ਸਾਰੇ ਥਾਵਾਂ ਤੇ ਇਹੀ ਨੁਕਤਾ ਲਾਇਆ ਕਰੋ ਫਿਰ ਪਤਾ ਲੱਗੂ ਵੀ ਗਲਤ ਕੀ ਹੈ ਤੇ ਠੀਕ ਐਂ ਗਲਤ ਠੀਕ ਨਹੀਂ ਹੁੰਦਾ ਸਿੱਧਾ ਹੀ ਵੀ ਆਹ ਗਲਤ ਹੈ ਆਹ ਠੀਕ ਹੈ ਸਾਰੇ ਦੇ ਸਾਰੀ ਪਿਕਚਰ ਵੇਖਣੀ ਪੈਣੀ ਹੈ ਤੈਨੂੰ ਸਾਰੀ ਪਿਕਚਰ ਐਂ ਗਲਤ ਠੀਕ ਕਿਵੇਂ ਹੁਣ ਐਂ ਐਂ ਵੇਖਿਓ ਵੀ ਉਹ ਮੁੰਡਾ ਫਲਾਣੇ ਮੁੰਡੇ ਨੂੰ ਕੁੱਟ ਰਿਹਾ ਯਾਰ ਕਿੱਡੀ ਗਲਤ ਗੱਲ ਹੈ ਵੀ ਮਾਰੀਆਂ ਸੱਟਾਂ ਹੈ ਜੀ ਇਹ ਗਲਤ ਹੈ ਕਿ ਠੀਕ ਹੈ ਦੱਸਿਓ ਭਲਾ
ਬੋਲਿਓ ਜਰਾ ਜਵਾਬ ਦਿਓ ਗਲਤ ਹੈ ਕਿ ਠੀਕ ਹੈ ਵੇ ਕੁੱਟ ਰਿਹਾ ਹੈ ਗਲਤ ਹੈ ਕਿ ਠੀਕ ਹੈ ਗਲਤ ਹੈ ਪਰ ਹੁਣ ਤੁਹਾਨੂੰ ਮੈਂ ਇਹ ਦੱਸਦਾ ਵੀ ਇਹਨੇ ਕੱਲ ਇਹਦੀ ਭੈਣ ਦੀ ਬਾਹ ਫੜੀ ਸੀ ਹੁਣ ਦੱਸੋ ਗਲਤ ਹੈ ਕਿ ਠੀਕ ਹੈ ਲੈ ਹੁਣ ਐ ਸਮਝ ਆਈ ਨਾ ਗੱਲ ਵੀ ਕੱਲ ਇਹਨੇ ਇਹਦੀ ਭੈਣ ਨੂੰ ਛੇੜਿਆ ਹੈ ਅੱਜ ਤਾਂ ਕੁੱਟ ਖਾ ਰਿਹਾ ਹੈ ਹੁਣ ਤੁਹਾਨੂੰ ਕੀ ਲੱਗੂ ਫਿਰ ਠੀਕ ਹੈ ਐ ਹਿਸਾਬ ਲੱਗੂ ਐ ਆਊਗਾ ਜ਼ਿੰਦਗੀ ਵਿੱਚ ਹਰ ਚੀਜ਼ ਤੇ ਇਹ ਨੁਕਤਾ ਲਾਓ ਗਲਤ ਠੀਕ ਸੱਚ ਝੂਠ ਕੁਛ ਵੀ ਨਹੀਂ ਹੁੰਦਾ ਇਰਾਦਿਆਂ ਤੇ ਪਤਾ ਲੱਗਦਾ ਵੇਖੋ ਨਾ ਹੁਣ ਆਪਾਂ ਸ਼ਬਦ ਪੜ੍ਹਦੇ ਆ ਬਚਨ ਕਰੇ ਤੇ ਖਿਸਕ ਜਾਏ ਅੱਗੇ ਉਹ ਵੀ ਕੱਚਾ ਹੈ ਭਾਈ ਇਹ ਤੇ ਬੰਦਾ ਬਚਨ ਕਰਕੇ ਮੁੱਕਰ ਗਿਆ ਪਰਸੋਂ ਵਿੱਚ ਉੱਥੇ ਇੱਕ ਵੀਰ ਦੀ ਪੋਸਟ ਪੜ੍ਹੀ ਸੀ ਮੈਂ ਆ ਗੱਲ ਤੇ ਕੀਤੀ ਸੀ ਵੀ ਦ੍ਰਿਸ਼ਟੀ ਜਿਹੜੀ ਹੈ ਨਾ ਗੁਰੂ ਸਾਹਿਬ ਨੇ ਦ੍ਰਿਸ਼ਟੀ ਦਿੱਤੀ ਹੈ ਨਜ਼ਰੀਆ ਦਿੱਤਾ ਸਿਧਾਂਤ ਨਹੀਂ ਦਿੱਤਾ ਹੁਣ ਜੇ ਤੁਸੀਂ ਸਾਡੇ ਵਰਗੇ ਪ੍ਰਚਾਰਕਾਂ ਨੂੰ ਇਹ ਕਹੋਗੇ ਸਾਡੇ ਵਰਗੇ ਪ੍ਰਚਾਰਕਾਂ ਨੂੰ ਇਹ ਮੰਨਿਆ ਜਾਂਦਾ ਹੈ ਵੀ ਇਹ ਸਿਧਾਂਤਕ ਪ੍ਰਚਾਰਕ ਹੈ ਇਹ ਸਿਧਾਂਤ ਦਾ ਪ੍ਰਚਾਰ ਕਰਦਾ ਸਿਧਾਂਤ ਦਾ ਪ੍ਰਚਾਰ ਤੇ ਇਹ ਹੈ ਸੱਚ ਬੋਲਿਓ ਇਹ ਸਿਧਾਂਤ ਪਰ ਜੇ ਜਿੱਥੇ ਨਾ ਲਾਣਾ ਹੋਇਆ ਉੱਥੇ ਲਾਤਾ ਤੁਸੀਂ ਫਿਰ ਤੇ ਪੰਗਾ ਪੈ ਜੂ ਸਿਧਾਂਤ ਦਾ ਪ੍ਰਚਾਰ ਨਹੀਂ ਕਰਨਾ ਪੈਣਾ ਨਜ਼ਰੀਆ ਦੇਣਾ ਪੈਣਾ ਹੈ ਵੀ ਟਾਈਮ ਦੇ ਉੱਤੇ ਤੇਰਾ ਦਿਮਾਗ ਕੰਮ ਕਰਕੇ ਤੈਨੂੰ ਫੈਸਲਾ ਲੈਣਾ ਪੈਣਾ ਵੀ ਹੁਣ ਕਹਿਣਾ ਕੀ ਹੈ ਤੈਨੂੰ ਮੈਂ ਆਪਣੇ ਸ਼ਬਦ ਨਹੀਂ ਦੇ ਸਕਦਾ ਵੀ ਆਹ ਕਹੇ ਉੱਥੇ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ ਸਿਧਾਂਤ ਤੇ ਘੜੇ ਜਾਂਦੇ ਐ ਸਿਧਾਂਤ ਤੇ ਬਦਲੇ ਜਾਂਦੇ ਐ ਆ ਸੁਣੋ ਆ ਸ਼ਬਦ ਜਦੋਂ ਐ ਪੜ ਵੀ ਬਚਨ ਕਰਦਾ ਜਿਹੜਾ ਬਚਨ ਕਰਕੇ ਮੁੱਕਰ ਜੇ ਭਾਈ ਉਹ ਤੇ ਕੱਚਾ ਹੁੰਦਾ ਹੁਣ ਤੁਸੀਂ ਮੈਨੂੰ ਜਵਾਬ ਦਿਓ ਸਿੰਘੋ ਇਹੋ ਜਿਹੀਆਂ ਕਈ ਗੱਲਾਂ ਕਰਕੇ ਕਈ ਬੰਦੇ ਐਸੇ ਅੜੀਅਲ ਬਣ ਗਏ ਅੜੀਅਲ ਵੀ ਮੈਂ ਤੇ ਐ ਕਰਤਾ ਮੈਂ ਤੇ ਐ ਕਹਿਤਾ ਮੈਂ ਤੇ ਬਚਨ ਕਰਤਾ ਐ ਹੁੰਦੇ ਨਹੀਂ ਕਈ ਗਾਂ ਸਾਡੇ ਵਾਲੀ ਸਿੱਖੀ ਵਾਲੀ ਬੋਲੀ ਫਿਰ ਇਦਾਂ ਦੀ ਬੋਲ ਦਿੰਦੇ ਆ ਆਪਾਂ ਵੀ ਬਚਨ ਕਰਿਆ ਐ ਕਰਿਆ ਆਹ ਕਰਿਆ ਇਦਾਂ ਗੱਲਾਂ ਕਰਦੇ ਆ ਨਾ ਹੁਣ ਸੁਣੋ ਵੀ ਜਰਾ ਧਿਆਨ ਨਾਲ ਇਕਾਗਰਤਾ ਭੰਗ ਨਾ ਕਰਿਓ ਇਹ ਗੱਲ ਆਪਾਂ ਫੇਰ ਕਰਦੇ ਆ ਪਹਿਲਾਂ ਆ ਸ਼ਬਦ ਵੇਖੋ ਇੱਕ ਨਿਰਭਉ ਨਾਮ ਵਸਾਰਿਆ ਨਾਲ ਮਾਇਆ ਰੱਤਾ ਰੱਚਾ ਹਾਂ ਨਾਲ ਮਾਇਆ ਰੱਚਾ ਪਰਮਾਤਮਾ ਦੇ ਨਾਮ ਨੂੰ ਭੁੱਲ ਗਿਆ ਮਾਇਆ ਵਿੱਚ ਰਚ ਗਿਆ ਮਾਇਆ ਮਤਲਬ ਮਟੀਰੀਅਲ ਪਦਾਰਥਵਾਦ ਆ ਪੰਚਮ ਪਾਤਸ਼ਾਹ ਦਾ ਬਚਨ ਛੋਟਾ ਜਿਹਾ ਸੁਣੋ ਧਿਆਨ ਨਿਰਭਉ ਨਾਮ ਵਿਸਾਰਿਆ ਨਾਲ ਮਾਇਆ ਰਚਾ ਪਰਮਾਤਮਾ ਨੂੰ ਭੁੱਲ ਗਿਆ ਮਟੀਰੀਅਲ ਵਿੱਚ ਸੁਰਤ ਫਸ ਗਈ ਮਾਇਆ ਨੋਟਾਂ ਨੂੰ ਨਹੀਂ ਜੀ ਕਹਿੰਦੇ ਆ ਜਿਹੜੇ ਜੇਬਾਂ 'ਚ ਨੋਟ ਪਾਏ ਆ ਇਹਨਾਂ ਨੋਟਾਂ ਨੂੰ ਮਾਇਆ ਨਹੀਂ ਕਹਿੰਦੇ ਮਾਇਆ ਦੀ ਡੈਫੀਨੇਸ਼ਨ ਗੁਰੂ ਸਾਹਿਬ ਦੱਸਦੇ ਐ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਜਿਹੜੀ ਚੀਜ਼ ਸੱਚ ਤੋਂ ਦੂਰ ਕਰੇ ਉਹ ਮਾਇਆ ਹੈ ਜਿਵੇਂ ਹੁਣ ਮੰਨ ਲਓ ਤੁਸੀਂ ਕਿਸੇ ਨੂੰ ਕਤਲ ਕਰਦਾ ਵੇਖਿਆ ਸੁਣੋ ਕਤਲ ਕਰਦਾ ਤੁਸੀਂ ਵੇਖਿਆ ਤੁਹਾਨੂੰ ਪਤਾ ਹੈ ਤੁਸੀਂ ਸੱਚੇ ਗਵਾਹ ਬਣ ਸਕਦੇ ਹੋ ਨਾ ਪਰ ਘਰ ਵਾਲੀ ਪਤਾ ਕੀ ਕਹਿੰਦੀ ਹੈ ਛੱਡੋ ਜੀ ਪਰੇ ਨਿਆਣੇ ਨਿੱਕੇ ਨਿੱਕੇ ਨੇ ਕਾਹਨੂੰ ਪੰਗਾ ਲੈਣਾ ਹੈ ਤੂੰ ਚੁੱਪ ਕਰ ਗਿਆ ਸੱਚ ਭੁੱਲ ਗਿਆ ਸਮਝ ਲੈ ਘਰ ਵਾਲੀ ਇੱਥੇ ਬੱਚੇ ਕੀ ਬਣ ਗਏ ਫਿਰ ਸਾਡੇ ਲਈ ਮਾਇਆ ਇਹ ਹੈ ਮਾਇਆ ਨੋਟਾਂ ਨੂੰ ਮਾਇਆ ਨਹੀਂ ਕਹਿੰਦੇ ਸਾਡੇ ਇਲਾਕੇ ਵਿੱਚ ਇੱਕ ਬਾਬਾ ਆਉਂਦਾ ਹੁੰਦਾ ਸੀ ਢੱਡਰੀਆਂ ਦੇ ਨੇੜੇ ਨਾ ਲੌਂਗੋਵਾਲ ਦੇ ਏਰੀਏ ਦਾ ਸੀ ਉਹ ਤੇ ਉਹ ਮਾਇਆ ਨੂੰ ਹੱਥ ਨਹੀਂ ਸੀ ਲਾਉਂਦਾ ਤੇ ਮੇਰੇ ਪਿਤਾ ਨੇ ਕਹਿਣਾ ਹੋਰ ਕਿਸੇ ਬਾਬੇ ਨੂੰ ਗਰਾਹੀ ਦੇਣੀ ਦੇਣੀ ਨਹੀਂ ਦੇਣੀ ਉਹਨੂੰ ਜ਼ਰੂਰ ਮੈਂ 500 ਰੁਪਈਆ ਦਊਂਗਾ ਉਦੋਂ 500 ਦਾ ਨੋਟ ਨਵਾਂ ਨਵਾਂ ਆਇਆ ਸੀ ਤੇ ਉਹ 500 ਰੁਪਈਆ ਉਹਨੂੰ ਦਿਆ ਗਿਆ ਤੇ ਮੈਂ ਉਹਨਾਂ ਨੂੰ ਇੱਕ ਵਾਰੀ ਪੁੱਛਿਆ ਮੈਂ ਕਿਹਾ ਇਸ ਬਾਬੇ ਨੂੰ ਜ਼ਰੂਰ ਦਿੰਦੇ ਹੋ ਗਰਾਹੀ ਹੋਰ ਨਹੀਂ ਕਿਸੇ ਨੂੰ ਦਿੰਦੇ ਉਹ ਮੈਨੂੰ ਕਹਿੰਦੇ ਵੀ ਮੈਂ ਇਹਨੂੰ ਤਾਂ ਗਰਾਹੀ ਦਿੰਦਾ ਵੀ ਬਾਬਾ ਮਾਇਆ ਨੂੰ ਹੱਥ ਲਾ ਤੇ ਕਰਦਾ ਕੀ ਸੀ ਉਹ ਜੇਬ ਐ ਅੱਗੇ ਕਰ ਦਿੰਦਾ ਸੀ ਉਹਦੇ ਬਟਨ ਜਿਹਾ ਲੱਗਿਆ ਹੁੰਦਾ ਇੱਥੇ ਜੇਬ ਦੇ ਉੱਤੇ ਤੁੱਕੀ ਜੀ ਲੱਗੀ ਹੁੰਦੀ ਇੱਥੇ ਉਹ ਬਟਨ ਜਿਹਾ ਖੋਲ ਜਿਆ ਕਰੇ ਐ ਐ ਐ ਜੇਬ ਕਰ ਦਿਆ ਕਰੇ ਵਿੱਚ ਨੋਟ ਪਾ ਦਿਓ ਤੁਸੀਂ ਤੇ ਉਹਦੇ ਨਾਲ ਦੇ ਵਾਲੇ ਦੱਸਿਆ ਸੀ ਕਹਿੰਦੇ ਘਰੇ ਜਾ ਕੇ ਆਪ ਹੀ ਗਿਣਦਾ ਇੱਥੇ ਇਦਾਂ ਪਵਾਉਂਦਾ ਤੇ ਮੈਂ ਜਦੋਂ
ਹੁਣ ਇਹ ਗੱਲਾਂ ਪੁਰਾਣੀਆਂ 95 93 94 95 ਦੀ ਗੱਲ ਹੋ ਸ਼ਾਇਦ 97 ਦੀ ਹੋਵੇ ਤੇ ਜਦੋਂ ਮੈਂ ਬਾਹਰ ਵਿਦੇਸ਼ਾਂ 'ਚ ਗਿਆ ਤੇ ਉੱਥੇ ਫਿਰ ਮੈਂ ਵੇਖਿਆ ਵੀ ਇੱਥੇ ਤੇ ਨੋਟ ਵੈਸੇ ਹੀ ਲੋਕ ਘੱਟ ਵਰਤਦੇ ਆ ਹਰ ਜਗ੍ਹਾ ਹੀ ਕਾਰਡ ਯੂਜ਼ ਕਰਦੇ ਆ ਸ਼ਾਪਿੰਗ ਕਰਦੇ ਨੇ ਤਾਂ ਜੇ ਕਿਤੇ ਕੋਈ ਟੈਕਸ ਆਪਣਾ ਟੋਲ ਪਲਾਜ਼ੇ ਜਿਵੇਂ ਲੱਗੇ ਆ ਸਾਡੇ ਇੱਥੇ ਟੋਲ ਕਟਾਉਂਦੇ ਆ ਤਾਂ ਵੀ ਉਹੀ ਵਰਤਦੇ ਆ ਫਿਰ ਇਸ ਹਿਸਾਬ ਨਾਲ ਤੇ ਸਾਰੀ ਬ੍ਰਹਮ ਗਿਆਨੀ ਨੇ ਮਾਇਆ ਨੂੰ ਤੇ ਹੱਥ ਹੀ ਨਹੀਂ ਲਾਉਂਦਾ ਕੋਈ ਤੇ ਸਾਡੇ ਵੀ ਇਦਾਂ ਹੀ ਹੋ ਜਾਣਾ ਨਾ 5-7 ਸਾਲਾਂ 'ਚ ਐਂ ਹੋ ਜੂ ਭਾਈ ਮਸ਼ੀਨਾਂ ਹੀ ਹੋਣਗੀਆਂ ਹੋਰ ਕੀ ਹੋਊ ਨੋਟ ਨਾਟ ਕਿੰਨਾ ਕੁ ਚਿਰ ਚੱਲਣਗੇ ਬੰਦ ਹੋ ਜਾਣਗੇ ਜਿਹੜੇ ਹਿਸਾਬ ਨਾਲ ਬੈਂਕਿੰਗ ਦਾ ਸਿਸਟਮ ਚੱਲ ਰਿਹਾ ਹੈ ਸਾਰਾ ਕੁਝ ਬੈਂਕ ਦੇ ਥਰੂ ਹੋ ਰਿਹਾ ਹੈ ਆਉਣ ਵਾਲੇ ਸਮੇਂ 'ਚ ਕਿੰਨੇ ਕੁ ਨੋਟ ਕਿੰਨਾ ਚਿਰ ਨੋਟ ਚੱਲਣਗੇ ਇੱਥੇ ਵੀ ਮੈਨੂੰ ਲੱਗਦਾ ਮਸ਼ੀਨਾਂ ਜੀਆਂ ਰੱਖਣੀਆਂ ਪੈਣਗੀਆਂ ਵੀ ਨੋਟ ਨਾ ਰੱਖੋ ਆਪਦਾ ਦੱਸੋ ਵੀ 10 ਘਟਾਣੇ ਨੇ ਕਿ 5 ਘਟਾਣੇ ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ ਐ ਹੋਵੇ ਪਿੱਛੇ ਜੇ ਨੋਟਬੰਦੀ ਹੋਈ ਸੀ ਨਾ ਜਦੋਂ ਕਿੰਨਾ ਮੁਸ਼ਕਲ ਜਿਹਾ ਸਮਾਂ ਆ ਗਿਆ ਸੀ ਤੇ ਉਦੋਂ ਸਾਡੇ ਉੱਥੇ ਇੱਕ ਬਾਬਾ ਆਇਆ ਮੇਰੇ ਕੋਲ ਰੋਣ ਹੀ ਲੱਗ ਪਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਨੋਟ ਕਿਤੇ ਮਿਲਦੇ ਨਹੀਂ ਲੋਕੀ ਲਾਈਨਾਂ 'ਚ ਲੱਗੇ ਆ ਕਹਿੰਦਾ ਮੈਂ ਭੋਗ ਤੇ ਕੀਰਤਨ ਕਰਨ ਗਿਆ ਮੈਨੂੰ ਵਾਵਾ ਰੱਖਤੇ ਕਿਸੇ ਨੇ 10-10 ਦੇ ਨੋਟ ਤੇ ਹੁਣ ਭੋਗ ਤੇ ਰੱਖਤੇ ਕਹਿੰਦਾ ਇੱਕ ਆਇਆ 5-500 ਦੇ ਦੋ ਰੱਖ ਕੇ ਸਾਰੇ ਚੱਕ ਕੇ ਲੈ ਗਿਆ ਕਹਿੰਦਾ ਮੈਂ ਹੁਣ ਕਚੀਚੀਆਂ ਵੱਟਾਂ ਉੱਥੇ ਬੈਠਾ ਵੀ ਮੈਂ ਇਹਨਾਂ ਨੂੰ ਕਿੱਥੇ ਬਦਲੂ ਵੀ ਤੂੰ ਤੇ ਸਾਰੇ ਹੀ ਲੈ ਗਿਆ ਚੱਕ ਕੇ ਸੋ ਜਿਵੇਂ ਹੁਣ ਆ ਪਿੱਛੇ ਜੇ ਮਸਲਾ ਇਦਾਂ ਦਾ ਚੱਲਿਆ ਹੈ ਹੋ ਸਕਦਾ ਹੈ ਕਿ ਆਉਣ ਵਾਲੇ 5-7-10 ਸਾਲਾਂ ਵਿੱਚ ਜਿਹੜੀ ਨੋਟ ਵਗੈਰਾ ਖਤਮ ਹੋ ਜਾਣ ਇੱਥੇ ਹੁਣ ਉਹ ਹੈ ਪਖੰਡ ਹੈ ਮਾਇਆ ਨੂੰ ਹੱਥ ਨਹੀਂ ਲਾਉਂਦਾ ਮੇਰਾ ਪਿਓ ਕਹਿੰਦਾ ਵੀ ਆਪਾਂ ਇਹਨੂੰ ਪਿਤਾ ਕਹਿੰਦੇ ਵੀ ਇਹਨੂੰ ਪੈਸੇ ਦੇਣੇ ਆ ਪਰ ਬੰਦੇ ਦਾ ਇਰਾਦਾ ਨਹੀਂ ਵੇਖਿਆ ਐ ਵੇਖ ਲਿਆ ਵੀ ਆਹ ਨੋਟਾਂ ਨੂੰ ਹੱਥ ਨਹੀਂ ਲਾਉਂਦਾ ਇਰਾਦਾ ਉਹਦਾ ਉਹੀ ਹੈ ਇਰਾਦਾ ਤੇ ਦੂਜੇ ਬਾਬਿਆਂ ਵਾਲਾ ਹੀ ਹੈ ਕੰਮ ਤੇ ਸੇਮ ਹੀ ਕਰਦਾ ਬਸ ਅਗਲਾ ਘੁਮਾ ਕੇ ਗੱਲ ਫੜ ਲੈਂਦਾ ਫੜਦੇ ਫੜਨਾ ਦੇ ਗਲੇ ਨੇ ਗਾਲ ਹੀ ਹੁੰਦਾ ਨਾ ਸੋ ਮਾਇਆ ਦਾ ਅਰਥ ਹੈ ਮਟੀਰੀਅਲ ਜਿਹੜਾ ਬੰਦਾ ਮਟੀਰੀਅਲ ਦੇ ਪਿੱਛੇ ਲੱਗ ਕੇ ਪਦਾਰਥ ਦੇ ਪਿੱਛੇ ਲੱਗ ਕੇ ਪਰਿਵਾਰ ਦੇ ਪਿੱਛੇ ਲੱਗ ਕੇ ਸੱਚ ਛੱਡ ਦਵੇ ਵੀ ਛੱਡ ਪਰੇ ਯਾਰ ਮੈਂ ਇੰਨਾ ਵੀ ਸੱਚ ਨਾ ਬੋਲ ਅਗਲਾ ਕਹਿੰਦਾ ਵੀ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਹੀ ਰਹਿ ਜੇ ਚਾਰਕੂ ਰੱਖ ਲੈ ਅਰਥੀ ਨੂੰ ਮੋਢਾ ਲਾਣ ਲਈ ਚਾਰਕ ਤਾਂ ਰੱਖ ਲੈ ਹਰੇਕ ਨਾਲ ਹੀ ਪੰਗਾ ਲੈ ਕੇ ਬਹਿ ਜਾਂਦਾ ਕਦੇ ਉਹਨੂੰ ਕਹਿ ਦਿੰਦਾ ਕਦੇ ਉਹਨੂੰ ਕਹਿ ਦਿੰਦਾ ਵੀ ਤੇਰੇ ਨਾਲ ਹਰ ਕਿਸੇ ਦੀ ਵੀ ਨਹੀਂ ਬਣਦੀ ਅਗਲਾ ਸੋਚ ਹੀ ਸਕਦਾ ਨਾ ਪਰ ਜਿਹੜੀ ਚੀਜ਼ ਤੁਹਾਨੂੰ ਸੱਚ ਬੋਲਣ ਤੋਂ ਰੋਕ ਦਵੇ ਜਿਹੜੀ ਚੀਜ਼ ਦਾ ਮੋਹ ਆਵੇ ਸਮਝ ਲਓ ਉਹ ਮਾਇਆ ਉਹ ਪੁੱਤ ਵੀ ਹੋ ਸਕਦਾ ਘਰ ਵਾਲੀ ਵੀ ਹੋ ਸਕਦੀ ਹੈ ਜਾਇਦਾਦ ਵੀ ਹੋ ਸਕਦੀ ਹੈ ਪੈਸਾ ਵੀ ਹੋ ਸਕਦਾ ਹੈ ਕੁਛ ਵੀ ਹੋ ਸਕਦਾ ਬਸ ਉਹਨੂੰ ਮਾਇਆ ਕਹਿੰਦੇ ਆ ਲੋ ਹੁਣ ਮਾਇਆ ਦੇ ਵਿੱਚ ਫਸਿਆ ਹੁਣ ਅਗਲੀ ਪੰਕਤੀ ਸੁਣੋ ਆਵੇ ਜਾਏ ਪਵਾਈਏ ਬਹੁ ਜੂਨੀ ਨੱਚਾ ਕਹਿੰਦੇ ਬਹੁ ਜੂਨੀਆਂ ਵਿੱਚ ਨੱਚਦਾ ਰਹਿੰਦਾ ਬੰਦਾ ਆਉਂਦਾ ਜਾਂਦਾ ਰਹਿੰਦਾ ਆਉਂਦਾ ਜਾਂਦਾ ਮਤਲਬ ਵੀ ਕਦੇ ਤੇ ਵਧੀਆ ਜੀਆਂ ਗੱਲਾਂ ਕਰਨ ਲੱਗ ਜਾਂਦਾ ਕਦੇ ਬਹੁਤ ਭੈੜਾ ਬਣ ਜਾਂਦਾ ਇੱਕ ਦਿਨ ਵਿੱਚ ਕਈ ਕਈ ਜੂਨਾਂ ਭੋਗਦਾ ਸਵੇਰੇ ਵਧੀਆ ਸੀ ਦੁਪਹਿਰੇ ਕੁਝ ਹੋਰ ਹੀ ਬਣਿਆ ਫਿਰਦਾ ਸ਼ਾਮ ਨੂੰ ਭਾਵ ਕਿ ਕਦੇ ਕੁੱਤਾ ਕਦੇ ਕਾਂ ਕਦੇ ਸੂਰ ਕਦੇ ਗਧਾ ਇੱਕ ਹੀ ਬੰਦਾ ਇਹਦੇ ਵਿੱਚ ਕਈ ਕੁਛ ਆਈ ਜਾਂਦਾ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਇਹਦੀ ਇਨਸਾਨੀਅਤ ਮਰਦੀ ਰਹਿੰਦੀ ਹੈ ਆਉਂਦਾ ਜਾਂਦਾ ਰਹਿੰਦਾ ਕਈ ਜੂਨਾਂ 'ਚ ਫਿਰਦਾ ਕੌਣ ਰੱਬ ਨਾਲੋਂ ਟੁੱਟ ਕੇ ਜਿਹੜਾ ਮਟੀਰੀਅਲ ਨਾਲ ਜੁੜਿਆ ਹੋਇਆ ਹੁਣ ਅਗਲੀ ਪੰਕਤੀ ਸੁਣਿਆ ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ ਹੁਣ ਇੱਥੇ ਲਿਆਇਓ ਸੁਣਿਓ ਗੱਲ ਇਹ ਪੰਕਤੀ ਦਾ ਸੰਬੰਧ ਇਹਦੇ ਨਾਲ ਹੈ ਆ ਪ੍ਰਕਰਨ ਚੱਲ ਰਿਹਾ ਗੁਰਬਾਣੀ ਦੇ ਸ਼ਬਦ ਦਾ ਇਸ ਪ੍ਰਕਰਨ ਦੇ ਨਾਲ ਇਸ ਪੰਕਤੀ ਦਾ ਸੰਬੰਧ ਹੈ ਫਿਰ ਸੁਣੋ ਇਹ ਪੰਕਤੀ ਦੁਬਾਰਾ ਇੱਕ ਵਾਰ ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ ਇਹੋ ਜਿਹਾ ਜਿਹੜਾ ਬੰਦਾ ਮਾਇਆ ਵਿੱਚ ਫਸਿਆ ਹੋਇਆ ਕਹਿੰਦੇ ਬਚਨ ਕਰ ਕਰਕੇ ਮੁੱਕਰਦਾ ਹੈ ਖਿਸਕਦਾ ਹੀ ਰਹਿੰਦਾ ਉਹਨੂੰ ਕੋਈ ਨਹੀਂ ਹੁੰਦਾ ਵੀ ਮੈਂ ਫਲਾਣੇ ਨੂੰ ਹੁਣ ਵੇਖੋ ਘਰ ਵਾਲੀ ਦੇ ਨਾਲ ਸਾਥ ਨਿਭਾਉਂਗਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਕੀ ਕੀਤਾ ਭਲਾ ਉਹਨੇ ਬਚਨ ਪਰ ਹੁਣ ਬਾਹਰ ਧੱਕੇ ਖਾਂਦਾ ਖਿਸਕ ਗਿਆ ਫਸ ਗਿਆ ਨਾ ਕਿਸੇ ਹੋਰ ਪਾਸੇ ਭਾਵ ਕਹਿੰਦੇ ਬਚਨ ਤੋੜਤਾ ਏਦਾਂ ਇਹਨੂੰ ਕਹਿੰਦੇ ਬਚਨ ਕਰਕੇ ਮੁੱਕਰਨਾ
ਇਹੋ ਜਿਹੇ ਬੰਦੇ ਝੂਠੇ ਬੰਦੇ ਜਿਹੜੇ ਹੁੰਦੇ ਐ ਮਟੀਰੀਅਲ ਵਿੱਚ ਫਸੇ ਹੋਏ ਜਿਹੜੇ ਬੰਦੇ ਐ ਇਹ ਬੰਦੇ ਬਚਨ ਕਰ ਕਰਕੇ ਮੁੱਕਰਦੇ ਹੁਣ ਸਾਡੂ ਆ ਪੰਕਤੀ ਐ ਵੀ ਬਚਨ ਕਰੇ ਸੋ ਕਿਸਕ ਜਾਏ ਵੀ ਵੇਖੋ ਜੀ ਬਚਨ ਕਰਕੇ ਜਿਹੜਾ ਮੁੱਕਰ ਜਾਂਦਾ ਐ ਪਰ ਦੱਸਿਓ ਪਿਆਰਿਓ ਟੀਚਾ ਵੇਖਣਾ ਪੈਣਾ ਬਚਨ ਨਹੀਂ ਤੁਹਾਨੂੰ ਟੀਚਾ ਕੀ ਐ ਤੁਹਾਡਾ ਹੁਣ ਤੁਹਾਨੂੰ ਪਤਾ ਲੱਗ ਗਿਆ ਪਹਿਲਾਂ ਵੇਖਿਓ ਤੁਸੀਂ ਬੱਚੀ ਦਾ ਰਿਸ਼ਤਾ ਕੀਤਾ ਸੀ ਤੁਸੀਂ ਕਿਹਾ ਸੀ 15 ਤਰੀਕ ਨੂੰ 15 ਜਨਵਰੀ ਨੂੰ ਬਰਾਤ ਲੈ ਕੇ ਆ ਜਿਓ ਕਾਰਡ ਵੀ ਛੱਪ ਗਏ ਵਾਅਦਾ ਹੋ ਗਿਆ ਵਿਚੋਲਾ ਵਿੱਚ ਪੈ ਗਿਆ ਬਚਨ ਕਰਤਾ ਧੀ ਦਾ ਵਿਆਹ ਕਰਾਂਗੇ ਤੇ ਉਦੋਂ ਬਾਅਦ ਤੁਹਾਨੂੰ ਲੱਗ ਗਿਆ ਪਤਾ ਵੀ ਮੁੰਡਾ ਤੇ ਨਸ਼ਾ ਕਰਦਾ ਹੈ ਸਾਡੇ ਨਾਲ ਤੇ ਧੋਖਾ ਬਹੁਤ ਵੱਡਾ ਕੀਤਾ ਹੈ ਇਹ ਕਹਿੰਦਾ ਸੀ ਬਾਹਰੋਂ ਆਇਆ ਹੈ ਇਹ ਤੇ ਪੱਕਾ ਹੀ ਆ ਗਿਆ ਤੇ ਡਿਪੋਰਟ ਕਰਕੇ ਭੇਜਿਆ ਡਿਪੋਰਟ ਕਰਕੇ ਭੇਜਿਆ ਇਹਨੂੰ ਤੇ ਤੁਸੀਂ ਫਿਰ ਵਿਆਹ ਤੋੜਤਾ ਤੇ ਅਗਲਾ ਕਹਿੰਦਾ ਲਓ ਜੀ ਬਚਨ ਕਰਕੇ ਮੁੱਕਰ ਗਏ ਇਹ ਕੀ ਗੱਲ ਹੋਈ ਫਿਰ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤਸਰ ਵਿੱਚ ਕਿਹਾ ਸੀ ਕਿ ਸਾਰੀ ਸਿੱਖ ਸੰਗਤ ਇਕੱਠੀ ਹੋਵੇ ਚਿੱਠੀਆਂ ਪਾਈਆਂ ਨਾ ਦੀਵਾਲੀ ਦੇ ਸੰਬੰਧ ਵਿੱਚ ਉਹਨਾਂ ਨੇ ਬਚਨ ਕੀਤਾ ਵੀ ਸਾਰੇ ਆਓ ਆਪਾਂ ਜੋੜ ਮੇਲਾ ਕਰਾਂਗੇ ਇਦਾਂ ਹੀ ਹੈ ਨਾ ਆਪਾਂ ਜੋੜ ਮੇਲਾ ਕਰਾਂਗੇ ਲੀਡਰ ਨੇ ਸਾਡੀ ਕੌਮ ਦੇ ਉਹ ਆਗੂ ਨੇ ਉਹਨਾਂ ਨੇ ਫੈਸਲਾ ਲਿਆ ਉਸ ਸਾਡੇ ਲੀਡਰ ਦਾ ਸਾਡੇ ਆਗੂ ਦਾ ਇਹ ਫੈਸਲਾ ਬਹੁਤ ਵਧੀਆ ਹੈ ਵੀ ਸਾਰੀ ਕੌਮ ਆਵੇ ਤੇ ਆਪਾਂ ਕੋਈ ਕੌਮ ਦੀ ਬਿਹਤਰੀ ਲਈ ਚੜ੍ਹਦੀ ਕਲਾ ਲਈ ਦੀਵਾਲੀ ਤੇ ਜੋੜ ਮੇਲਾ ਕਰਕੇ ਤੇ ਆਪਾਂ ਕੋਈ ਵਧੀਆ ਪ੍ਰੋਗਰਾਮ ਉਲੀਕੀਏ ਸਿੱਖਾਂ ਨੂੰ ਚਿੱਠੀਆਂ ਭੇਜਦੀਆਂ ਜੋੜ ਮੇਲਾ ਹੋਏਗਾ ਜਦੋਂ ਵੇਖਿਆ ਵੀ ਤੋਪਾਂ ਬੀੜਤੀਆਂ ਅਗਲਿਆਂ ਨੇ ਫੌਜਾਂ ਆ ਗਈਆਂ ਤੇ ਭਾਈ ਮਨੀ ਸਿੰਘ ਨੇ ਸੋਚਿਆ ਉਹ ਛੱਡ ਪਰਾ ਕਹਿ ਤੇ ਬੈਠਾ ਵੀ ਜੋੜ ਮੇਲਾ ਹੋਊਗਾ ਜੇ ਨੁਕਸਾਨ ਹੁੰਦਾ ਹੈ ਤੇ ਪਿੱਛੇ ਹਟਣ ਵਿੱਚ ਕੋਈ ਘਾਟਾ ਨਹੀਂ ਭਾਈ ਮਨੀ ਸਿੰਘ ਜੀ ਨੇ ਪਹਿਲਾਂ ਕਿਹਾ ਸੀ ਆਓ ਮੁੜ ਕੇ ਦੁਬਾਰਾ ਚਿੱਠੀਆਂ ਲਿਖਤੀਆਂ ਵੀ ਇਹਨਾਂ ਦੀ ਨੀਤ ਵਿਗੜ ਗਈ ਹੁਣ ਨਾ ਆਓ ਕਿਉਂ ਉਹਨਾਂ ਦਾ ਨਿਸ਼ਾਨਾ ਬਹੁਤ ਵਧੀਆ ਟੀਚਾ ਬਹੁਤ ਵਧੀਆ ਵੀ ਕੌਮ ਮਰਵਾਉਣੀ ਨਹੀਂ ਕੌਮ ਨੂੰ ਬਚਾਉਣਾ ਹੈ ਮੇਰੇ ਵਰਗੇ ਤੇ ਕਹਿੰਦੇ ਨੇ ਪੈਂਦੇ ਨੇ ਛਿੱਤਰ ਪੈਣ ਦਿਓ ਮੈਂ ਇੱਕ ਵਾਰੀ ਕਹਿਤਾ ਬਸ ਕਹਿਤਾ ਆਖੋ ਸਤਨਾਮ ਸਾਡੇ ਵਰਗੇ ਪਿੱਛੇ ਕਿੱਥੇ ਹਟਦੇ ਨੇ ਇੰਨੀ ਅਕਲ ਸਾਨੂੰ ਕਿੱਥੇ ਹੈ ਇੰਨਾ ਦਿਮਾਗ ਸਾਡਾ ਕੰਮ ਕਿੱਥੇ ਕਰਦਾ ਜਦੋਂ ਅਗਲਾ ਕਹਿੰਦਾ ਮੈਂ ਇੱਕ ਵਾਰੀ ਕਹਿਤਾ ਮੀਡੀਏ ਚ ਆ ਗਿਆ ਲੋਕੀ ਤੇ ਕਹਿਣਗੇ ਵੀ ਤੂੰ ਤੇ ਪਹਿਲਾਂ ਐ ਕਹਿੰਦਾ ਸੀ ਹੁਣ ਤੂੰ ਕਿਉਂ ਮੁੱਕਰ ਗਿਆ ਇਦਾਂ ਨਹੀਂ ਵੇਖੋ ਗਲਤ ਠੀਕ ਸੱਚ ਝੂਠ ਨਿਸ਼ਾਨਾ ਕੀ ਹੈ ਉੱਥੇ ਪਤਾ ਲੱਗਦਾ ਇਹ ਗੱਲ ਮੇਰੇ ਖਿਆਲ ਪਕੜ ਚ ਆ ਗਈ ਅੱਜ ਤੋਂ ਬਾਅਦ ਗਲਤ ਠੀਕ ਨਹੀਂ ਵੇਖਣਾ ਕੀ ਵੇਖਣਾ ਬਈ ਪਿਆਰਿਓ ਇਰਾਦਾ ਕੀ ਵੇਖਣਾ ਜੀ ਬੰਦੇ ਦਾ ਇਰਾਦਾ ਨਿਸ਼ਾਨਾ ਕੀ ਹੈ ਇਹਦਾ ਇਹ ਚਾਹੁੰਦਾ ਕੀ ਹੈ ਇਹ ਜਾਣਾ ਕਿੱਥੇ ਚਾਹੁੰਦਾ ਹੈ ਗਲਤ ਠੀਕ ਤਾਂ ਪਰਖਿਆ ਜਾਏਗਾ ਗਲਤ ਠੀਕ ਕੁਛ ਵੀ ਨਹੀਂ ਹੁੰਦਾ ਗਲਤ ਠੀਕ ਕੁਛ ਨਹੀਂ ਹੁੰਦਾ ਮੈਂ ਫੇਰ ਕਹਿ ਰਿਹਾ ਗੰਗੂ ਨੇ ਕਚਹਿਰੀ 'ਚ ਜਾ ਕੇ ਸੱਚ ਬੋਲਿਆ ਤੇ ਗੁਰੂ ਗੋਬਿੰਦ ਸਿੰਘ ਦੇ ਨਾਲ ਦਿਆਂ ਨੇ ਝੂਠ ਬੋਲਿਆ ਵੀ ਇਹ ਪੁੱਤ ਦੇ ਪੀਰ ਨੇ ਪਰ ਉਹ ਸੱਚ ਨਹੀਂ ਸੀ ਚਾਹੀਦਾ ਇਹ ਜਿਹੜਾ ਝੂਠ ਹੈ ਇਹ ਚਾਹੀਦਾ ਸੀ ਸਾਰੀ ਦੀ ਸਾਰੀ ਘਟਨਾ ਨੂੰ ਵੇਖਣਾ ਪੈਣਾ ਤਾਂ ਕਰਕੇ ਗਲਤ ਠੀਕ ਸਾਰੇ ਸੰਦਰਭ ਨਾਲੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ ਗਲਤ ਠੀਕ ਸਾਰੀ ਪਿਕਚਰ ਤੁਹਾਨੂੰ ਵੇਖਣੀ ਹੈ ਸੋ ਝੂਠ ਨਾਲ ਜੁੜਿਆ ਹੋਇਆ ਬੰਦਾ ਉਹ ਤੇ ਫਿਰ ਧੱਕੇ ਖਾਂਦਾ ਹੈ ਬਹਾਨੇਬਾਜ਼ੀਆਂ ਕਰਦਾ ਰਹਿੰਦਾ ਅੱਗੇ ਸੁਣ ਲਓ ਸ਼ਬਦ ਥੋੜਾ ਜਿਹਾ ਹੈ ਹਾਂਜੀ ਅੰਦਰੋਂ ਹੋਥੋ ਥਾ ਕੂੜਿਆਰ ਕੂੜੀ ਸਭ ਖੱਚਾ ਕਹਿ ਲਓ ਵੀ ਝੂਠ ਦੇ ਵਿੱਚ ਹੀ ਖੱਚਤ ਰਹਿੰਦਾ ਹੈ ਉਹਦੇ ਕੰਮ ਨੇ ਜਿਹੜੇ ਕੰਮਾਂ 'ਚ ਖੱਚਤ ਹੈ ਬਸ ਝੂਠ ਹੀ ਝੂਠ ਅੰਦਰੋਂ ਵੀ ਝੂਠਾ ਜਾਂ ਇਹਨੂੰ ਐਂ ਕਹਿ ਲਓ ਖੱਚਾ ਦਾ ਅਰਥ ਇੱਕ ਟੀਕਾਕਾਰ ਨੇ ਤੇ ਕੀਤਾ ਖੱਚਤ ਰਹਿੰਦਾ ਹੈ ਦੂਜਾ ਕਹਿੰਦਾ ਵੀ ਕੰਮ ਵੀ ਉਹਦੇ ਇਦਾਂ ਦੇ ਹੁੰਦੇ ਨੇ ਤੇ ਮਾਰਦਾ ਵੀ ਖੱਚਾ ਹੀ ਰਹਿੰਦਾ ਆਖੋ ਸਤਨਾਮ ਖੱਚ ਮਤਲਬ ਗੱਪ
ਇਹੋ ਜਿਹਾ ਬੰਦਾ ਗੱਪ ਹੀ ਛੱਡਦਾ ਰਹਿੰਦਾ ਖੱਚ ਮਾਰਦਾ ਰਹਿੰਦਾ ਕਿਉਂਕਿ ਝੂਠ ਉਹਦੇ ਅੰਦਰ ਵਸਿਆ ਹੁੰਦਾ ਉਹਦਾ ਟੀਚਾ ਗਲਤ ਹੁੰਦਾ ਸਾਰੀ ਜ਼ਿੰਦਗੀ ਖੱਚਤ ਰਹਿੰਦਾ ਮਾੜੇ ਕੰਮਾਂ 'ਚ ਹਾਂਜੀ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ ਬਸ ਨਿਰਵੈਰਾਂ ਨਾਲ ਵੀ ਉਹ ਵੈਰ ਕਰਦਾ ਜਿਹਦੇ ਨਾਲ ਵੈਰ ਨਹੀਂ ਵੀ ਕਰਨਾ ਚਾਹੀਦਾ ਸੀ ਨਾ ਉਹਦੇ ਨਾਲ ਵੀ ਵੈਰ ਵਿੱਢ ਕੇ ਬਹਿ ਜਾਂਦਾ ਹੁਣ ਸਾਹਿਬਜ਼ਾਦਿਆਂ ਨਾਲ ਕਾਹਦਾ ਵੈਰ ਹੈ ਵੇਖੋ ਪਰ ਵੈਰ ਵਿੱਢ ਲਿਆ ਨਾ ਨਿਰਵੈਰਾਂ ਨਾਲ ਵੀ ਵੈਰ ਕਰਦਾ ਬੰਦਾ ਲਾਲਚਾਂ ਵਿੱਚ ਫਸ ਗਿਆ ਹਾਂਜੀ ਮਾਰਿਆ ਸੱਚੇ ਪਾਤਸ਼ਾਹ ਵੇਖ ਤੁਰ ਕਰ ਮੱਚਾ ਉਹਦੇ ਕਰਮ ਹੀ ਇਹਨਾਂ ਦੇ ਹੁੰਦੇ ਨੇ ਕਿ ਮੁੱਢ ਤੋਂ ਹੀ ਪੁੱਠੇ ਪਾਸੇ ਪਿਆ ਹੋਣ ਕਰਕੇ ਕਹਿੰਦੇ ਪਰਮਾਤਮਾ ਨਿਯਮ ਜਿਹੜੇ ਰੱਬ ਦੇ ਨਿਯਮ ਨੇ ਰੱਬ ਦੇ ਨਿਯਮਾਂ ਮੁਤਾਬਕ ਉਹਦੀ ਜ਼ਮੀਰ ਮਰੀ ਹੋਈ ਹੁੰਦੀ ਹੈ ਮਰਿਆ ਹੋਇਆ ਹੁੰਦਾ ਉਹ ਅੰਦਰੋਂ ਪਰਮਾਤਮਾ ਦੇ ਨਿਯਮ ਜਿਹੜੇ ਨੇ ਨਿਯਮਾਂ ਮੁਤਾਬਕ ਜਦੋਂ ਕੰਮ ਗਲਤ ਕਰਦਾ ਹੈ ਫਿਰ ਅੰਦਰੋਂ ਜ਼ਮੀਰ ਮਰੀ ਵਾਲਾ ਹੁੰਦਾ ਇਹੋ ਜਿਹਾ ਬੰਦਾ ਅੱਗੇ ਜਮ ਦੂਤੀ ਹੈ ਹਿਰਿਆ ਦੁੱਖ ਹੀ ਮੈਂ ਪੱਚਾ ਵਕਾਰਾਂ ਦੇ ਵਿੱਚ ਵਕਾਰਾਂ ਰੂਪੀ ਜਮ ਉਹਨੂੰ ਚਿੰਬੜੇ ਰਹਿੰਦੇ ਆ ਕਦੇ ਕਾਮ ਕਦੇ ਕ੍ਰੋਧ ਕਦੇ ਲੋਭ ਕਦੇ ਮੋਹ ਕਦੇ ਹੰਕਾਰ ਇਹ ਜਮ ਉਹਨੂੰ ਚਿੰਬੜੇ ਰਹਿੰਦੇ ਆ ਬਸ ਇਹਦੇ ਵਿੱਚ ਹੀ ਸਾਰੀ ਜ਼ਿੰਦਗੀ ਫਸਿਆ ਰਹਿੰਦਾ ਹਾਂਜੀ ਹੋਆ ਤਪਾਵਸ ਧਰਮ ਕਾ ਨਾਨਕ ਦਰ ਸੱਚਾ ਬਸ ਪਰਮਾਤਮਾ ਦਾ ਜਿਹੜੀ ਖੇਡ ਹੈ ਨਾ ਪਰਮਾਤਮਾ ਦਾ ਜਿਹੜਾ ਨਿਯਮ ਹੈ ਉਹ ਬੜੇ ਕਮਾਲ ਦੇ ਨੇ ਉਹ ਫਿਰ ਇੱਕ ਨਾ ਇੱਕ ਦਿਨ ਫੈਸਲਾ ਕਰਦੇ ਨੇ ਬਾਹਰੋਂ ਬੰਦਾ ਭਾਵੇਂ ਜਿੰਨੇ ਮਰਜ਼ੀ ਨਜ਼ਾਰੇ ਲੈਂਦਾ ਫਿਰੇ ਅੰਦਰੋਂ ਉਸ ਬੰਦੇ ਦਾ ਬਹੁਤ ਬੁਰਾ ਹਾਲ ਹੁੰਦਾ ਹੈ ਜਿੰਨੇ ਬੰਦਾ ਗਲਤ ਕੰਮ ਕਰਦਾ ਜਾਏਗਾ ਉਹਨਾਂ ਆਪਣੇ ਆਪ ਤੋਂ ਦੂਰ ਹੁੰਦਾ ਜਾਂਦਾ ਹੈ ਉਹਨਾਂ ਹੀ ਦਾਗੀ ਹੋਈ ਜਾਂਦਾ ਹੈ ਉਹਨਾਂ ਹੀ ਫਿਰ ਦੁਖੀ ਹੋਣਾ ਪੈਂਦਾ ਹੈ ਅਰਦਾਸ ਕਰਦੇ ਰਹੀਏ ਸੱਚੇ ਪਾਤਸ਼ਾਹ ਗੰਗੂ ਵਰਗੇ ਜਿਨ੍ਹਾਂ ਨੇ ਬੇੜਾ ਗਰਕ ਕਰ ਲਿਆ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਸਭ ਕੁਝ ਖਤਮ ਕਰ ਲਿਆ ਸੱਚੇ ਪਾਤਸ਼ਾਹ ਸਾਡੇ ਵਰਗਿਆਂ ਨੂੰ ਬਚਾ ਕੇ ਰੱਖਿਓ ਅੱਜ ਸਾਰੇ ਆਪਾਂ ਬਹੁਤੇ ਸਾਡੇ 'ਚ ਉਹ ਹੈ ਜਿਹੜੇ ਗੰਗੂ ਦੇ ਨਕਸ਼ੇ ਕਦਮਾਂ ਤੇ ਤੁਰਨ ਵਾਲੇ ਹਾਂ ਉੱਤੋਂ ਉੱਤੋਂ ਨਾ ਐਂ ਕਰਦਾ ਹੈ ਬਦਾਦੀ ਜੀ ਮੈਂ ਤੁਹਾਡੇ ਨਾਲ ਹਾਂ ਜੀ ਮੈਂ ਤੁਹਾਡੇ ਨਾਲ ਹਾਂ ਆਪਾਂ ਵੀ ਐਂ ਕਰਦੇ ਹੱਥ ਐਂ ਜੋੜਦੇ ਹਾਂ ਵੱਡੇ ਵੱਡੇ ਉੱਤੇ ਕਰ ਕਰਕੇ ਬਾਹਾਂ ਮੁਖਾਉਂਦੇ ਹਾਂ ਵੀ ਅਸੀਂ ਬਹੁਤ ਪਿਆਰ ਕਰਦੇ ਹਾਂ ਗੁਰੂ ਨਾਲ ਪਰ ਸਾਡੇ ਵਿੱਚ ਵੀ ਕੋਈ ਕਦਰ ਨਹੀਂ ਬਿਰਲਾ ਹੈ ਜਿਹੜਾ ਦਿਲੋਂ ਕਰਨ ਵਾਲਾ ਹੈ ਦਿਖਾਵਾ ਗੰਗੂ ਨੇ ਕੀਤਾ ਸੀ ਅਸੀਂ ਵੀ ਬਹੁਤੇ ਦਿਖਾਵੇ ਵਾਲੇ ਬਹੁਤੇ ਅਸੀਂ ਦਿਖਾਵੇ ਹੀ ਕਰਦੇ ਹਾਂ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਗੰਗੂ ਘਰੇ ਲੈ ਗਿਆ ਗੰਗੂ ਨੇ ਕਦਰ ਨਹੀਂ ਕੀਤੀ ਅਸੀਂ ਕਿੰਨੀ ਕੁ ਕਦਰ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਪਤਾ ਹੀ ਨਹੀਂ ਕਿੰਨੀ ਕੁ ਵਾਰੀ ਘਰੇ ਲੈ ਕੇ ਗਏ ਹਾਂ ਸਵਾਹ ਕਦਰ ਕਰਦੇ ਹਾਂ ਸਵੇਰੇ ਗੁਰੂ ਗ੍ਰੰਥ ਸਾਹਿਬ ਆਏ ਹੁੰਦੇ ਹੈ ਸ਼ਾਮ ਨੂੰ ਸ਼ਰਾਬਾਂ ਚੱਲਦੀਆਂ ਹੁੰਦੀਆਂ ਸ਼ਾਮ ਨੂੰ ਉਸੇ ਘਰਾਂ ਦੇ ਵਿੱਚ ਤੁਸੀਂ ਵੇਖੋ ਕਿਵੇਂ ਨਾਚ ਚੱਲਦੇ ਆ ਕਿਵੇਂ ਡੀਜੇ ਚੱਲਦੇ ਆ ਸਭ ਕੁਝ ਭੁੱਲਿਆ ਹੋਇਆ ਹੁੰਦਾ ਹੈ ਗੰਗੂ ਨੂੰ ਅਸੀਂ ਕਹਿੰਦੇ ਹਾਂ ਵੀ ਗੰਗੂ ਅਸੀਂ ਬਹੁਤੇ ਗੰਗੂ ਦੇ ਨਕਸ਼ੇ ਕਦਮਾਂ ਤੇ ਚੱਲਣ ਵਾਲੇ ਹਾਂ ਤੇ ਅਰਦਾਸ ਕਰਦੇ ਰਹੀਏ ਕਿ हे ਸੱਚੇ ਪਾਤਸ਼ਾਹ ਸਾਨੂੰ ਬਚਾ ਕੇ ਰੱਖਿਓ ਪੰਜ ਬਿਖਾਦੀ ਏਕ ਗਰੀਬਾ ਰੱਖੋ ਰੱਖਣ ਹਾਰੇ ਮੇਰੇ ਰੱਬ ਜੀ ਕਹਿੰਦੇ ਸ਼ਿਕਾਰੀ ਨੇ ਪੰਜ ਵਕਾਰ ਨੇ ਬਹੁਤੇ ਜਮ ਇਹ ਵਕਾਰ ਇਹ ਸ਼ਿਕਾਰੀ ਬਹੁਤੇ ਐ ਜਿੰਦ ਕੱਲੀ ਐ ਮੇਰੇ ਰੱਬ ਜੀ ਸਾਡੇ ਤੇ ਕਿਰਪਾ ਹੀ ਰੱਖਿਓ ਇਹ ਪੰਛੀ ਕੱਲਾ ਏ ਇਹਦੇ ਮਗਰ ਸ਼ਿਕਾਰੀ ਬਹੁਤੇ 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 ਇਹ ਪੰਛੀ ਕੱਲਾ ਏ
एदे मगर शिकारी बोते पंछी कल्लाए एदे मगर शिकारी बोते। आओ प्यारे तीन बज गए हैं आपां हुण साहबजादियां नूं याद करां। आ पहला भी गलबात करनी बड़ी जरूरी हुंदी है। इतिहास बहुत सुनिया सुनाया है कैसटां चो सुन लो जिथे मर्जी पर आ नुकते कहने मैं जरूरी समझना। कल तक आपां सुनिया सी जिहड़ी रात लंघी है ये गुरु गोबिंद सिंह सच्चे पातशाह ने सारी रात सफर किया। आपां अज छोटे साहबजादियां दी शहीदी दी थोड़ी जी गल करांगे पर उदू पहला थोड़ा जा चिर गुरु गोबिंद सिंह सच्चे पातशाह दी गल जो अज दी जिहड़ी रात लंघी ये गुरु साहब सच्चे पातशाह अठ पोह दी रात गुरु साहब ने सारा दिन जंग कीता। अठ पोह दी रात नूं कच्ची गढ़ी जिहड़ी सी चमकौर दी उहनूं छड्डिया ते सारी रात गुरु साहब ने पैदल सफर किया। नंगे चरण ने ना जोड़ा ना घोड़ा ना बाज ना सिर ते ताज चलदे चलदे गरीब नवाज सच्चे पातशाह हाथ विच एक श्री साहब म्यान तो बिना एक तलवार म्यान तो बिना ते कलगी जेड़ी सी संगत सिंह दे सीस ते सजा के गुरु गोबिंद सिंह महाराज जेड़ी रात अपने उत्तों लंघी है ना ਇਹ ਰਾਤ ਸਾਰੀ ਰਾਤ ਜਾਗਦੇ ਰਹੇ ਪੈਦਲ ਸਫ਼ਰ ਕੀਤਾ। ਗੁਰੂ ਜੀ ਪਹੁੰਚੇ ਬਹਿਲੌਲਪੁਰ ਪਿੰਡ ਵਿੱਚ। ਇਹ ਬਹਿਲੌਲਪੁਰ ਪਿੰਡ ਵਿੱਚ ਗੁਰੂ ਸਾਹਿਬ ਦਾ ਇੱਕ ਸੇਵਾਦਾਰ ਰਹਿੰਦਾ ਹੈ ਪੂਰਨ ਮਸੰਦ ਉਹਦਾ ਨਾਮ ਹੈ ਪੂਰਨ ਮਸੰਦ। ਇਹ ਅਗਰਾਈਆਂ ਕਰਕੇ ਪੈਸਾ ਇਕੱਠਾ ਕਰਕੇ ਸੰਗਤਾਂ ਨੂੰ ਲੈ ਕੇ ਆਨੰਦਪੁਰ ਸਾਹਿਬ ਜਾਂਦੇ ਰਹੇ ਪਰ ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰੇ ਬਿਪਤ ਪਰੀ ਸਭ ਹੀ ਸੰਗ ਛਾਡਤ ਕੋ ਨ ਆਵਤ ਪਤਾ ਹੀ ਇਹੋ ਜਿਹੇ ਸਮੇਂ ਤੇ ਲੱਗਦਾ ਨੇੜੇ ਟੁੱਕ ਟੁੱਕ ਬਹਿੰਦੀ ਹੈ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ ਹੈ ਪਤਾ ਤੇ ਪਾ ਲੱਗਦਾ ਹੀ ਫੇਰ ਹੈ ਤੇਰੇ ਫੁੱਲ ਹੋਏ ਸਿਵਲੀਆ ਜਾਰਾ ਤਿੱਖੇ ਲੱਗਦੇ ਵਾਂਗ ਤਲਵਾਰਾਂ। ਮਨਸੂਰ ਦਾ ਯਾਰ ਸੀ ਸਿਵਲੀ ਉਹਨੂੰ ਸਜ਼ਾ ਮਿਲੀ ਵੱਟੇ ਮਾਰਨ ਲੋਕ ਪੱਥਰ ਮਾਰਨ ਇਹਨੂੰ ਪੱਥਰ ਮਾਰੋ ਵੱਟੇ ਮਾਰੋ ਤੇ ਉਹਦੇ ਯਾਰ ਨੇ ਸਿਵਲੀ ਨੇ ਸੋਚਿਆ ਵੀ ਜੇ ਨਾ ਮਾਰਿਆ ਤੇ ਸਰਕਾਰ ਸਜ਼ਾ ਦੇਗੀ। ਉਹਨੇ ਕਿਹਾ ਲੋਕੀ ਫੁੱਲ ਮਾਰ ਲੋਕੀ ਪੱਥਰ ਮਾਰਦੇ ਆ ਮੈਂ ਭੀੜ ਵਿੱਚ ਚੱਲ ਜਾ ਕੇ ਫੁੱਲ ਮਾਰ ਦੇਣਾ ਪਤਾ ਕੀ ਲੱਗੂ ਵੀ ਕਿੰਨੇ ਵੱਟੇ ਮਾਰੇ ਕਿੰਨੇ ਫੁੱਲ ਮਾਰੇ ਬਾਂਹ ਤੇ ਐਂ ਕਰੂੰਗਾ ਹੀ। ਮਨਸੂਰ ਦੀ ਨਜ਼ਰ ਸਿਵਲੀ ਵਿੱਚ ਸੀ ਵੀ ਕਰ ਕਰੂ ਕੀ ਹੁਣ ਇਹ ਉਹਦਾ ਤੇ ਧਿਆਨ ਹੀ ਆਪਣੇ ਦੋਸਤ ਵਿੱਚ ਸੀ ਵੀ ਆਹ ਖੜਾ ਹੈ ਇਹ ਵੇਖ ਰਿਹਾ ਕੀ ਬਾਕੀ ਤੇ ਪੱਥਰ ਮਾਰਦਾ ਹੀ ਹੈ। ਜਦੋਂ ਬਾਕੀਆਂ ਨੇ ਪੱਥਰ ਮਾਰੇ ਜਦੋਂ ਇਹਨੇ ਫੁੱਲ ਮਾਰੇ ਨਾ ਉਹ ਚੀਕਾਂ ਲੱਗ ਪਿਆ ਮਾਰਨ। ਕਹਿੰਦੇ ਕਿਉਂ ਰੋਣਾ ਹੈ? ਕਹਿੰਦੇ ਇਸ ਕਰਕੇ ਰੋਣਾ ਵੀ ਇਹਨਾਂ ਨੂੰ ਤੇ ਸੱਚ ਦਾ ਪਤਾ ਨਹੀਂ ਤੈਨੂੰ ਤੇ ਪਤਾ ਹੈ ਇਹ ਤੇ ਪਿਆਰ ਨਹੀਂ ਸੀ ਕਰਦੇ ਮੈਨੂੰ ਤੂੰ ਤੇ ਦਾਵਾ ਕਰਦਾ ਸੀ ਪਿਆਰ ਦਾ ਵੀ ਤੇਰੇ ਨਾਲ ਪਿਆਰ ਬਹੁਤ ਹੈ ਮੇਰਾ। ਇਹ ਕਿਹੜੇ ਕਦੇ ਕਹਿੰਦੇ ਸੀ ਵੀ ਮਨਸੂਰ ਤੇਰੇ ਨਾਲ ਨਿਭਾਵਾਂਗੇ ਤੈਂ ਤੇ ਕਿਹਾ ਸੀ ਮੈਨੂੰ ਇਹਨਾਂ ਦਾ ਦੁੱਖ ਨਹੀਂ ਲੱਗਿਆ ਦੁੱਖ ਮੈਨੂੰ ਤੇਰਾ ਲੱਗਿਆ। ਭਾਵੇਂ ਕੋਈ ਜੋ ਮਰਜ਼ੀ ਕਹੀ ਜਾਵੇ ਪਰ ਜਦੋਂ ਤੂੰ ਮਾਰੇ ਨੇ ਨਾ ਫੁੱਲ ਲੋਕਾਂ ਦੇ ਪੱਥਰਾਂ ਦੀ ਸਾਨੂੰ ਪਰਵਾਹ ਜ਼ਰਾ ਨਾ ਹੋਈ। ਮਿੱਤਰ ਨੇ ਫੁੱਲ ਮਾਰਿਆ ਸਾਡੀ ਰੂਹ ਅੰਦਰਾਂ ਤੱਕ ਰੋਈ। ਰੂਹ ਜਿਹੜੀ ਹੈ ਇਹ ਅੰਦਰ ਤੱਕ ਰੋਂਦੀ ਹੈ ਫਿਰ ਜਦੋਂ ਤੁਹਾਡਾ ਆਪਣਾ ਤੁਹਾਡੇ ਨਾਲ ਧੋਖਾ ਕਰਦਾ ਤੁਹਾਡਾ ਆਪਣਾ ਤੁਹਾਡੇ ਨਾਲ ਦਗਾ ਕਰਦਾ। ਉਹ ਆਪਣੇ ਕਹਿੰਦੇ ਸੀ ਮਹਾਰਾਜ ਆਇਓ ਜੀ ਕਦੇ ਸਾਡੇ ਘਰੇ ਚਰਨ ਪਾਇਓ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਹਿਲੌਲਪੁਰ ਪਿੰਡ ਵਿੱਚ ਗਏ ਗਏ ਨਹੀਂ ਕੁਦਰਤੀ ਪਹੁੰਚੇ ਹੈ ਕਿਉਂਕਿ ਧੁੰਦ ਪੈਂਦੀ ਸੀ ਪਤਾ ਹੀ ਨਹੀਂ ਕਿਹੜਾ ਪਿੰਡ ਆ ਗਿਆ। ਹੁਣ ਧੁੰਦ ਪੈਂਦੀ ਵਿੱਚ ਸਵੇਰੇ ਸਵੇਰੇ ਨਾ ਉੱਥੇ ਇੱਕ ਪੰਡਤਾਂ ਦਾ ਪੰਡਿਤ ਬ੍ਰਾਹਮਣ ਸੀ ਕੋਈ ਉਹ ਸਵੇਰੇ ਸਵੇਰੇ ਟੋਭੇ ਤੇ ਨਹਾਉਣ ਆਇਆ। ਜਦੋਂ ਇਸ਼ਨਾਨ ਕਰਨ ਆਇਆ ਰਾਮ 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 ਕਰਦਾ ਹੱਥ 'ਚ ਲਾਲਟੈਨ ਫੜ ਕੇ ਨਹਾਉਣ ਜਦੋਂ ਆਇਆ ਤੇ ਗੁਰੂ ਸਾਹਿਬ ਨੂੰ ਵੇਖ ਲਿਆ। ਗੁਰੂ ਸਾਹਿਬ ਕਹਿੰਦੇ ਭਾਈ
ਆ ਗੱਲ ਸੁਣ ਭਾਈ ਰਾਮਦਿਆ ਭਗਤਾ ਗੱਲ ਸੁਣ ਉਹ ਨੇੜੇ ਆ ਗਿਆ ਹੁਣ ਧੁੰਦ ਦੇ ਵਿੱਚ ਲਾਲਟੈਨ ਦੇ ਨਾਲ ਉਹਨੇ ਐ ਨਾ ਗੁਰੂ ਸਾਹਿਬ ਨੂੰ ਉੱਤੋਂ ਤੋਂ ਲੈ ਕੇ ਐ ਲਾਲਟੈਨ ਨਾਲ ਥੱਲੇ ਤੱਕ ਵੇਖਿਆ ਪਜਾਮੀ ਪਾਟੀ ਪਈ ਐ ਚੋਲਾ ਪਾਟਿਆ ਪਿਆ ਕਈ ਥਾਵਾਂ ਤੋਂ ਝਾੜੀਆਂ ਨਾਲ ਅੜ ਅੜ ਕੇ ਏਡੇ ਏਡੇ ਕੰਡੇ ਵੱਜੇ ਪਏ ਐ ਇਹੋ ਜਿਹੇ ਸਮੇਂ ਤੇ ਨਾ ਉਹ ਤਰਸ ਆ ਗਿਆ ਉਹਨੂੰ ਵੇਖ ਕੇ ਤਰਸ ਆ ਗਿਆ ਉਹ ਕਹਿੰਦਾ ਹਾਂਜੀ ਦੱਸੋ ਮਹਾਰਾਜ ਕਹਿੰਦੇ ਕਿਹੜਾ ਪਿੰਡ ਹੈ ਕਹਿੰਦੇ ਬਹਿਲੌਲਪੁਰ ਹੈ ਜੀ ਗੁਰੂ ਗੋਬਿੰਦ ਸਿੰਘ ਕਹਿੰਦੇ ਐ ਇੱਥੇ ਇੱਕ ਪੂਰਨ ਮਸੰਦ ਰਹਿੰਦਾ ਜਾਣਦਾ ਹੈ ਕਹਿੰਦਾ ਹਾਂਜੀ ਗੁਰੂ ਗੋਬਿੰਦ ਸਿੰਘ ਦਾ ਸਿੰਘ ਸੇਵਾਦਾਰ ਹੈ ਜਿਹੜਾ ਆਨੰਦਪੁਰ ਵਾਲੇ ਗੁਰੂ ਦਾ ਸੇਵਾਦਾਰ ਹੈ ਮਹਾਰਾਜ ਕਹਿੰਦੇ ਹਾਂ ਉਸੇ ਦੀ ਗੱਲ ਕਰਦਾ ਕਹਿੰਦਾ ਮੈਂ ਜਾਣਦਾ ਜੀ ਉਹਦਾ ਘਰ ਇੱਥੇ ਨੇੜੇ ਹੀ ਹੈ ਮਹਾਰਾਜ ਕਹਿੰਦੇ ਲੈ ਚੱਲੇਗਾ ਉਹਦੇ ਘਰੇ ਉਹਨੂੰ ਤਰਸ ਆ ਗਿਆ ਵੀ ਮੈਂ ਨਹਾ ਬਾਅਦ ਚਲੋ ਚਲੋ ਛੱਡ ਕੇ ਆਵਾਂ ਭੱਜ ਕੇ ਅੱਗੇ ਅੱਗੇ ਤੁਰ ਪਿਆ ਲਾਲਟੈਨ ਲੈ ਕੇ ਹਵੇਲੀ ਸੀ ਵੱਡੀ ਪੁਰਾਣੇ ਵੱਡੇ ਦਰਵਾਜ਼ੇ ਲੱਗਦੇ ਸੀ ਜਿੱਦਾਂ ਉਹ ਦਰਵਾਜ਼ਾ ਖੜਕਾਇਆ ਥੱਲੇ ਪਸ਼ੂ ਰੱਖੇ ਹੋਏ ਸੀ ਪਸ਼ੂਆਂ ਦੇ ਵਿੱਚ ਪੂਰਨ ਮਸੰਦ ਉੱਪਰ ਚਵਾਰਿਆਂ 'ਚ ਰਹਿੰਦਾ ਹੈ ਥੱਲੇ ਜਿਉਣਾ ਇਹਦਾ ਨੌਕਰ ਸੀ ਕਹਿੰਦੇ ਉਹਦੇ ਨੌਕਰ ਜਿਉਣੇ ਨੇ ਦਰਵਾਜ਼ਾ ਖੋਲ੍ਹਿਆ ਪਸ਼ੂਆਂ ਦੇ ਵਿੱਚ ਮੰਜੀ ਡਾਹ ਕੇ ਉੱਥੇ ਹੀ ਸੁੱਤਾ ਰਹਿੰਦਾ ਸੀ ਦਰਵਾਜ਼ਾ ਖੋਲ੍ਹ ਕੇ ਇਹਨੇ ਆਖਿਆ ਹਾਂਜੀ ਪੰਡਿਤ ਕਹਿੰਦਾ ਤੁਹਾਡੇ ਕੰਨ ਤੁਹਾਨੂੰ ਕੋਈ ਮਿਲਣ ਆਇਆ ਅੰਦਰ ਵਾੜੋ ਮੈਂ ਚੱਲਿਆ ਗੁਰੂ ਸਾਹਿਬ ਨੂੰ ਅੰਦਰ ਵਾੜ ਕੇ ਆਪ ਉਹ ਬ੍ਰਾਹਮਣ ਚਲਿਆ ਗਿਆ ਦਰਵਾਜ਼ਾ ਕਰ ਲਿਆ ਬੰਦ ਜਿਉਣੇ ਨੇ ਮਹਾਰਾਜ ਨੂੰ ਆਪਣੇ ਵਾਲੀ ਮੰਜੀ ਤੇ ਬਾਹਤਾ ਡੰਗਰਾਂ ਦੇ ਵਿੱਚ ਹੀ ਮੰਜੀ ਡਾਈ ਹੋਈ ਸੀ ਇਹਨੂੰ ਪਤਾ ਨਹੀਂ ਜਾਣਦਾ ਬਹੁਤ ਹੈ ਗੱਲਾਂ ਬਹੁਤ ਸੁਣੀਆਂ ਨੇ ਸਿਫਤਾਂ ਬਹੁਤ ਸੁਣੀਆਂ ਨੇ ਦਰਸ਼ਨ ਨਹੀਂ ਸੀ ਕੀਤੇ ਜਿਉਣੇ ਨੇ ਸਿਫਤਾਂ ਬਹੁਤ ਸੁਣੀਆਂ ਨੇ ਅੱਜ ਵੇਖਦਾ ਵੀ ਸਾਦੀ ਜੀ ਦਸਤਾਰ ਹੈ ਚਿਹਰਾ ਦਗ ਦਗ ਕਰਦਾ ਚੇਤਾ ਰੱਖਿਓ ਪਿਆਰਿਓ ਜਦੋਂ ਨਿਰਦੋਸ਼ ਚਿੱਤ ਹੋਵੇ ਚਿਹਰਾ ਕਾਲਾ ਵੀ ਹੋਵੇ ਪਿਆਰਾ ਲੱਗਦਾ ਇਹ ਚੇਤਾ ਰੱਖਿਓ ਨਿਰਦੋਸ਼ ਚਿੱਤ ਵਾਲੇ ਬੰਦੇ ਦਾ ਚਿਹਰਾ ਕਾਲਾ ਵੀ ਹੋਵੇ ਪਿਆਰਾ ਲੱਗਦਾ ਜਿਹਦਾ ਚਿੱਤ ਨਿਰਦੋਸ਼ ਹੋਵੇ ਜਿਹੜਾ ਅੰਦਰੋਂ ਦੋਸ਼ੀ ਹੁੰਦਾ ਹੈ ਬੰਦਾ ਉਹ ਗੋਰਾ ਵੀ ਸੋਹਣਾ ਨਹੀਂ ਲੱਗਦਾ ਰੱਜ ਕੇ ਸੋਹਣਾ ਹੁੰਦਾ ਪਰ ਕਰੂਪ ਲੱਗਦਾ ਹੈ ਉਹਦਾ ਮੋਹ ਨਹੀਂ ਆਉਂਦਾ ਨਿਰਦੋਸ਼ ਚਿੱਤ ਬੰਦੇ ਤੁਸੀਂ ਵੇਖਿਓ ਬੱਚਿਆਂ ਵਰਗੇ ਚਿਹਰੇ ਹੁੰਦੇ ਨੇ ਪਿਆਰੇ ਲੱਗਦੇ ਨੇ ਉਹ ਜਿਵੇਂ ਬੱਚਾ ਨਹੀਂ ਪਿਆਰਾ ਲੱਗਦਾ ਬੱਚੇ ਦਾ ਚਿਹਰਾ ਤਾਂ ਪਿਆਰਾ ਲੱਗਦਾ ਕਿਉਂਕਿ ਨਿਰਦੋਸ਼ ਚਿੱਤ ਹੁੰਦਾ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾ ਇਦਾਂ ਦਗ ਦਗ ਕਰਦਾ ਚਿਹਰਾ ਤੱਕ ਕੇ ਇਹ ਕਹਿੰਦਾ ਹੈ ਬਈ ਸਿੱਖ ਤੇ ਬਹੁਤ ਵੇਖੇ ਆ ਪਰ ਐ ਨਹੀਂ ਵੇਖਿਆ ਵੀ ਸਾਦੀ ਜੀ ਦਸਤਾਰ ਐ ਜੇ ਢਿੱਲੀ ਜੀ ਬੰਨੀ ਹੋਈ ਹੈ ਤੇ ਪਜਾਮੀ ਪਾਟੀ ਸਾਰਾ ਵੇਖ ਕੇ ਵੀ ਤੇ ਚਿੱਕੜ ਨਾਲ ਪੈਰ ਲਿਪੜੇ ਖੂਨ ਨਿਕਲਦਾ ਹੈ ਇੰਨੇ ਕੰਡੇ ਵੱਜੇ ਆ ਵਿੱਚ ਐਂ ਤੁਰੇ ਆ ਇਹ ਸੱਚੇ ਪਾਤਸ਼ਾਹ ਇਹ ਕਹਿੰਦਾ ਜੀ ਦੱਸੋ ਜੀ ਹੁਕਮ ਕਰੋ ਕੌਣ ਹੋ ਕਹਿੰਦੇ ਪੂਰਨ ਮਸੰਦ ਨੂੰ ਮਿਲਣਾ ਹੈ ਕਹਿੰਦੇ ਜੀ ਉੱਪਰ ਪਏ ਆ ਚਵਾਰੇ ਵਿੱਚ ਗੁਰੂ ਸਾਹਿਬ ਕਹਿੰਦੇ ਸੱਦ ਫਿਰ ਕਹਿੰਦੇ ਜੀ ਹੁਣੇ ਹੀ ਬੁਲਾ ਲੈਣਾ ਪਰ ਮੈਨੂੰ ਦੱਸਣਾ ਪਊ ਨਾ ਵੀ ਆਇਆ ਕੌਣ ਹੈ ਤੁਹਾਨੂੰ ਆਪਣਾ ਨਾਮ ਦੱਸਣਾ ਪਊ ਦੱਸੂ ਤੇ ਜਾ ਕੇ ਕੀ ਵੀ ਕੌਣ ਆਇਆ ਹੈ ਗੁਰੂ ਸਾਹਿਬ ਨੇ ਫਿਰ ਇੱਥੇ ਦੱਸਿਆ ਕਹਿੰਦੇ ਆਨੰਦਪੁਰ ਸਾਹਿਬ ਤੋਂ ਮੈਂ ਆਇਆ ਤੇ ਨਾਮ ਮੇਰਾ ਗੋਬਿੰਦ ਸਿੰਘ ਜਦੋਂ ਸੁਣਿਆ ਗੋਬਿੰਦ ਸਿੰਘ ਇਹਨੂੰ ਸ਼ੱਕ ਪਹਿਲਾਂ ਹੀ ਪੈਂਦੀ ਸੀ ਵੀ ਆਮ ਸਿੱਖ ਨਹੀਂ ਮੈਂ ਇਦਾਂ ਦਾ ਵੀ ਇਦਾਂ ਜੇ ਤਾਂ ਨਹੀਂ ਵੇਖਿਆ ਕਿਉਂਕਿ ਬਹੁਤ ਖਿੱਚ ਜਿਹਾ ਵੱਖਰਾ ਜਿਹਾ ਇਹਨੇ ਲਿਬੜੇ ਪੈਰਾਂ ਦੇ ਉੱਤੇ ਮੱਥਾ ਟੇਕਿਆ ਕਹਿੰਦਾ ਧੰਨ ਭਾਗ ਸੱਚੇ ਗੁਰੂ ਸਾਹਿਬ ਨੇ ਫੜ ਲਿਆ ਕਹਿੰਦੇ ਨਾ 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 ਕਾਹਦੇ ਲਈ ਐਵੇਂ ਡਿੱਗਦਾ ਪੈਰਾਂ ਤੇ ਭੱਜ ਕੇ ਫਟਾਫਟ ਗੁਰੂ ਸਾਹਿਬ ਦੇ ਚਰਨ ਇਹਨੇ ਸਾਫ਼ ਕੀਤੇ ਕੱਪੜਾ ਲਿਆਇਆ ਕੰਡੇ ਕੱਢਦਾ ਹੈ ਮਹਾਰਾਜ ਦੇ ਪੈਰਾਂ 'ਚ ਲੱਗੇ ਖੂਨ ਸਾਫ਼ ਕਰਦਾ ਹੈ ਅੱਗ ਬਾਲਤੀ ਨੇੜੇ ਹੀ ਰਾਤ ਬਲਦੀ ਅੱਗ ਸੀ ਜਿਹੜੀ ਉਹਦੀ ਫਟਾਫਟ ਧੂਣੀ ਬਾਲਦੀ ਹੋਰ ਬਾਲਣ ਪਾ ਕੇ ਸੇਕ ਲਓ ਮਹਾਰਾਜ ਹੱਥ ਸੇਕੋ ਪੈਰ ਸੇਕੋ ਬਹਿਲੌਲਪੁਰ ਪਿੰਡ ਮਾਛੀਵਾੜੇ ਬਾਅਦ ਚ ਗਏ ਫਟਾਫਟ ਇਹਨੇ ਅੱਗ ਬਾਲ ਕੇ ਮਹਾਰਾਜ ਨੂੰ ਬਿਠਾ ਕੇ ਫਿਰ ਚੜ੍ਹਿਆ ਚਵਾਰੇ ਭੱਜ ਕੇ ਪੌੜੀਆਂ ਚੜ੍ਹਿਆ ਲਓ ਹੁਣੀ ਲਿਆਇਆ ਮੈਂ ਆਵਾਜ਼ਾਂ ਮਾਰਦਾ ਇੱਦਾਂ ਦਰਵਾਜ਼ਾ ਖੜਕਾਉਂਦਾ ਪੂਰਨ ਮਨੋਸੰਦ ਨੂੰ ਵਾਜਾ ਦਰਵਾਜ਼ਾ ਬੂਹਾ ਖੋਲੋ ਜੀ ਦਰਵਾਜ਼ਾ ਖੋਲੋ ਛੇਤੀ ਉਹ ਅੰਦਰੋਂ ਕੱਪੜੇ ਜੇ ਪਾਉਂਦਾ ਬਾਹਰ ਨਿਕਲਿਆ ਹਾਂ ਬਈ ਕਾਹਦਾ ਰੌਲਾ ਪਾਇਆ ਕਹਿੰਦੇ ਛੇਤੀ ਚੱਲੋ ਜੀ ਥੱਲੇ ਥੱਲੇ ਗੁਰੂ ਗੋਬਿੰਦ ਸਿੰਘ ਆਏ
ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਆਏ ਮੇਰੇ ਘਰੇ ਕਹਿੰਦੇ ਹਾਂ ਚਲੋ ਥੱਲੇ ਕਹਿੰਦਾ ਖੜਦੇ ਜਾ ਕਾਲਾ ਨਾ ਪਏ ਐ ਦੱਸ ਵੀ ਕਿੰਨੇ ਕੁ ਬੰਦੇ ਨੇ ਕਿਵੇਂ ਕਹਿੰਦੇ ਕੋਈ ਬੰਦਾ ਨਹੀਂ ਨਾਲ ਇਕੱਲੇ ਹੀ ਨਹੀਂ ਉਹਦੇ ਪਜਾਮੀ ਵੀ ਪਾਟੀ ਪਈ ਚੋਲਾ ਵੀ ਪਾਟਿਆ ਪਿਆ ਚਿੱਕੜ ਨਾਲ ਪੈਰ ਲਿਪੜੇ ਆ ਖੂਨ ਚੱਲਦਾ ਹੈ ਖੂਨ ਚੱਲਦਾ ਹੈ ਮੈਨੂੰ ਲੱਗਦਾ ਕਿਸੇ ਜੰਗ ਦੇ ਵਿੱਚੋਂ ਨਿਕਲ ਕੇ ਆਏ ਆ ਐਂ ਆ ਗਏ ਕਹਿੰਦੇ ਆਪਣੇ ਘਰੇ ਕੌਣ ਲੈ ਆਇਆ ਕਹਿੰਦੇ ਫਲਾਣਾ ਪੰਡਤ ਉਹਨੂੰ ਮਿਲ ਪਏ ਸੀ ਉਹ ਲੈ ਆਇਆ ਸਾਡੇ ਘਰੇ ਉਹ ਛੱਡ ਕੇ ਗਿਆ ਐਡਰੈਸ ਉਹਨੇ ਦਿੱਤਾ ਪਤਾ ਸਾਡੇ ਘਰ ਦਾ ਉਹਨੇ ਦਿੱਤਾ ਉਹ ਤੇ ਐਂ ਸੋਚਣ ਜੇ ਲੱਗ ਗਿਆ ਉਹ ਇਕੱਲੇ ਹੀ ਨਹੀਂ ਕਹਿੰਦੇ ਹਾਂ ਥੱਲੇ ਚੱਲੋ ਜੀ ਤੁਸੀਂ ਖੜੇ ਕੀ ਕਰਦੇ ਹੋ ਥੱਲੇ ਚੱਲੋ ਉਹ ਤੇ ਐਂ ਸੁਣ ਜਿਹਾ ਹੋ ਕੇ ਖੜ ਗਿਆ ਕਹਿੰਦਾ ਅੱਛਾ ਫਿਰ ਤੈਨੂੰ ਕੀ ਪੁੱਛਿਆ ਸੀ ਕਹਿੰਦੇ ਮੈਨੂੰ ਪੁੱਛਿਆ ਵੀ ਪੂਰਨ ਮਸੰਦ ਕਿੱਥੇ ਹੈ ਕਹਿੰਦੇ ਫਿਰ ਤੈਂ ਕੀ ਕਿਹਾ ਕਹਿੰਦੇ ਮੈਂ ਕਹਿਤਾ ਵੀ ਮੈਂ ਬੁਲਾ ਕੇ ਲਿਆਉਣਾ ਕਹਿੰਦੇ ਓਏ ਕਮਲਿਆ ਤੈਂ ਐ ਕਿਉਂ ਕਹਿਤਾ ਮੈਂ ਘਰੇ ਹੀ ਆ ਤੂੰ ਕਹਿ ਦੇਣਾ ਸੀ ਮੈਂ ਘਰੇ ਹੀ ਐ ਕਹਿ ਇਹ ਕਿਹੜੀ ਇਹ ਕਿਹੜਾ ਦਿਨ ਹੈ ਜੀ ਇਹ ਅੱਜ ਦੀ ਸਵੇਰ ਜਿਹੜੀ ਅੱਜ ਲੰਘ ਕੇ ਗਈ ਹੈ ਇਹ ਅੱਜ ਵਾਲੀ ਸਵੇਰ ਸੀ ਜਦੋਂ ਪੂਰਨ ਮਸੰਦ ਦੇ ਘਰੇ ਗਿਆ ਨੂੰ ਪੂਰਨ ਮਸੰਦ ਨੇ ਕਹਿਤਾ ਕਹਿੰਦੇ ਜਾ ਕੇ ਕਹਿ ਦੇ ਵੀ ਸਾਨੂੰ ਹੁਣ ਤੇਰੇ ਦਰਸ਼ਨਾਂ ਦੀ ਲੋੜ ਨਹੀਂ ਜੇ ਕਰਨੇ ਹੋਣਗੇ ਆਨੰਦਪੁਰ ਆ ਕੇ ਕਰ ਲਾਂਗੇ ਹੁਣੇ ਸਾਡੇ ਘਰੋਂ ਬਾਹਰ ਹੋ ਜਾਓ ਤੁਹਾਡੇ ਮਗਰ ਫੌਜਾਂ ਲੱਗੀਆਂ ਸਾਨੂੰ ਖਤਰਾ ਹੋ ਜਾਊ ਹੁਣੇ ਬਾਹਰ ਜਾਓ ਵੇਖੋ ਹੈ ਮਸੰਦ ਹੈ ਪਰ ਇਰਾਦੇ ਮਾੜੇ ਸੀ ਨਾ ਇਹਨਾਂ ਬੰਦਿਆਂ ਦੇ ਉੱਤੋਂ ਤੇ ਗਰਾਈਆਂ ਕਰਦੇ ਸੀ ਉੱਤੋਂ ਤੇ ਕਹਿੰਦੇ ਸੀ ਸੇਵਾਦਾਰ ਆ ਸੇਵਾਦਾਰੀ ਨਹੀਂ ਵੇਖੀ ਜਾਣੀ ਇਰਾਦੇ ਵੇਖੇ ਜਾਣਗੇ ਅੰਦਰ ਇਰਾਦਾ ਕੀ ਹੈ ਅੱਜ ਲੱਗ ਗਿਆ ਨਾ ਪਤਾ ਇਰਾਦਿਆਂ ਦਾ ਨਕਲੀਆਂ ਦਾ ਪਤਾ ਕਦੇ ਨਾ ਕਦੇ ਲੱਗ ਹੀ ਜਾਂਦਾ ਹੁੰਦਾ ਹੈ ਜਿਹਦੇ ਕੋਈ ਪਰਖ ਹੋਈ ਉਦੋਂ ਹੀ ਪਤਾ ਲੱਗ ਜੂ ਵੀ ਨਕਲੀ ਕੌਣ ਹੈ ਤੇ ਅਸਲੀ ਕੌਣ ਹੈ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਭਾਈ ਆਪਾਂ ਇਤਿਹਾਸ ਵੀ ਗੱਲ ਕਰਨੀ ਹੈ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਕਰਦੇ ਹਾਂ ਪੰਜ ਪਿਆਰਿਆਂ ਨੂੰ ਜਿਹੜੀ ਸੰਗਤ ਅੰਮ੍ਰਿਤ ਛਕ ਕੇ ਆ ਰਹੀ ਹੈ ਉਹਨਾਂ ਨੇ ਸਟੇਜ ਤੇ ਆਉਣਾ ਹੈ ਬਸ ਥੋੜਾ ਥੋੜਾ ਰਾਹ ਭਾਈ ਜ਼ਿਆਦਾ ਨਹੀਂ ਜਿੱਥੇ ਬੈਠੇ ਹੋ ਨਾ ਬੀਬੀ ਉਹ ਥੋੜਾ ਥੋੜਾ ਥਾਂ ਬਣਾਓ ਇੱਕ ਜਿਵੇਂ ਰਾਹ ਬਣਾ ਲਓ ਥੋੜਾ ਥੋੜਾ ਹੀ ਬਣਾ ਲਓ ਜ਼ਿਆਦਾ ਨਹੀਂ ਸਿੱਧੇ ਸਿੱਧੇ ਪੰਜ ਪਿਆਰੇ ਨਾਲ ਸੰਗਤ ਜਿਹੜੀ ਆਈ ਹੈ ਉਹ ਅੰਮ੍ਰਿਤ ਛਕ ਕੇ ਆ ਜਾਣਗੇ ਟਿਕਾ ਬਣਾ ਕੇ ਰੱਖਿਓ ਹਿੱਲ ਜੁੱਲ ਬਿਲਕੁਲ ਨਾ ਹੋਵੇ ਆਪਾਂ ਇੱਥੇ ਹੀ ਆਪਣਾ ਮਨ ਲੈ ਕੇ ਆਉਣਾ ਵਾਪਸ ਐ ਸਾਹਮਣੇ ਰਵੇ ਸਾਰਾ ਨਕਸ਼ਾ ਬਣਿਆ ਤੇ ਛੋਟੇ ਸਾਹਿਬਜ਼ਾਦਿਆਂ ਦੀ ਆਪਾਂ ਥੋੜੇ ਜਿਹੇ ਮਿੰਟ ਗੱਲ ਕਰ ਲਾਂਗੇ ਜੇ ਟਾਈਮ ਬਥੇਰਾ ਹੈ ਤੇ ਇਕਾਗਰਤਾ ਬਣਾ ਕੇ ਰੱਖਿਓ ਹਿੱਲ ਜੁੱਲ ਨਾ ਹੋਵੇ ਜੀ ਆਇਆਂ ਨੂੰ ਕਹੀਏ ਜਿਹੜੇ ਅੱਜ ਅੰਮ੍ਰਿਤ ਛਕ ਕੇ ਆਏ ਐ ਜਿਹੜੇ ਸੰਗ ਸਿੰਘ ਸਜੇ ਐ ਗੁਰੂ ਸਾਹਿਬ ਜੀ ਨੇ ਜਿਨ੍ਹਾਂ ਜਿਨ੍ਹਾਂ ਉੱਤੇ ਕਿਰਪਾ ਕੀਤੀ ਹੈ ਨਿਭ ਜਾਣ ਕਲਗੀਆਂ ਵਾਲਿਆਂ ਚਰਨਾਂ ਦੇ ਨਾਲ ਲੱਗੀਆਂ ਨਿਭ ਜਾਣ ਕਲਗੀਆਂ ਵਾਲਿਆਂ ਚਰਨਾਂ ਦੇ ਨਾਲ ਲੱਗੀਆਂ ਨਿਭ ਜਾਣ ਕਲਗੀਆਂ ਵਾਲਿਆਂ ਚਰਨਾਂ ਦੇ ਨਾਲ ਲੱਗੀਆਂ ਨਿਭ ਜਾਣ ਕਲਗੀਆਂ ਵਾਲਿਆਂ ਜਾਨ ਕਲਗੀਆਂ ਵਾਲਿਆ ਚਰਨਾਂ ਦੇ ਨਾਲ ਲੱਗੀਆਂ ਇਹ ਜਾਨ ਕਲਗੀਆਂ ਵਾਲਿਆ ਚਰਨਾਂ ਦੇ ਨਾਲ ਲੱਗੀਆਂ ਜਾਨ ਕਲਗੀਆਂ ਉਹ ਕਲਗੀਆਂ ਵਾਲਿਆ ਚਰਨਾਂ ਦੇ ਨਾਲ ਲੱਗੀਆਂ ਜਾਨ ਕਲਗੀਆਂ ਵਾਲਿਆ ਚਰਨਾਂ ਦੇ ਨਾਲ ਲੱਗੀਆਂ ਜਾਨ ਕਲਗੀਆਂ ਵਾਲਿਆ ਜੀ ਚਰਨਾਂ ਦੇ ਨਾਲ ਲੱਗੀਆਂ ਜਾਨ ਕਲਗੀਆਂ ਵਾਲਿਆ ਜੀ ਚਰਨਾਂ ਦੇ ਨਾਲ ਲੱਗੀਆਂ ਕਲਗੀਆਂ ਰਾਜੀ ਬਹਿ ਜੋ ਸਾਰੇ ਲਗੀਆਂ ਨਿਭ ਜਾਣ ਕਲਗੀਆਂ ਵਾਲਿਆ ਚਰਨਾਂ ਦੇ ਨਾਲ ਲੱਗੀਆਂ ਆਇਆ ਜੀ ਆਇਆ
ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਨੂੰ ਇੱਕ ਸੌ 63 ਪ੍ਰਾਨੀ ਗੁਰੂ ਵਾਲੇ ਬਣੇ ਸਿੰਘ ਸਜੇ ਬਹੁਤ ਬਹੁਤ ਵਧਾਈਆਂ ਜਦੋਂ ਜਕਾਰਾ ਲੱਗੇ ਸੰਗਿਓ ਨਾ ਬਾਹਾਂ ਸਿੱਧੀਆਂ ਰੱਖਿਓ ਜਿਨ੍ਹਾਂ ਨੂੰ ਚਾਹੇ ਸਮਾਗਮ ਦਾ ਬਸ ਅੱਧਾ ਕੁ ਮਿੰਟ ਫਿਰ ਆਪਾਂ ਅੱਗੇ ਗੱਲ ਕਰੀਏ ਬਿਲਕੁਲ ਸੰਗਿਓ ਨਾ ਜਿਨ੍ਹਾਂ ਨੂੰ ਚਾਹੇ ਸਮਾਗਮ ਦਾ ਸਿੱਧੀਆਂ ਰੱਖਿਓ ਬਾਹਾਂ ਇੱਕ ਸਿੱਖ ਬਸ ਅੱਧਾ ਕੁ ਮਿੰਟ ਹੀ ਰੱਖਿਓ ਉਸ ਉੱਪਰ ਬੋਲੇ ਚੜ੍ਹਦੀ ਕਲਾ ਵਾਲਾ ਜੀਵਨ ਬਣਾ ਕੇ ਰੱਖਿਓ ਸਿੰਘੋ ਇਹ ਨਾ ਹੋਵੇ ਵੀ ਅੱਜ ਤੋਂ ਬਾਅਦ ਨਾ ਆਕੜ ਬੰਦਾ ਵੈਸੇ ਹੀ ਨਾ ਕਈ ਤੇ ਮਾਫ ਕਰਨਾ ਜੇ ਆਪਣੇ ਮਨ ਨੂੰ ਨਾ ਬਦਲਣ ਨਾ ਮਨ ਨੂੰ ਆਪਣੇ ਮਨ ਨੂੰ ਨਾ ਸਮਝਾਇਆ ਕੱਲ ਵਾਲੇ ਦੀਵਾਨ 'ਚ ਜਿਹੜੀ ਗੱਲ ਆਪਾਂ ਵਾਰ ਵਾਰ ਕਰਦੇ ਸੀ ਵੀ ਗਿਆਨ ਹੈ ਜਿਹੜਾ ਇਹ ਸਾਨੂੰ ਖੁਦ ਲੈਣਾ ਪੈਣਾ ਸਾਨੂੰ ਸਮਝਣਾ ਪੈਣਾ ਗਿਆਨ ਲੈਣ ਦਾ ਵਿਸ਼ਾ ਹੈ ਗਿਆਨ ਦੇਣ ਦਾ ਵਿਸ਼ਾ ਨਹੀਂ ਤੇ ਜੇ ਮਨ ਆਪਣੇ ਨੂੰ ਨਾ ਮਾਰਿਆ ਬਦਲਿਆ ਤੇ ਕਈ ਵਾਰੀ ਬੰਦਾ ਅੰਮ੍ਰਿਤ ਛੱਕ ਕੇ ਵੀ ਆਕੜ ਚ ਆ ਜਾਂਦਾ ਹੋਰ ਹਿਸਾਬ ਨਾਲ ਮਿੰਟ ਦੇ ਵਿੱਚ ਹੀ ਬਦਲ ਜਾਂਦਾ ਵੀ ਬਸ ਜੀ ਹੁਣ ਤੇ ਬਸ ਜੀ ਹੁਕਮ ਹੀ ਆ ਗਿਆ ਬਸ ਉੱਤੋਂ ਬਸ ਤੇ ਹੋ ਗਏ ਜੀ ਏਦਾਂ ਨੀ ਆਕੜਾਂ ਜਿਹੀਆਂ ਨਹੀਂ ਹੋਣੀਆਂ ਚਾਹੀਦੀਆਂ ਸਿੱਧੇ ਰਹਿਣਾ ਸਿੱਧੇ ਯਾਨੀ ਕਿ ਆਪਣੇ ਆਪ ਨੂੰ ਬਦਲਣਾ ਹੈ ਮਨ ਬਦਲਣਾ ਕੋਈ ਦਿਖਾਵਾ ਥੋੜਾ ਕਰਨਾ ਵੱਖਰੇ ਨਹੀਂ ਆਪਣੇ ਆਪ ਨੂੰ ਬਸ ਬਦਲਣਾ ਵਧਾਈਆਂ ਬਹੁਤ ਬਹੁਤ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤੇ ਜਿਨ੍ਹਾਂ ਨੇ ਸਹਿਜ ਪਾਠ ਵੀ ਕਰਨੇ ਨੇ ਉਹ ਵੀ ਚੇਤਾ ਰੱਖਿਓ ਭਾਈ ਕੱਲ ਐਤਵਾਰ ਹੈ ਤੇ ਗੁਰਮਤਿ ਪ੍ਰਚਾਰ ਕੇਂਦਰ ਸੁਖਾਣਾ ਵੱਲੋਂ ਰਾਏਕੋਟ ਸਹਿਜ ਪਾਠ ਕਰਨ ਲਈ ਪੋਥੀਆਂ ਜਿਹੜੀਆਂ ਮਿਲਣਗੀਆਂ ਕੱਲ ਨੂੰ ਸਹਿਜ ਪਾਠ ਜਿਨ੍ਹਾਂ ਨੇ ਕਰਨੇ ਨੇ ਜਿਹੜੇ ਗੁਰਦੁਆਰੇ ਅੱਜ ਅੰਮ੍ਰਿਤ ਸੰਚਾਰ ਹੋਇਆ ਪੱਖੋਵਾਲ ਪਿੰਡ 10 ਵਜੇ ਗੁਰਦੁਆਰਾ ਸਾਹਿਬ 'ਚ ਕੱਲ੍ਹ ਸਹਿਜ ਪਾਠ ਆਰੰਭ ਕਰਾਏ ਜਾਣਗੇ ਮੇਰੇ ਵੀਰ ਭਰਾ ਭੈਣਾਂ ਮਾਤਾਵਾਂ ਨਾਲੇ ਸਹਿਜ ਪਾਠ ਸ਼ੁਰੂ ਕਰੋ ਪੋਥੀਆਂ ਪ੍ਰਾਪਤ ਕਰੋ ਤੇ ਉਦੋਂ ਬਾਅਦ ਫਿਰ ਬਾਣੀ ਦਾ ਪਾਠ ਚੱਲਦਾ ਰਹੇ ਸਾਡੇ ਘਰ
साल बाद भोग पाया करो कोई मगर नहीं पिया सानू ते हाथ नहीं लाउण दित्ता नेड़े नहीं जाण दित्ता कहिंदे बाबा जी जा सकदे ने बाबा जी भोग लवांदे ने बाबा जी अंदर जांदे ने पका के तुसीं लियायो भोग बाबा जी लवाउणगे वी लै दस जिहड़ा गुरु पक्किया मेरे हाथ दा खा सकदा है ते मेरे हथों रोटी नहीं खा सकदा कहिंदे लियायो तुसीं खवाउणगे बाबा जी आखो सतनाम वी दस जिहदी किरत है जिहदी कमाई है जिहदी मेहनत है जिहड़ा सारा दिन हल वाहुंदा रिहा जिहड़ी चुल्हे ते हथ सेकदी रही है ਜਿਹੜੀ ਬੀਬੀ ਹੱਥ ਸਾੜਦੀ ਰਹੀ ਹੈ ਉਹਦੇ ਹੱਥੋਂ ਨਹੀਂ ਖਾਂਦਾ ਬਾਬੇ ਦੇ ਹੱਥੋਂ ਖਾਊ ਲੈ ਇਹਨਾਂ ਨੇ ਟਕਵੰਜ ਕਿਹਾ ਜਿਹਾ ਰਚਿਆ ਵੀ ਜੇ ਤੈਨੂੰ ਭੋਗ ਲਵਾਉਣ ਦਾ ਬਾਹਲਾ ਹੀ ਚਾਹ ਆਪ ਬਣਾ ਕੇ ਖਵਾ ਖਾ ਪੰਜ ਸੱਤ ਸਬਜ਼ੀਆਂ ਬਣਾ ਤੈਨੂੰ ਪਤਾ ਲੱਗੇ ਵੀ ਸਬਜ਼ੀ ਕੱਟੀ ਦੀ ਕਿਵੇਂ ਹੈ ਤੇ ਭਾਅ ਕਿਸ ਮਿਲਦੀ ਹੈ ਮੰਡੀ ਚੋਂ ਪਤਾ ਤੇ ਲੱਗੇ ਤੈਨੂੰ ਬਣਾ ਬਣਾ ਕੇ ਖਵਾ ਕੇ ਤਿਆਰ ਕਰਕੇ ਤੇ ਫਿਰ ਖਵਾ ਕਹਿੰਦੇ ਨਹੀਂ ਨਹੀਂ ਕਹਿੰਦੇ ਲਿਆਇਓ ਤੁਸੀਂ ਖਵਾਊ ਮੈਂ ਤੇ ਕਰਨਾ ਕੀ ਹੁੰਦਾ ਅੱਗੇ ਬਹਿ ਕੇ ਪੰਜ ਚਾਰ ਮਿੰਟ ਤੇ ਬਾਅਦ ਚ ਲਓ ਜੀ ਗੁਰੂ ਸਾਹਿਬ ਨੇ ਛਕ ਲਿਆ ਛਕਣਾ ਆਪ ਹੀ ਹੁੰਦਾ ਹੈ ਬਹਾਨਾ ਗੁਰੂ ਦਾ ਹੁੰਦਾ ਹੈ ਸਾਡੇ ਗੁਰੂ ਜੀ ਕਹਿੰਦੇ ਐ ਗੁਰਬਾਣੀ ਚ ਇਹ ਗੱਲ ਚਲੋ ਵਿਸ਼ਾ ਹੁਣ ਆਪਾਂ ਛੇੜ ਨਹੀਂ ਸਕਦੇ ਜੇ ਛਿੜ ਗਿਆ ਤੇ ਲੰਮਾ ਚੱਲੂ ਆਪਾਂ ਸਾਹਿਬਜ਼ਾਦਿਆਂ ਦੀ ਗੱਲ ਕਰਨੀ ਇਹ ਚੇਤਾ ਰੱਖਿਓ ਗੱਲ ਗੁਰਬਾਣੀ ਵਿੱਚ ਇਹ ਗੱਲ ਕਲੀਅਰ ਲਿਖੀ ਹੈ ਕਹਿੰਦੇ ਜਿਹੜਾ ਟਕਵੰਜ ਕਰਦਾ ਨਾ ਬੰਦਾ ਵੀ ਮੈਂ ਕਰ ਪੰਜੀਰ ਖਵਾਇਓ ਚੋਰੋ ਜਨਮ ਨਾ ਮਰੇ ਰੇ ਸਾਕਤ ਢੋਰ ਰੱਬ ਨੂੰ ਤੂੰ ਕੌਣ ਖਵਾ ਲੇਗਾ ਰੱਬ ਤੇ ਸਾਰਿਆਂ ਨੂੰ ਖਵਾਉਂਦਾ ਹੈ ਸਗਲ ਪ੍ਰਾਧ ਦੇਹ ਲੋ ਰੋਨੀ ਸੋ ਮੁਖ ਚਲੋ ਜਿਤ ਕਹਿ ਹੈ ਠਾਕੁਰ ਜੋਨੀ ਮੂੰਹ ਸੜ ਜੇ ਜਿਹੜਾ ਰੱਬ ਨੂੰ ਜੂਨਾ ਵਿੱਚ ਪਾਵੇ ਜਿਹੜਾ ਰੱਬ ਨੂੰ ਜੂਨਾ ਵਿੱਚ ਪਾਵੇ ਕਹਿੰਦੇ ਤੁਹਾਡੀ ਸ਼ਰਧਾ ਨਹੀਂ ਤੁਸੀਂ ਤਾਂ ਇਦਾਂ ਦੀਆਂ ਗੱਲਾਂ ਕਰਦੇ ਹੋ ਨਾ ਭਾਈ ਸਾਡੀ ਤੇ ਸ਼ਰਧਾ ਹੈ ਕਿ ਰੱਬ ਸਾਨੂੰ ਸਾਰਿਆਂ ਨੂੰ ਖਵਾ ਰਿਹਾ ਉਹਦੀਆਂ ਦਾਤਾਂ ਅਸੀਂ ਖਾਂਦੇ ਹਾਂ ਅਸੀਂ ਉਹਨੂੰ ਕਿਉਂ ਕੌਣ ਆ ਖਵਾਉਣ ਵਾਲੇ ਨਾਲੇ ਸਰੂਪ ਤੇਰੇ ਪਿੰਡ ਵਿੱਚ 15 ਨੇ ਗੁਰਦੁਆਰੇ ਜਾ ਕੇ ਚੈੱਕ ਕਰ ਲਈ ਸੱਚਖੰਡ ਵਿੱਚ ਵੀ 5-7 ਪਏ ਨੇ ਕਦੇ ਉੱਥੇ ਵੀ ਖਵਾ ਕੇ ਆਇਆ ਕਿ ਜਿਹੜਾ ਪ੍ਰਕਾਸ਼ ਕੀਤਾ ਇੱਕ ਹੀ ਖਾਂਦਾ ਹੈ ਅਗਲਾ ਕਹਿੰਦਾ ਇੱਕ ਨੂੰ ਖਵਾ ਲਿਆ ਬਾਕੀ ਸਾਰਿਆਂ ਨੇ ਆਪੇ ਖਾ ਲਿਆ ਫਿਰ ਤੇ ਸਾਰੀ ਦੁਨੀਆ 'ਚ ਇੱਕ ਥਾਂ ਦੇ ਭੋਗ ਲਵਾ ਦਿਆ ਕਰੋ ਬਾਕੀਆਂ ਨੂੰ ਤੇ ਆਪੇ ਹੀ ਲੱਗ ਜਾਂਦਾ ਫਿਰ ਪਤਾ ਨਹੀਂ ਇਹ ਕਿਹੜੇ ਹਿਸਾਬ ਨਾਲ ਇਦਾਂ ਦੀਆਂ ਗੱਲਾਂ ਬਣਾਈਆਂ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪੀੜ੍ਹੀ ਜਿਹੜੀ ਹੈ ਨਵੀਂ ਜਨਰੇਸ਼ਨ ਧਰਮ ਤੋਂ ਮੁਨਕਰ ਹੋ ਜਾਏਗੀ ਜੇ ਤੁਸੀਂ ਇਦਾਂ ਦੀਆਂ ਹੀ ਗੱਲਾਂ ਕਰਦੇ ਰਹੇ ਅਸਲ ਗੱਲ ਕਰੋ ਕਿ ਸਾਨੂੰ ਸਾਰਿਆਂ ਨੂੰ ਦੇਣ ਵਾਲਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਉਹਦਾ ਦਿੱਤਾ ਅਸੀਂ ਖਾਂਦੇ ਹਾਂ ਆ ਜਦੋਂ ਸੰਗਤਾਂ ਛਕਦੀਆਂ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਸੰਗਤਾਂ ਦੇ ਵਿੱਚ ਕੌਣ ਖਾਂਦਾ ਹੈ ਜੀ ਪਰਮਾਤਮਾ ਖਾਂਦਾ ਕਿਸੇ ਲੋੜਵੰਦ ਨੂੰ ਜਦੋਂ ਘਿਓ ਦੇਣਾ ਹੈ ਉਹ ਸਮਝ ਲਓ ਪਰਮਾਤਮਾ ਦੀ ਜੋਤ ਚ ਪੈਂਦਾ ਕਿਉਂਕਿ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ ਇਹ ਜ਼ਰੂਰੀ ਹੈ ਧਰਮ ਦੇ ਨਾਂ ਤੇ ਪਖੰਡ ਨਾ ਕਰੀਏ ਸੋ ਜਿੰਨੇ ਖਾਣਾ ਹੈ ਭਾਈ ਮੰਗ ਕੇ ਖਾਓ ਵੀ ਲਿਆਓ ਭਾਈ ਰੋਟੀ ਬਣਾ ਕੇ ਲਿਆਇਓ ਖੀਰ ਬਣਾ ਕੇ ਲਿਆਇਓ ਕੜਾਹ ਬਣਾ ਕੇ ਲਿਆਇਓ ਆਪਾਂ ਪ੍ਰਸ਼ਾਦਾ ਛਕਣਾ 15-20 ਬੰਦੇ ਆ 50-100 ਅਸੀਂ 1000 ਬੰਦਾ ਗੁਰਦੁਆਰੇ ਚ ਲੈਨੇ ਆ ਭਾਈ ਰੋਟੀਆਂ ਬਣਾ ਕੇ ਲਿਆਇਆ ਕਰੋ ਸਾਨੂੰ ਲੋੜ ਹੈ ਇਹ ਤੇ ਹੋ ਗਈ ਨਾ ਗੱਲ ਸਿੱਧੀ ਤੇ ਸਪਸ਼ਟ ਇਹ ਨਾ ਕਿਹਾ ਕਰੋ ਵੀ ਗੁਰੂ ਨੂੰ ਖਵਾਵਾਂਗੇ ਬਹਾਨਾ ਗੁਰੂ ਦਾ ਜਿਵੇਂ ਕਹਿੰਦੇ ਮਾਂ ਬੱਚੇ ਦਾ ਪੱਜ ਤੇ ਮਾਂ ਦਾ ਰੱਜ ਇਹ ਕੰਮ ਬਾਬਿਓ ਨਾ ਕਰੋ ਜੋ ਚਾਹੁੰਦੇ ਹੋ ਸਿੱਧਾ ਮੰਗੋ ਆਖੋ ਸਤਨਾਮ ਐਵੇਂ ਗੁਰੂ ਦਾ ਬਹਾਨਾ ਨਾ ਬਣਾਓ ਵੀ ਗੁਰੂ ਦੇ ਨਾਂ ਤੇ ਵੀ ਗੁਰੂ ਖਾਂਦਾ ਗੁਰੂ ਖਾਂਦਾ ਜੇ ਗੁਰੂ ਖਾਂਦਾ ਫਿਰ ਇੱਕ ਨੂੰ ਭੋਗ ਲਵਾਉਂਦੇ ਹੋ ਬਾਣੀ ਤੇ ਕਹਿੰਦੇ 35 ਦੀ ਹੈ ਬਾਕੀ 35 34 ਨੂੰ ਥਾਲਾ ਕੌਣ ਲਵਾਊ ਫਿਰ ਤੁਸੀਂ ਕਹਿ ਦੋ ਵੀ ਇੱਕ ਨੇ ਖਾ ਲਿਆ ਸਾਰਿਆਂ ਨੇ ਖਾ ਲਿਆ ਬਸ ਫਿਰ ਐਂ ਕਹਿ ਦੇਣਗੇ ਕੋ ਇਸ ਕਰਕੇ ਇਹੋ ਜਿਹੀਆਂ ਗੱਲਾਂ ਨੂੰ ਸਾਨੂੰ ਸਮਝਣਾ ਪੈਣਾ ਪਿਆਰਿਓ ਇਹ ਗੱਲਾਂ ਨੂੰ ਸਮਝਣਾ ਪੈਣਾ ਕੜਾਹ ਪ੍ਰਸ਼ਾਦ ਫਿਰ ਅਗਲਾ ਸਵਾਲ ਵੀ ਕੜਾਹ ਪ੍ਰਸ਼ਾਦ ਕਿਉਂ ਆ ਜਾਂਦਾ ਇੱਥੇ ਇਹ ਦਰ ਪ੍ਰਮਾਣ ਕਹਿੰਦੇ ਨੇ ਗ੍ਰੰਥੀ ਦੱਸਿਓ ਪਿਆਰਿਓ ਸ੍ਰੀ ਹਰਿਮੰਦਰ ਸਾਹਿਬ ਕਦੇ ਭੋਗ ਲੱਗਦਾ ਵੇਖਿਆ ਥਾਲੇ ਦਾ ਬੋਲੋ ਬਈ ਨਹੀਂ ਲੱਗਦਾ ਅਕਾਲ ਤਖਤ ਦੀ ਮਰਿਆਦਾ ਵਿੱਚ ਲਿਖਿਆ ਪ੍ਰਸ਼ਾਦੇ ਦਾ ਨਹੀਂ ਕੜਾਹ ਪ੍ਰਸ਼ਾਦ ਦਰ ਪ੍ਰਵਾਨ ਹੈ ਦਰ ਪ੍ਰਵਾਨ ਦਾ ਮਤਲਬ ਹੈ ਜਿਵੇਂ ਆਪਾਂ ਕਹਿ ਦਈਏ ਮਾਇਆ ਪ੍ਰਵਾਨ ਕਰ ਲਿਓ ਮਹਾਰਾਜ ਰਮਾਲਾ ਪ੍ਰਵਾਨ ਕਰ ਲਿਓ ਮਹਾਰਾਜ ਪ੍ਰਸ਼ਾਦ ਪ੍ਰਵਾਨ ਕਰ ਲਿਓ ਮਤਲਬ ਵੀ ਪ੍ਰਵਾਨ ਕਰ ਲਓ ਛਕਣਾ ਇਹਨੂੰ ਸੰਗਤ ਨਹੀਂ ਹੈ ਆਖੋ ਸਤਨਾਮ ਸੰਗਤ ਵਿੱਚ ਵਰਤਾਉਣ ਦੀ ਆਗਿਆ ਦੇ ਦਿਓ ਸੰਗਤ ਵਿੱਚ ਵਰਤਾਵਾਂਗੇ ਸੰਗਤ ਵਿੱਚ ਤੁਸੀਂ ਉਹੀ ਛਕਦੇ ਹੋ ਪਰਮਾਤਮਾ ਹੀ ਛਕਦਾ ਭਾਈ ਸੰਗਤ ਇਹੀ ਗੱਲ ਹੈ ਸੋ ਇਹ ਜਿਹੜੀ ਗੱਲ ਮੈਂ ਕੋਈ ਆਪਣੇ ਕੋਲੋਂ ਨਹੀਂ ਅਕਾਲ ਤਖਤ ਜਾਇਓ ਕਦੇ ਅਕਾਲ ਤਖਤ ਵਾਲੇ ਆਪ ਤੇ ਵੈਸੇ ਮੰਨਣ ਭਾਵੇਂ ਨਾ ਮੰਨਣ ਪਰ ਅਕਾਲ ਤਖਤ ਨੂੰ ਜਾ ਕੇ ਪੁੱਛਿਓ ਅਕਾਲ ਤਖਤ ਰਹਿਣ ਵਾਲੇ ਬੰਦਿਆਂ ਨੂੰ ਵੀ ਦੱਸਿਓ ਭਾਈ ਥਾਲਾ ਲਵਾਉਂਦੇ ਹੋ ਭੋਗ ਲਵਾਉਂਦੇ ਹੋ ਕਹਿਣਗੇ ਨਹੀਂ ਲਵਾਉਂਦੇ ਭੋਗ ਲਵਾਉਣਾ ਗੁਰਮਤ ਹੈ ਕਿ ਮਨਮਤ ਹੈ ਕੀ ਕਹਿਣਗੇ ਦੱਸੋ ਮਨਮਤ ਇਹ ਕਹਿਣਗੇ ਲੋਕਾਂ ਦੀ ਮਰਜ਼ੀ ਹੈ ਗੁਰੂ ਦੀ ਮਤ ਨਹੀਂ ਹੈ ਗੁਰੂ ਨਹੀਂ ਇਹ ਕਹਿੰਦਾ ਇਸ ਕਰਕੇ ਇਹਨਾਂ ਗੱਲਾਂ ਦਾ ਆਪਾਂ ਖਿਆਲ ਰੱਖੀਏ ਸੋ
ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤਕੜੇ ਹੋ ਕੇ ਰਿਹੋ ਭਾਈ ਸਹਿਜ ਪਾਠ ਆਪ ਕਰੋ ਅੱਖਾਂ ਖੁੱਲਣ ਸਾਨੂੰ ਪਤਾ ਲੱਗੇ ਬਾਣੀ 'ਚ ਲਿਖਿਆ ਕੀ ਹੈ ਸਾਰੇ ਭੇਤ ਖੁੱਲ ਜਾਣਗੇ ਜਦੋਂ ਆਪ ਪੜਾਂਗੇ ਫਿਰ ਸਾਰੇ ਝੂਠ ਫੜੇ ਜਾਣਗੇ ਜਿਹੜੇ ਗੱਪ ਕਹਾਣੀਆਂ ਸੁਣਾਉਣ ਵਾਲੇ ਐ ਇਹਨਾਂ ਸਾਰਿਆਂ ਦਾ ਪਤਾ ਲੱਗ ਜੂ ਆਪ ਬਾਣੀ ਪੜਿਆ ਕਰੋ ਚਲੋ ਹੁਣ ਗੱਲ ਕਰੀਏ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਇਦਾਂ ਕਹਿਤਾ ਕਹਿੰਦੇ ਮੇਰੇ ਘਰੋਂ ਹੁਣੇ ਨਿਕਲ ਜਾਓ ਜਿਉਣਾ ਤੇ ਖੜਾ ਹੀ ਰਹਿ ਗਿਆ ਕਹਿੰਦਾ ਯਾਰ ਹੱਦ ਹੋ ਗਈ ਉਦਾਂ ਬੰਦਾ ਗੁਰੂ ਦੇ ਨਾਂ ਤੇ ਇਹ ਸਾਰਾ ਰੋਟੀਆਂ ਖਾਂਦਾ ਹੈ ਗੁਰੂ ਦੇ ਨਾਂ ਤੇ ਸਾਰਾ ਕੁਝ ਕਰਦਾ ਹੈ ਤੇ ਅੱਜ ਇਹ ਵੇਖੋ ਕੀ ਕਹਿ ਰਿਹਾ ਉਹ ਥੱਲੇ ਨੂੰ ਉਤਰਿਆ ਉਹਨੇ ਤੇ ਗੁੰਡੀ ਲਾ ਲਈ ਜਿਉਣਾ ਥੱਲੇ ਨੂੰ ਉਤਰੇ ਗੁਰੂ ਸਾਹਿਬ ਵੱਲ ਵੇਖਦਾ ਵੀ ਮੈਂ ਕਵਾਂ ਕਿਵੇਂ ਵੀ ਜਾਊ ਇੱਥੇ ਪੂਰਨ ਮਸੰਦ ਤੇ ਕਹਿਤਾ ਗਾਂ ਲਾਤੀ ਮੇਰੀ ਡਿਊਟੀ ਵੀ ਤੂੰ ਕਹਿ ਦੇ ਵੀ ਮੈਂ ਕਿਵੇਂ ਕਵਾਂ ਹੁਣ ਹਿੰਮਤ ਨਹੀਂ ਪੈਂਦੀ ਗੁਰੂ ਸਾਹਿਬ ਨੂੰ ਐਂ ਕਹਿਣ ਦੀ ਵੀ ਘਰੋਂ ਚਲੇ ਜਾਓ ਗੁਰੂ ਸਾਹਿਬ ਨੇ ਸੁਣ ਲਿਆ ਕਹਿੰਦੇ ਜਿਉਣਿਆ ਆ ਜਾ ਮੈਂ ਸੁਣ ਲਿਆ ਸਾਰਾ ਕੁਝ ਆ ਜਾ ਚੰਗਾ ਭਾਈ ਅਸੀਂ ਚੱਲਦੇ ਹਾਂ ਅਸੀਂ ਕਿਹੜਾ ਧੱਕੇ ਨਾਲ ਆਉਣ ਲੱਗੇ ਸੀ ਮੈਂ ਤੇ ਆਇਆ ਹੀ ਤਾਂ ਸੀ ਮੈਨੂੰ ਇਹਨੇ ਕਈ ਵਾਰੀ ਕਿਹਾ ਸੀ ਵੀ ਮੇਰੇ ਘਰੇ ਚਰਨ ਪਾਇਓ ਮੈਂ ਕਿਹਾ ਚੱਲਦੇ ਹਾਂ ਮੈਨੂੰ ਕੀ ਪਤਾ ਸੀ ਵੀ ਅੱਜ ਇਹਨੇ ਐਂ ਕਰਨੀ ਜੇ ਪਤਾ ਹੁੰਦਾ ਮੈਂ ਆਉਣਾ ਹੀ ਨਹੀਂ ਸੀ ਇੰਨਾ ਕਹਿ ਕੇ ਗੁਰੂ ਸਾਹਿਬ ਨਿਕਲੇ ਉੱਥੋਂ ਜਿਉਣੇ ਨੇ ਇੱਕ ਟਿੰਡ ਸੀ ਖੂਹ ਲਾਉਣ ਵਾਸਤੇ ਟਿੰਡਾਂ ਰੱਖੀਆਂ ਸੀ ਘਰੇ ਉਹ ਇੱਕ ਟਿੰਡ ਵਿੱਚ ਅੱਗ ਪਾਤੀ ਇੱਕ ਰੱਸੀ ਫੜ ਕੇ ਕਹਿੰਦਾ ਮਹਾਰਾਜ ਜਿੱਥੇ ਤੱਕ ਅੱਗ ਜਾਊ ਲੈ ਜਾਓ ਠੰਡ ਬਹੁਤ ਹੈ ਜਿੱਥੇ ਕਿ ਤੱਕ ਜਾਊ ਲੈ ਜਾਓ ਉਹ ਟਿੰਡ ਗੁਰੂ ਸਾਹਿਬ ਦੇ ਹੱਥ ਮਹਾਰਾਜ ਨੇ ਮਨਾ ਨਹੀਂ ਕੀਤਾ ਉਹ ਐ ਰੱਸੀ ਜੀ ਲਮਕਾ ਦਿੱਤੀ ਉੱਥੋਂ ਗੁਰੂ ਸਾਹਿਬ ਚੱਲਦੇ ਹੋਏ ਫਿਰ ਮਾਛੀਵੜ ਦੇ ਜੰਗਲ 'ਚ ਗਏ ਕੰਡਿਆਂ ਦੀ ਸੇਜ ਤੇ ਪਏ ਤੇ ਉੱਥੇ ਹੀ ਗੁਰੂ ਸਾਹਿਬ ਨੇ ਫਿਰ ਉਹੀ ਟਿੰਡ 'ਚੋਂ ਅੱਗ ਬੁੱਝ ਗਈ ਜਦੋਂ ਉਹਨੂੰ ਗੁਰੂ ਸਾਹਿਬ ਨੇ ਸਰਾਣੇ ਥੱਲੇ ਰੱਖ ਲਿਆ ਇਹ ਜਿਹੜਾ ਇਹ ਸਵੇਰ ਅੱਜ ਵਾਲੇ ਸਵੇਰ ਨੂੰ ਗੁਰੂ ਸਾਹਿਬ ਮਾਛੀਵੜ ਦੇ ਜੰਗਲ 'ਚ ਪਹੁੰਚ ਗਏ ਸੀ ਸੋ ਅੱਜ ਦੀ ਜਿਹੜੀ ਰਾਤ ਹੈ ਇਹ ਗੁਰੂ ਸਾਹਿਬ ਨੇ ਫਿਰ ਗੁਲਾਬੇ ਪੰਜਾਬੇ ਦੇ ਘਰ ਕੱਟੀ ਹੈ ਇਹ ਹੈ ਗੱਲ ਗੁਰੂ ਸਾਹਿਬ ਉੱਧਰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸੀ ਤੇ ਅੱਜ ਦੀ ਜਿਹੜੀ ਰਾਤ ਹੈ ਸਾਹਿਬਜ਼ਾਦੇ ਛੋਟਿਆਂ ਨੇ ਜਿਹੜੀ ਪਹਿਲੀ ਰਾਤ ਹੈ ਸਤਪੋ ਦੀ ਉਹ ਤੇ ਕੱਟੀ ਸੀ ਚੱਕ ਢੇਰਾ ਪਿੰਡ ਵਿੱਚ ਜਿਹੜੀ ਰਾਤ ਲੰਘੀ ਹੈ ਇਹ ਕੱਟੀ ਸੀ ਕਾਈ ਨੌਰ ਪਿੰਡ ਵਿੱਚ ਤੇ ਜਿਹੜੀ ਅੱਜ ਵਾਲੀ ਰਾਤ ਹੈ ਪੈਣੀ ਹੈ ਜਿਹੜੀ ਅੱਜ ਵਾਲੀ ਰਾਤ ਅੱਜ ਵਾਲੀ ਰਾਤ ਫਿਰ ਗੰਗੂ ਦਾ ਜਦੋਂ ਦਾ ਨਹੀਂ ਸੀ ਲੱਗਿਆ ਅੱਜ ਵਾਲੀ ਰਾਤ ਜਿਹੜੀ ਹੈ ਇਹ ਲੈ ਗਿਆ ਫਿਰ ਆਪਣੇ ਘਰ ਪਿੰਡ ਸਹੇੜੀ ਗੰਗੂ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ ਮਾਤਾ ਗੁਜਰ ਕੌਰ ਇਹਦੀ ਮਾਂ ਪੁੱਛਦੀ ਹੈ ਇਹ ਕੌਣ ਨੇ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਪੁੱਤ ਤੇ ਗੁਰੂ ਗੋਬਿੰਦ ਸਿੰਘ ਦੀ ਮਾਤਾ ਹੁਣ ਪ੍ਰਸ਼ਾਦਾ ਪਾਣੀ ਛਕਾਉਣ ਲੱਗਾ ਕਹਿੰਦੇ ਇਹਨੇ ਜ਼ਹਿਰ ਵੀ ਲਿਆਂਦੀ ਵੀ ਇਹਨਾਂ ਨੂੰ ਖਵਾ ਦਿਓ ਮਰ ਜਾਣਗੇ ਖਤਮ ਹੋ ਜਾਣਗੇ ਗੰਗੂ ਦੀ ਮਾਂ ਨਹੀਂ ਮੰਨੀ ਕਹਿੰਦੀ ਇਹ ਪਾਪ ਨਹੀਂ ਕਰਨਾ ਮਾਤਾ ਜੀ ਸਾਹਿਬਜ਼ਾਦੇ ਆਰਾਮ ਲੱਗੇ ਕਰਨ ਰਾਤ ਨੂੰ ਇਹਨੇ ਫਿਰ ਉਹ ਜਿਹੜੀ ਮੋਹਰਾਂ ਵਾਲੀ ਖੁਰਜੀ ਸੀ ਉਹ ਚੱਕ ਲਈ ਕਈ ਥੈਲੀ ਵੀ ਕਹਿੰਦੇ ਐ ਪਰ ਖੁਰਜੀ ਜਿਹੜੀ ਖੱਚਰ ਦੇ ਉੱਤੇ ਰੱਖੀ ਸੀ ਉਹ ਚੱਕ ਲਈ ਇਹਨੇ ਮਾਤਾ ਜੀ ਨੇ ਵੇਖ ਲਿਆ ਵੀ ਗੰਗੂ ਮਾਇਆ ਚੱਕ ਕੇ ਲੈ ਗਿਆ ਸਵੇਰ ਹੋਈ ਜਿਹੜੀ ਕੱਲ੍ਹ ਦੀ ਸਵੇਰ ਆ ਰਹੀ ਹੈ ਕੱਲ੍ਹ ਦੀ ਜਿਹੜੀ ਸਵੇਰ ਆਉਣੀ ਹੈ ਮਾਤਾ ਜੀ ਨੇ ਵੈਸੇ ਹੀ ਪੁੱਛਿਆ ਸੁਭਾਵਕ ਪੁੱਛਿਆ ਕਿ ਵੀ ਵੇ ਗੰਗੂ ਕਿਤੇ ਮਾਇਆ ਸਾਂਭ ਕੇ ਰੱਖ ਲਈ ਕਹਿਣ ਲੱਗਾ ਕਿਹੜੀ ਮਾਇਆ ਕਹਿੰਦੇ ਜਿਹੜੀ ਰਾਤ ਨੂੰ ਖੁਰਜੀ ਚੱਕ ਕੇ ਲਗਿਆ ਸੀ ਨਾ ਰਾਤ ਮੈਂ ਤੈਨੂੰ ਵੇਖਿਆ ਸੀ ਚੱਕ ਕੇ ਲਜਾਂਦੇ ਨੂੰ ਵੀ ਉਧਰ ਕਿਤੇ ਸਾਂਭ ਲਈ ਮਾਤਾ ਜੀ ਐ ਪੁੱਛਦੇ ਸੁਭਾਵਕ ਪੁੱਛਿਆ ਉਹ ਕਹਿੰਦਾ ਇੱਕ ਤੇ ਤੁਹਾਨੂੰ ਘਰੇ ਰੱਖਿਆ ਦੂਜਾ ਇਲਜ਼ਾਮ ਲਾਉਂਦੇ ਹੋ ਚੋਰ ਆ ਗਿਆ ਹੋਣਾ ਕੋਈ ਚੋਰ ਚੋਰ ਲੱਗ ਪਿਆ ਕਰਨ ਰੌਲਾ ਪਾ ਉੱਚੀ ਉੱਚੀ ਬੋਲੇ ਮਾਤਾ ਜੀ ਕਹਿੰਦੇ ਚੁੱਪ ਕਰ ਜਾ ਬੋਲ ਨਾ ਗੰਗੂ ਹੁਣ ਐ ਨਾ ਕਰ ਕੋਈ ਗੱਲ ਨਹੀਂ ਤੇਰਾ ਸਾਡਾ ਕੀ ਵੰਡਿਆ ਮਾਵਾਂ ਪੁੱਤਰਾਂ ਦਾ ਕੀ ਵੰਡਿਆ ਹੁੰਦਾ ਤੇਰੇ ਕੋਲ ਹੋਈ ਸਾਡੇ ਕੋਲ ਹੋਈ ਕੋਈ ਗੱਲ ਹੁਣ ਨਹੀਂ ਹੁਣ ਰੌਲਾ ਨਾ ਪਾ ਗੰਗੂ ਦਾ ਮਨ ਲਾਲਚੀ ਹੋ ਗਿਆ ਇਹਨੂੰ ਪਤਾ ਸੀ ਵੀ ਜੇ ਸਾਹਿਬਜ਼ਾਦਿਆਂ ਨੂੰ ਮੈਂ ਫੜਾ ਦਿੱਤਾ ਮੈਨੂੰ ਸਰਕਾਰ ਤੋਂ ਵੀ ਇਨਾਮ ਮਿਲੂ ਇਹ ਤੇ ਮੈਨੂੰ ਥੈਲੀ ਮਿਲੂ ਹੀ ਮਿਲੂ ਪਰ ਸਰਕਾਰ ਤੋਂ ਵੀ ਮੈਨੂੰ ਇਨਾਮ ਮਿਲੇਗਾ ਉੱਥੇ ਫਿਰ ਗੰਗੂ ਨੇ ਜਿਹੜੀ ਖੁਰਜੀ ਸੀ ਇਹਨੇ ਉੱਥੇ ਚੋ ਸੀ ਇੱਕ ਨਦੀ ਉਹਦੇ ਵਿੱਚ ਦੱਬਤੀ ਸੀ ਜਾ ਕੇ ਸੁੱਕੀ ਨਦੀ ਸੀ ਉਹਦੇ ਵਿੱਚ ਦੱਬ ਆਇਆ
माया ये मुड़ के हाथ नहीं लगी क्योंकि नदी के पानी आ गया बिच ही रुड़ रड़ गया माया मिली नहीं सी उन्हों माया जी इन्हें फिर मरिंडे जाके चौधरी नू नाल लेके मरिंडे जाके शिकायत की एक कल वाला दिन है भाई जिदन साहबजादिया गिरफ्तार कर लिया गया गिरफ्तार करके गड्डिया च बिठा के लैके चले गए मरिंडे जिहड़ी कल रात आएगी ये रात साहबजादिया ने मरिंडे थाने विच कट्टी मरिंडे कल वाली रात फिर उथे एक रात रख के अगले दिन साहबजादिया नू फिर सरहंद लजाया गया चेता रखियो दूना सिंह हंडूरीए ने लिखिया है समकाली लेखक है गुरु साहब दे वेले उन्हें कई जगह यह भी लिखिया है भी एदा नहीं भी साहबजादिया ते तशद्दत नहीं होया उन्हें कहा भी कई जगह कोरड़े साहबजादिया नू सिपाही मार दे रहे ਕੋਰੜੇ ਮਾਰੇ ਇਦਾਂ ਵੀ ਦੂਨਾ ਸਿੰਘ ਹੰਡੂਰੀਏ ਨੇ ਤੇ ਇੱਥੋਂ ਤੱਕ ਵੀ ਗੰਡਾ ਸਿੰਘ ਹੋਣਾ ਨੇ ਤੇ ਇੱਥੇ ਤੱਕ ਵੀ ਲਿਖਿਆ ਕਿ ਸਾਹਿਬਜ਼ਾਦਿਆਂ ਦੇ ਪੋਟਿਆਂ ਨੂੰ ਵੀ ਅੱਗ ਦੇ ਵਿੱਚ ਲੂਹਿਆ ਗਿਆ ਅੱਗ ਦੇ ਵਿੱਚ ਇਦਾਂ ਅੱਗ ਬਲਦੀ ਦੇ ਨੇੜੇ ਹੱਥ ਕਰ ਕਰਕੇ ਵੀ ਪੋਟੇ ਵੀ ਸਾੜੇ ਗਏ ਗੰਡਾ ਸਿੰਘ ਹੋਣਾ ਨੇ ਤੇ ਇਦਾਂ ਦੀ ਗੱਲ ਵੀ ਲਿਖੀ ਕਿਉਂਕਿ ਇਤਿਹਾਸ ਬਹੁਤ ਬੰਦਿਆਂ ਨੇ ਲਿਖਿਆ ਪਰ ਦੂਨਾ ਸਿੰਘ ਹੰਡੂਰੀਏ ਨੇ ਜਿਹੜੀ ਗੱਲ ਆ ਚੇਤਾ ਰੱਖਿਓ ਵੀ ਸਾਹਿਬਜ਼ਾਦਿਆਂ ਨੂੰ ਜਦੋਂ ਸਰਹੰਦ ਲੈ ਕੇ ਗਏ ਹੈ ਨਾ ਕਈ ਲਿਖਾਰੀਆਂ ਨੇ ਕਿਹਾ ਰਥਾਂ 'ਚ ਭਾ ਕੇ ਲੈ ਕੇ ਗਏ ਕਈ ਕਹਿੰਦੇ ਰਥ ਵਿੱਚ ਤੇ ਲਿਜਾਂਦੇ ਸੀ ਉਹਨਾਂ ਨੂੰ ਜਿਹੜੇ ਕੋਈ ਮਹਿਮਾਨ ਨੇ ਜਾਂ ਕੋਈ ਇੰਨਾ ਕਹਿੰਦੇ ਸਾਹਿਬਜ਼ਾਦਿਆਂ ਨੂੰ ਇੱਕ ਖੱਚਰ ਦੇ ਉੱਤੇ ਖੁਰਜੀਆਂ ਵਿੱਚ ਪਾ ਕੇ ਜਿਵੇਂ ਹੁਣ ਤੁਸੀਂ ਖੱਚਰਾਂ ਨੂੰ ਵੇਖਿਓ ਜਦੋਂ ਖੱਚਰਾਂ ਨੂੰ ਗਧਿਆਂ ਨੂੰ ਲੱਦਦੇ ਆ ਨਾ ਲੱਦਦੇ ਆ ਉਹਦੇ ਆਲੇ ਦੁਆਲੇ ਕੱਪੜਾ ਜਿਹਾ ਬੰਨਿਆ ਹੁੰਦਾ ਨਾ ਬੋਰੀ ਦਾ ਬਣਾਇਆ ਹੁੰਦਾ ਉਹਦੇ ਵਿੱਚ ਤੁੰਨ ਕੇ ਸਮਾਨ ਲੋਕ ਲੈ ਕੇ ਜਾਂਦੇ ਏਦਾਂ ਉਹਨਾਂ ਸਾਹਿਬਜ਼ਾਦਿਆਂ ਨੂੰ ਉਹਦੇ ਵਿੱਚ ਪਾ ਕੇ ਨਾ ਬੰਨ ਕੇ ਏਦਾਂ ਵਿੱਚ ਫਿਰ ਕਹਿੰਦੇ ਲੈ ਕੇ ਮਾਤਾ ਗੁਜਰ ਕੌਰ ਨੂੰ ਜਿਵੇਂ ਫਾਂਸੀ ਦੇਣ ਵਾਲੇ ਮੂੰਹ ਦੇ ਉੱਤੇ ਕੱਪੜਾ ਨਹੀਂ ਪਾ ਦਿੰਦੇ ਹੁੰਦੇ ਬੈਗ ਪੁੱਠਾ ਕਰਕੇ ਪਾ ਦਈਏ ਤੋਪੜਾ ਕਹਿੰਦੇ ਮਰਚਾਂ ਵਾਲਾ ਮਰਚਾਂ ਲੱਗੀਆਂ ਸੀ ਉਹਦੇ ਵਿੱਚ ਸਾਹ ਨਹੀਂ ਸੀ ਆਉਂਦਾ ਕਹਿੰਦੇ ਇਹਦੇ ਮੂੰਹ ਦੇ ਉੱਤੇ ਏਦਾਂ ਉੱਤੇ ਕਰਕੇ ਤੇ ਹੱਥਾਂ ਨੂੰ ਰੱਸਾ ਪਾ ਕੇ ਸਾਹਿਬਜ਼ਾਦਿਆਂ ਨੂੰ ਏਦਾਂ ਖੱਚਰ ਤੇ ਵਿੱਚ ਤੁੰਨ ਕੇ ਐ ਤੋੜ ਕੇ ਲੈ ਕੇ ਗਏ ਸੀ ਕਿਤੇ ਕਿਤੇ ਸਪੀਡ ਕਰਦੇ ਤੇਜ਼ ਕਰ ਲੈਂਦੇ ਸੀ ਮਾਤਾ ਨੂੰ ਭੱਜਣਾ ਪੈਂਦਾ ਸੀ ਰੱਸਾ ਹੱਥ 'ਚ ਫੜਿਆ ਸੀ ਐਂ ਭਜਾ ਭਜਾ ਕੇ ਲਿਜਾਂਦੇ ਬਿਠਾ ਕੇ ਨਹੀਂ ਭਜਾ ਕੇ 80 ਸਾਲ ਦੀ ਬਜ਼ੁਰਗ ਬੇਬੇ ਨੂੰ ਐਂ ਭਜਾ ਭਜਾ ਕੇ ਲੈ ਕੇ ਗਏ ਇਹ ਹੈ ਪਰਸੋਂ ਨੂੰ ਜਦੋਂ ਸਰਹੰਦ ਪਹੁੰਚਦੇ ਹੁਣ ਜਦੋਂ ਸਰਹੰਦ ਪਹੁੰਚੇ ਦੂਨਾ ਸਿੰਘ ਨੇ ਲਿਖੀ ਹੈ ਗੱਲ ਚੇਤਾ ਰੱਖਿਓ ਪਿੱਪਲ ਦੇ ਨਾਲ ਸਾਹਿਬਜ਼ਾਦਿਆਂ ਨੂੰ ਕਹਿੰਦੇ ਸਰਹੰਦ ਬੰਨਿਆ ਹੱਥ ਪਿੱਛੇ ਬੰਨੇ ਹੋਏ ਸੀ ਹੱਥ ਪਿੱਛੇ ਬੰਨੇ ਹੋਏ ਸੀ ਤੇ ਕਈ ਬੱਚੇ ਉੱਥੋਂ ਦੇ ਰਹਿਣ ਵਾਲੇ ਜਿਹੜੇ ਸਰਹੰਦ ਦੇ ਉਹ ਗੁਲੇਲੇ ਮਾਰਦੇ ਸੀ ਗੁਲੇਲ ਨਾਲ ਉਦੋਂ ਅੱਜ ਕੱਲ੍ਹ ਤੇ ਗੁਲੇਲਾ ਨਿਆਣੇ ਖੇਡਦੇ ਨਹੀਂ ਪਰ ਗੁਲੇਲਾਂ ਨਾਲ ਨਿਸ਼ਾਨੇ ਲਾਉਂਦੇ ਹੁੰਦੇ ਕਹਿੰਦੇ ਸਰਹੰਦ ਦੇ ਲੋਕ ਬਾਹਰ ਵੇਖਣ ਵਾਸਤੇ ਆਏ ਤੇ ਬਾਬਾ ਫਤਿਹ ਸਿੰਘ ਨੂੰ 7ਵਾਂ ਸਾਲ ਚੱਲਦਾ 6 ਦੇ ਨੇ 7ਵਾਂ ਚੱਲਦਾ ਤੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਨੂੰ 9ਵਾਂ ਸਾਲ ਚੱਲਦਾ 8 ਦੇ ਨੇ 9ਵਾਂ ਚੱਲਦਾ ਕਹਿੰਦੇ ਗੁਲੇਲੇ ਮਾਰਦੇ ਆ ਹੱਥ ਪਿੱਛੇ ਬੰਨੇ ਹੋਏ ਆ ਜਦੋਂ ਐ ਰੋੜੀਆਂ ਮਾਰਦੇ ਆ ਨਾ ਗੁਲੇਲੇ ਵਿੱਚ ਤੇ ਕਹਿੰਦੇ ਫਤਿਹ ਸਿੰਘ ਦੀ ਅੱਖ ਦੇ ਵਿੱਚ ਸੱਜੀ ਅੱਖ ਦੇ ਵਿੱਚ ਵੱਟੀ ਵੱਜੀ ਜ਼ੋਰ ਨਾਲ ਉਹ ਪੱਥਰ ਜਿਹੜਾ ਮਾਰਦੇ ਐ ਤੇ ਸੱਜੀ ਅੱਖ ਵਿੱਚ ਜ਼ੋਰ ਨਾਲ ਵੱਜਣ ਕਰਕੇ ਅੱਖ ਦੇ ਵਿੱਚੋਂ ਖੂਨ ਵਗਦਾ ਤੇ ਹੁਣ ਤੁਸੀਂ ਹਿਸਾਬ ਲਾ ਕੇ ਵੇਖੋ ਵੀ 6 ਸਾਲ ਦੀ ਉਮਰ ਹੈ 7ਵਾਂ ਸਾਲ ਚੱਲਦਾ ਹੈ 6-7 ਸਾਲ ਦਾ ਬੱਚਾ ਕਿੱਡਾ ਕੁ ਹੁੰਦਾ ਹੈ ਕਿੰਨੇ ਪਿਆਰੇ ਚਿਹਰੇ ਹੈ ਕਈ ਦਿਨਾਂ ਦੇ ਭੁੱਖੇ ਹੈ ਨਾ ਪਿਤਾ ਦਾ ਪਤਾ ਹੈ ਵੱਡੇ ਭਰਾ ਸ਼ਹੀਦ ਹੋ ਚੁੱਕੇ ਹੈ ਅਨੰਦਪੁਰ ਸਾਹਿਬ ਛੱਡਿਆ ਹੋਇਆ ਮਾਂ ਛੋਟਿਆਂ ਹੁੰਦਿਆਂ ਦੀ ਚੜ੍ਹਾਈ ਕਰ ਗਈ ਸੀ ਦਾਦੀ ਨੇ ਪਾਲੇ ਸੀ
ਕੋਈ ਸਿਪਾਹੀ ਪਹਿਰੇਦਾਰ ਕੋਈ ਨਹੀਂ, ਠੰਡ ਦੇ ਝੰਬੇ ਪਏ ਆ, ਠੰਡ ਅੱਤ ਦੀ ਸਰਦੀ ਹੈ, ਕੱਪੜਾ ਕੋਲ ਕੋਈ ਮੋਟਾ ਨਹੀਂ, ਹੱਥ ਐ ਪਿੱਛੇ ਬੰਨੇ ਹੋਏ ਐ, ਤੇ ਜਦੋਂ ਉਹ ਰੋੜੀ ਵੱਜਦੀ ਹੈ ਅੱਖ ਚ ਆ ਕੇ, ਤੇ ਸਾਡੇ ਅੱਖ ਦੇ ਵਿੱਚ ਹਿਸਾਬ ਲਾ ਕੇ ਵੇਖੋ ਵੀ ਮਾੜਾ ਜਿਹਾ ਕੋਈ ਵਾਲ ਵੀ ਆ ਜਾਂਦਾ ਨਾ, ਤੇ ਬੰਦਾ ਪਹਿਲਾਂ ਹੱਥ ਜਿਹੜਾ ਅੱਖ ਤੇ ਜਾਂਦਾ, ਤੇ ਹੱਥ ਬੰਨੇ ਐ ਉਹ ਹੱਥ ਫੜਿਆ ਵੀ ਨਹੀਂ ਜਾਂਦਾ ਵੀ ਹੱਥ ਤੇ ਹੱਥ ਹੀ ਰੱਖ ਲੈਣਾ, ਫਿਰ ਉੱਥੋਂ ਖੋਲੇ ਜਦੋਂ ਹੱਥ, ਫਿਰ ਫਤਿਹ ਸਿੰਘ ਕਹਿੰਦੇ ਐ ਹੱਥ ਇੱਕ ਹੱਥ ਅੱਖ ਦੇ ਉੱਤੇ ਹੀ ਰੱਖ ਕੇ ਏਦਾਂ ਹੀ ਤੁਰ ਗਏ। ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ 11 ਪੋਹ 25 ਦਸੰਬਰ ਹੁਕਮ ਹੋਇਆ, ਕਹਿੰਦੇ ਜੀ ਇਹਨਾਂ ਨੂੰ ਠੰਡੇ ਬੁਰਜ ਵਿੱਚ ਬੰਦ ਕਰ ਦਿਓ। ਠੰਡਾ ਬੁਰਜ ਉੱਚਾ ਹੈ, ਜਿਵੇਂ ਹੁਣ ਇੱਥੇ ਹਵਾ ਘੱਟ ਲੱਗਦੀ ਹੈ, ਜੇ ਪਿੰਡ ਦੀ ਟੈਂਕੀ ਤੇ ਚੜ੍ਹ ਜਾਓ ਕਿੰਨੀ ਹਵਾ ਲੱਗੂ, ਐ ਉੱਚਾ ਬਣਾਇਆ ਹੋਇਆ ਬਹੁਤ ਉੱਚਾ, ਤੇ ਵਜੀਦਾ ਗਰਮੀਆਂ ਦੇ ਵਿੱਚ ਉੱਤੇ ਜਾ ਕੇ ਬੈਠਦਾ ਸੀ, ਕੋਲੋਂ ਵਗਦੀ ਸੀ ਨਦੀ, ਉਹ ਨਦੀ ਦਾ ਪਾਣੀ ਉੱਤੋਂ ਹਵਾ ਛੋ ਕੇ ਪਾਣੀ ਨੂੰ ਠੰਡੀ ਲੱਗਦੀ ਸੀ, ਤਾਂ ਕਰਕੇ ਗਰਮੀਆਂ ਵਿੱਚ ਵਜੀਦਾ ਉੱਚੇ ਠੰਡੇ ਬੁਰਜ 'ਚ ਬੈਠਦਾ ਸੀ। ਸਰਦੀਆਂ ਦੇ ਮੌਸਮ ਦੇ ਵਿੱਚ ਜਦੋਂ ਉੱਤੇ ਸਾਹਿਬਜ਼ਾਦੇ ਬੈਠੇ ਆ, ਫਿਰ ਵੇਖੋ ਕਿੱਦਾਂ ਹਵਾ ਪੈਂਦੀ ਹੋਏਗੀ। ਸਾਰੀ ਰਾਤ ਮਾਤਾ ਗੁਜਰ ਕੌਰ ਜੀ ਨੇ ਏਦਾਂ ਆਪਣੇ ਨੇੜੇ ਲਾ ਕੇ ਰੱਖੇ। ਉੱਥੇ ਫਿਰ ਮੋਤੀ ਰਾਮ, ਜਿਹਨੂੰ ਮੋਤੀ ਰਾਮ ਮਹਿਰਾ ਕਹਿੰਦੇ ਆ, ਮੋਤੀ ਮਹਿਰਾ, ਉਹਨੇ ਫਿਰ ਉਹ ਹਿੰਦੂ ਜਿਹੜੇ ਰਾਜੇ ਸੀ ਨਾ, ਉਹਨਾਂ ਨੂੰ ਦੁੱਧ ਪਿਆਉਣ ਦੀ ਸੇਵਾ ਕਰਦਾ ਸੀ। ਹਿੰਦੂ ਰਾਜਿਆਂ ਨੂੰ ਹਿੰਦੂ ਕੈਦੀ, ਮਾਫ ਕਰਨਾ, ਜਿਹੜੇ ਹਿੰਦੂ ਕੈਦੀ ਸੀ ਉਹਨਾਂ ਨੂੰ ਉਹਨਾਂ ਦੀ ਸੇਵਾ, ਰਸੋਈਆ ਸੀ ਉਹਨਾਂ ਦਾ, ਇਹ ਫਿਰ ਘਰੋਂ ਦੁੱਧ ਬਣਾ ਕੇ ਮੋਤੀ ਰਾਮ ਜਿਹੜਾ ਹੈ ਇਹ ਲੈ ਕੇ ਆਇਆ। ਪਹਿਰੇਦਾਰਾਂ ਨੂੰ ਘਰ ਵਾਲੀ ਦੇ ਗਹਿਣੇ ਦਿੱਤੇ, ਤੇ ਪੌੜੀ ਚੜ੍ਹ ਕੇ ਇਹਨੇ ਜਾ ਕੇ ਮਾਤਾ ਜੀ ਨੂੰ ਫਰਿਆਦ ਕੀਤੀ, ਮਾਤਾ ਜੀ ਮੈਂ ਦੁੱਧ ਲੈ ਕੇ ਆਇਆ, ਹੈ ਤੇ ਗਰੀਬ ਹਾਂ, ਕਰਨ ਜੋਗਾ ਕੁਛ ਨਹੀਂ, ਪਾਵਰ ਮੇਰੀ ਕੋਈ ਨਹੀਂ, ਕਰ ਨਹੀਂ ਕੁਝ ਸਕਦਾ, ਪਰ ਇੰਨੀ ਕੁ ਹੈ ਕਿ ਮੈਂ ਤੁਹਾਡੇ ਵਾਸਤੇ ਤੇ ਸਾਹਿਬਜ਼ਾਦਿਆਂ ਲਈ ਦੁੱਧ ਲੈ ਕੇ ਆਇਆ, ਨਾਲੇ ਆਪ ਛਕੋ ਤੇ ਨਾਲੇ ਆਪਣੇ ਲਾਲਾਂ ਨੂੰ ਦੁੱਧ ਛਕਾਓ। ਧੰਨ ਮਾਤਾ ਗੁਜਰ ਕੌਰ ਜੀ, ਉਹਨਾਂ ਦੇ ਅੱਗੇ ਆ ਕੇ ਇਹਨੇ ਫਰਿਆਦ ਕੀਤੀ। ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ, ਬੁਰਜਾਂ ਤੋਂ ਉੱਚੇ ਸਵਾਲਾਂ ਨੂੰ, ਇੱਕ ਦੁੱਧ ਦਾ ਗਣਵਸ਼ ਹਾਜ਼ਰ ਹੈ, ਖੁਦ ਛਕੋ ਛਕਾਓ। ਕਵਿਤਾ ਥੋੜ੍ਹੀ ਜੀ ਆਪਾਂ ਇੱਦਾਂ ਕਰਦੇ ਹਾਂ, ਜੇ ਸਾਰੀ ਨਾ ਸੁਣ ਸਕੇ, ਕਿਉਂਕਿ ਮੇਰੇ ਮਨ 'ਚ ਇਹ ਹੈ ਵੀ ਆਪਾਂ ਤਿੰਨ ਕਵਿਤਾਵਾਂ ਗਾਉਣੀਆਂ, ਉਹ ਨਾਲ ਨਾਲ ਸੁਣਨੀਆਂ ਨੇ, ਪਰ ਚਲੋ ਥੋੜ੍ਹੀਆਂ ਆਪਾਂ ਸੁਣਨ ਦੀ ਕੋਸ਼ਿਸ਼ ਕਰਦੇ। ਜਿਹੜਾ ਬੱਚਾ ਰੋਂਦਾ ਬੀਬੀ ਉਹ ਖਿਆਲ ਕਰਿਓ ਮਾੜਾ ਜਿਹਾ, ਕੋਈ ਵੀ ਬੱਚਾ ਰੋਵੇ ਆਪ ਹੀ ਧਿਆਨ ਰੱਖਿਓ, ਹੁਣ ਹਿਲ ਜੁਲ ਜਾਓ। ਆਹ ਜਿਹੜੇ 20-25 ਮਿੰਟ ਨੇ ਭਾਈ ਤੁਸੀਂ ਟਿਕਾ ਬਣਾ ਕੇ ਰੱਖਿਓ, ਹਾਜ਼ਰ ਹੋ ਕੇ, ਬਿਲਕੁਲ ਹਾਜ਼ਰ ਹੋ ਕੇ। ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ, ਬੁਰਜਾਂ ਤੋਂ ਉੱਚੇ ਸਵਾਲਾਂ ਨੂੰ, ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਓ ਲਾਲਾ ਨੂੰ, ਖੁਦ ਛਕੋ ਛਕਾਓ ਲਾਲਾ ਨੂੰ। ਹਾਂਜੀ ਹਾਂਜੀ, ਅੱਗੇ ਸੁਣੋ। ਠੰਡਾ ਬੁਰਜ ਤੇ ਕਤਰ ਚੱਲਦਾ ਏ, ਮੇਰਾ ਵਸ ਚੱਲੇ ਮੈਂ ਟਾਲਦਿਆ, ਤੁਸੀਂ ਹੁਕਮ ਕਰੋ ਤੇ ਅੱਗ ਲਾ ਕੇ, ਮੈਂ ਆਪਣੇ ਆਪ ਨੂੰ ਗਾਲਦਿਆ, ਮੈਂ ਮੱਚ ਜਾਵਾਂ ਠੰਡ ਨਾ ਲੱਗੇ, ਮਾਲਾ ਤੇਰੇ
ਵਾਲਾਂ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ। ਖੁਦ ਛਕੋ ਛਕਾਓ ਲਾਲਾਂ ਨੂੰ। ਮਾਤਾ ਜੀ ਦੁੱਧ ਦਾ ਗੜਵਾ ਲੈ ਕੇ ਆਇਆ, ਨਾਲੇ ਆਪ ਛਕੋ ਅਤੇ ਸਾਹਿਬਜ਼ਾਦਿਆਂ ਨੂੰ ਛਕਾਓ। ਕਹਿੰਦੇ ਮਾਤਾ ਜੀ ਨੇ ਆਪ ਦੁੱਧ ਛਕਿਆ, ਸਾਹਿਬਜ਼ਾਦਿਆਂ ਨੂੰ ਛਕਾਇਆ। ਫਿਰ ਇਹ ਦਸ ਪੋਹ ਦੀ ਰਾਤ ਲੰਘਦੀ ਹੈ, ਗਿਆਰਾਂ ਪੋਹ ਹੁੰਦਾ ਹੈ, ਕਚਹਿਰੀ ਲੱਗਦੀ ਹੈ। ਕਚਹਿਰੀ ਵਿੱਚ ਪੇਸ਼ ਕਰਨ ਵਾਸਤੇ ਸਿਪਾਹੀਆਂ ਨੂੰ ਭੇਜਿਆ ਗਿਆ, ਲੈ ਕੇ ਆਓ। ਮਾਤਾ ਜੀ ਨੇ ਸਮਝਾਇਆ, ਬੱਚਿਓ ਸਾਰੇ ਤਰ੍ਹਾਂ ਦੇ ਵੇਖਿਓ, ਸਾਮ ਦਾਮ ਦੰਡ ਭੇਦ ਚਾਰੇ ਤਰੀਕੇ ਵਰਤਦੇ ਹੁੰਦੇ ਨੇ ਲੋਕ। ਤੁਹਾਨੂੰ ਸਾਰੇ ਤਰੀਕਿਆਂ ਨਾਲ ਮਾਤਾ ਜੀ ਨੇ ਪਹਿਲਾਂ ਹੀ ਸਮਝਾਇਆ, ਹੋ ਸਕਦਾ ਤਰ੍ਹਾਂ ਤਰ੍ਹਾਂ ਦੇ ਖਾਣੇ ਦੇਣ, ਹੋ ਸਕਦਾ ਤਰ੍ਹਾਂ ਤਰ੍ਹਾਂ ਦੇ ਕੱਪੜੇ ਦੇਣ, ਹੋ ਸਕਦਾ ਤਰ੍ਹਾਂ ਤਰ੍ਹਾਂ ਦੇ ਡਰਾਵੇ ਦੇਣ, ਹੋ ਸਕਦਾ ਤੁਹਾਨੂੰ ਅੱਡ ਅੱਡ ਕਰਕੇ ਕਹਿਣ ਵੀ ਜੋਰਾਵਰ ਮੰਨ ਗਿਆ ਫਤਿਹ ਸਿੰਘ ਤੂੰ ਮੰਨ ਜਾ। ਕਦੇ ਕਹਿੰਦੇ ਫਤਿਹ ਸਿੰਘ ਤੈਨੂੰ ਕਹਿਣਗੇ ਵੀ ਜੋਰਾਵਰ ਸਿੰਘ ਮੰਨ ਗਿਆ, ਕਦੇ ਫਤਿਹ ਸਿੰਘ ਮੰਨ ਗਿਆ, ਏਦਾਂ ਆਸੇ ਏਦਾਂ ਤੁਹਾਨੂੰ ਪਾੜਨਗੇ, ਵੀ ਇੱਕ ਦੂਜੇ ਦੇ ਵਿਰੁੱਧ ਵੀ ਕਰਨਗੇ। ਸਾਰਾ ਕੁਝ ਮਾਤਾ ਜੀ ਨੇ ਸਮਝਾਇਆ ਹੋਇਆ। ਸੋਚ ਦਾ ਪੱਧਰ ਸਾਹਿਬਜ਼ਾਦਿਆਂ ਦਾ ਬਹੁਤ ਉੱਚਾ ਹੈ, ਉਮਰਾਂ ਹੀ ਨਿਆਣੀਆਂ ਨੇ, ਸੋਚ ਬਹੁਤ ਉੱਚੀ ਹੈ। ਹੁਣ ਛਪਾਈ ਲੈਣ ਵਾਸਤੇ ਆਉਂਦੇ ਐ, ਮਾਤਾ ਜੀ ਨੇ ਤਿਆਰ ਕਰਕੇ ਛਪਾਈਆਂ ਦੇ ਨਾਲ ਭੇਜਤਾ। ਸਾਰੇ ਰਾਹ ਛਪਾਈ ਸਮਝਾਉਂਦੇ ਗਏ, ਜਾ ਕੇ ਤੁਸੀਂ ਸਲਾਮ ਕਰਿਓ, ਸੂਬੇ ਦੀ ਕਚਹਿਰੀ 'ਚ ਜਾਓਗੇ ਇੱਦਾਂ ਸਲਾਮ ਕਰਦੇ ਹੁੰਦੇ ਐ, ਇੱਦਾਂ ਸਮਝਾਉਂਦੇ ਜਾਂਦੇ। ਇਹ ਬੱਚੇ ਨੇ, ਇਹਨਾਂ ਨੇ ਤੇ ਕਰ ਹੀ ਦੇਣੀ। ਜਦੋਂ ਸਾਹਿਬਜ਼ਾਦੇ ਕਚਹਿਰੀ 'ਚ ਗਏ, ਇਹਨਾਂ ਨੇ ਫਿਰ ਸਲਾਮ ਕਿਹੜੀ, ਉੱਥੇ ਗੱਜ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਜ਼ੋਰ ਨਾਲ ਤੇ ਜੋਸ਼ ਨਾਲ ਜਦੋਂ ਜਕਾਰਾ ਲਾਇਆ, ਉੱਥੇ ਹੈਰਾਨ ਹੋ ਗਏ ਸਾਰੇ, ਵੀ ਆਹ ਤੇ ਲੱਗਦਾ ਹੀ ਨਹੀਂ ਸੀ ਵੀ ਇਦਾਂ ਕਰਨ। ਸੂਬਾ ਕਹਿੰਦਾ ਛਪਾਈ ਉਹ ਕਿਹਾ ਨੀ ਤੁਸੀਂ, ਕਹਿੰਦੇ ਸਾਰੇ ਰਾਹ ਸਮਝਾਉਂਦੇ ਆਏ ਆ, ਅਸੀਂ ਤੇ ਸਾਰੇ ਰਾਹ ਇਹਨਾਂ ਨੂੰ ਕਹਿੰਦੇ ਆਏ। ਲਓ ਫਿਰ ਹੁਣ ਉਹਨਾਂ ਨੇ ਉਸੇ ਤਰ੍ਹਾਂ ਹੀ ਪਹਿਲਾਂ ਤੇ ਪਿਆਰ ਜੇ ਨਾਲ ਵਜੀਦਾ, ਸਾਰੇ ਬੰਦੇ ਵੀ ਕੋਈ ਨੀ ਭਾਈ ਬੱਚਿਓ, ਬੜੇ ਸੁੱਖ ਮਿਲਣੇ ਨੇ, ਨਿੱਕੀਆਂ ਤੁਹਾਡੀਆਂ ਜਿੰਦਾਂ ਨੇ, ਉਮਰਾਂ ਛੋਟੀਆਂ ਨੇ, ਪਰ ਉਹ ਤੇ ਪੜ੍ਹਦੇ ਨੇ, ਅਸੀਂ ਆਏ ਹਾਂ ਤਲੀ ਤੇ ਸਿਰ ਧਰ, ਅਸੀਂ ਤੇ ਤਲੀ ਤੇ ਸਿਰ ਰੱਖੀ ਫਿਰਦੇ ਹਾਂ। ਆ ਜੇ ਦੋ ਤਿੰਨ ਲਾਈਨਾਂ ਇਹਦੀਆਂ ਵੀ ਸੁਣ ਲਓ, ਚਲੋ ਵੀ ਅਸੀਂ ਇੱਥੇ ਆਏ ਹੀ ਇਹ ਸੋਚ ਕੇ ਆ, ਵੀ ਤੂੰ ਇਦਾਂ ਨਾ ਸੋਚ ਵੀ ਤੇਰੇ ਕਹਿਣ ਦੇ ਉੱਤੇ ਜਾਂ ਤੇਰੇ ਸੋਚਣ ਨਾਲ ਜਾਂ ਤੇਰੇ ਇਦਾਂ ਕਹਿਣ ਨਾਲ ਅਸੀਂ ਦੱਬ ਜਾਂਗੇ ਜਾਂ ਮੰਨ ਜਾਂਗੇ, ਤੇਰੇ ਲਾਲਚ, ਤੇਰੇ ਦਿੱਤੇ ਹੋਏ ਡਰਾਵੇ, ਇਹਨਾਂ ਨਾਲ ਅਸੀਂ ਡਰਨ ਵਾਲੇ ਆਪਣੇ। ਉਹ ਦੋ ਤਿੰਨ ਲਾਈਨਾਂ ਸੁਣੇ, ਅਸੀਂ ਜਜ਼ਬਾ ਇਦਾਂ ਦਾ ਰੱਖਣਾ ਪਿਆਰਿਓ, ਸਿੱਖੀ ਨਾ ਛੱਡ ਦਿਆ ਕਰੀਏ ਲਾਲਚ ਵਿੱਚ ਆ ਕੇ, ਸਤਿਗੁਰੂ ਦਾ ਸਿਧਾਂਤ ਨਾ ਛੱਡੀਏ, ਅਣਖ ਨਾਲ ਜਿਉਣਾ ਸਿੱਖੀਏ। ਸੁਣੋ, ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ, ਜਿੰਦੇ ਆਪਣੀ ਸਿੱਖੀ ਦੇ ਨਾਂ ਕਰਕੇ, ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ, ਜਿੰਦੇ ਆਪਣੀ ਸਿੱਖੀ ਦੇ ਨਾਂ ਕਰਕੇ। ਓਏ ਸੂਬਿਆ, ਓਏ ਵੈਰੀਆ, ਜਿਉਣਾ ਸਿੱਖੀ ਦਾ ਨਿਸ਼ਾਨ ਉੱਚਾ ਕਰਕੇ, ਅਸੀਂ ਆਏ ਹਾਂ ਤਲੀ ਤੇ ਸਿਰ ਧਰਕੇ, ਤਵੀਆਂ ਤੇ ਬੈਠਣਾ ਤੇ ਦੇਗਾਂ ਚ ਉਬਾਲੇ ਜਾਣਾ, ਸਿੱਖਿਆ ਏ ਵੱਡਿਆਂ ਤੋਂ ਦੁੱਖਾਂ ਨੂੰ ਸਹਾਰਨਾ,
मौत नाल यारिया मौत नाल यारिया लगाउनिया ने भाउनिया ने जानवार देनी पर सिद्ध को ना हारना सानू मौत दा कोई खौफ ना इन मननी ना तेरी असां डर के असी आए हां गली ते सिर तर के तोशुवे जगीरा सानू बेटियां दे साथ देवे लाल चांदे सौदे असी करुणा ना जान दे मथे पाते ओड़िया मथे पाते ओड़िया ते अखां लाल करके तू सानू जे डरावे असी डरुणा ना जान दे गली यार दी खेड़ प्यार दी असी खेड़नी बसी है लखां जर के असी आए हां गली ते सिर तर के तेरे कोलों दूर होए शर्म धर्म दोवें झूठा इंसाफ सब झूठियां कचहरियां कौड़ा लगदा है सच बोलना जबानो ताइयों सच लाया फाहे सदा सच ने अवैरियां जान कट दे पावे वट दे साडा आंगू आंगू छोटा छोटा करके असी आए हां बली ते सिर तर के जिंद अपनी सिखी देना करके सतगुरु जी दी दित्ती सिखिया सब जादियां दे कोल है मन नहीं डोलिया बहुत लालच दिते कहिंदे मोड़ो अज कल गल करांगे फिर कचहरी चेता रखियो 11 पो नू वापस साहब जदे आ जांदे फिर 12 पो नू कचहरी लगदी सारी रात माता जी समझाउंदे रहे 12 पो नू सिपाही फिर लैण आए कहिंदे अज मेन दरवाजा बंद करके मोरी खोलती छोटी तक ਵੀ ਅੱਜ ਜਦੋਂ ਅੰਦਰ ਆਉਣਗੇ ਨਾ ਜਦੋਂ ਹੀ ਇਹ ਸਿਰ ਨੀਵਾ ਕਰਨਗੇ ਸਾਰੇ ਦਰਬਾਰੀ ਤਾੜੀਆਂ ਮਾਰ ਦੇਣਗੇ ਵੀ ਸਿਰ ਝੁਕਾਤਾ ਸਿਰ ਝੁਕਾਤਾ ਪਹਿਲਾਂ ਪਤਾ ਲੱਗ ਗਿਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਨੇ ਵੇਖ ਲਿਆ ਵੀ ਇਦਾਂ ਸਿਰ ਨਹੀਂ ਝੁਕਾਉਣਾ ਮਨੋਬਲ ਡੇਗਣ ਵਾਸਤੇ ਕੰਫੀਡੈਂਸ ਖਤਮ ਕਰਨ ਵਾਸਤੇ ਇਹਨਾਂ ਨੇ ਫਿਰ ਸਿਰ ਨਹੀਂ ਲੰਘਾਏ ਪਹਿਲਾਂ ਪੈਰ ਲੰਘਾਏ ਉਡੀਕਦੇ ਸੀ ਵੀ ਸਿਰ ਆਉਣਗੇ ਜੁੱਤੀਆਂ ਆ ਗਈਆਂ ਸਤਿ ਸ੍ਰੀ ਅਕਾਲ ਚਲੋ ਜੀ ਅੱਜ ਫਿਰ ਬਹੁਤ ਡਰਾਇਆ ਧਮਕਾਇਆ ਕਿ ਜਦੋਂ ਨਾ ਹੀ ਮੰਨੇ ਫਿਰ ਸੁੱਚਾ ਆਨੰਦ ਵਰਗੇ ਸਲਾਹ ਦਿੰਦੇ ਆ ਜੀ ਇਹਨਾਂ ਨੇ ਨਹੀਂ ਮੰਨਣਾ ਜੇ ਛੱਡ ਦਈਏ ਬੱਚਿਓ ਤੁਹਾਨੂੰ ਫਿਰ ਕੀ ਕਰੋਗੇ ਕਹਿੰਦੇ ਫੌਜਾਂ ਇਕੱਠੀਆਂ ਕਰਾਂਗੇ ਜੰਗਲਾਂ 'ਚ ਜਾਵਾਂਗੇ ਫਿਰ ਤੁਹਾਡੇ ਨਾਲ ਲੜਾਂਗੇ ਮੁਕਾਬਲਾ ਕਰਾਂਗੇ ਤੁਹਾਡਾ ਕਹਿੰਦੇ ਵੇਖਿਆ ਇਹਨਾਂ ਨੂੰ ਛੱਡਿਓ ਨਾ ਫਿਰ ਵਜੀਦੇ ਨੇ ਪੁੱਛਿਆ ਦੱਸੋ ਸ਼ਰਾ ਕੀ ਕਹਿੰਦੀ ਹੈ ਕਾਨੂੰਨ ਕੀ ਕਹਿੰਦਾ ਇਸਲਾਮ ਧਰਮ ਵਿੱਚ ਸ਼ਰਾ ਤੇ ਕਹਿੰਦੇ ਸ਼ਰਾ ਕਹਿੰਦੀ ਹੈ ਵੀ ਬੱਚਿਆਂ ਦੇ ਉੱਤੇ ਵਾਰ ਨਹੀਂ ਕੀਤਾ ਜਾ ਸਕਦਾ ਕਾਨੂੰਨ ਕਹਿੰਦਾ ਵੀ ਬੱਚਿਆਂ ਤੇ ਵਾਰ ਨਹੀਂ ਕੀਤਾ ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ ਵਜੀਦਾ ਥੋੜਾ ਠੰਡਾ ਪੈ ਗਿਆ ਵੀ ਜੇ ਸ਼ਰਾ ਇਹ ਕਹਿੰਦੀ ਹੈ ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ ਤੇ ਮਾਰਾਂਗੇ ਕਿਵੇਂ ਐਦਾਂ ਤੇ ਇਹਨਾਂ ਨੂੰ ਕਤਲ ਨਹੀਂ ਕੀਤਾ ਜਾ ਸਕਦਾ ਤੇ ਵਜੀ ਫਿਰ ਸੁੱਚਾ ਆਨੰਦ ਨੇ ਸਲਾਹ ਦਿੱਤੀ ਕਹਿੰਦਾ ਗੱਲ ਸੁਣੋ ਜਿਹੜਾ ਕਾਜੀ ਹੈ ਕਹਿੰਦੇ ਕਾਜੀ ਇਹ ਦੱਸ ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ ਸ਼ਰਾ ਕਹਿੰਦੀ ਹੈ ਕਹਿੰਦੇ ਹਾਂ ਕਹਿੰਦੇ ਸਪੋਲੀਆਂ ਨੂੰ
ਜਿਸ ਪੋਲੀਆ ਡੰਗ ਮਾਰੇ ਸੱਪ ਸੱਪ ਨੂੰ ਜਾਂ ਸੱਪ ਦੇ ਬੱਚੇ ਨੂੰ ਮਾਰਨਾ ਮਾੜਾ ਉਹ ਕਹਿੰਦਾ ਇਹ ਤੇ ਨਹੀਂ ਮਾੜਾ ਕਹਿੰਦੇ ਬਸ ਫਿਰ ਇੱਥੇ ਬੱਚੇ ਲਿਖੀ ਨਾ ਬੱਚੇ ਨਾ ਲਿਖੇ ਇੱਥੇ ਸਪੋਲੀਏ ਲਿਖੇ ਵੀ ਸਪੋਲੀਆਂ ਦੀਆਂ ਸਿਰੀਆਂ ਫੇਤੀਆਂ ਇਹ ਲਿਖੇ ਬੱਚੇ ਨਹੀਂ ਲਿਖਿਆ ਸਪੋਲੀਏ ਲਿਖੇ ਫਿਰ ਕਹਿੰਦੇ ਨੀਹਾਂ ਵਿੱਚ ਚਿਣ ਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਏਗਾ ਅੱਜ ਭੇਜੇ ਗਏ ਵਾਪਸ 12 ਪੋਹ ਨੂੰ ਸਾਹਿਬਜ਼ਾਦੇ ਵਾਪਸ ਆਏ 13 ਪੋਹ ਹੋਇਆ ਫਿਰ ਸਵੇਰ ਹੋਈ ਫਤਿਹ ਸਿੰਘ ਨੇ ਆ ਕੇ ਮਾਤਾ ਜੀ ਨੂੰ ਦੱਸਿਆ ਮਾਤਾ ਜੀ ਸਾਨੂੰ ਕੱਲ ਨੂੰ ਨੀਹਾਂ 'ਚ ਚਿਣ ਲੈਣਗੇ ਇਹ ਕਿਹਾ ਉਹਨਾਂ ਨੇ ਨੀਹਾਂ 'ਚ ਚਿਣ ਦਿੱਤੇ ਜਾਣ ਤੁਹਾਨੂੰ ਪਤਾ ਹੈ ਜਿਵੇਂ ਬੱਚਾ ਪਾਸ ਹੋ ਕੇ ਆਵੇ ਨਾ ਜਦੋਂ ਤੇ ਸਭ ਤੋਂ ਪਹਿਲਾਂ ਉਹ ਮਾਂ ਲੱਭਦਾ ਆਪਣੀ ਜਦੋਂ ਘਰੇ ਆਉਂਦਾ ਭੱਜੇ ਹੀ ਫਿਰਦਾ ਵੀ ਮਾਂ ਨੂੰ ਦੱਸਣਾ ਪਹਿਲਾਂ ਭੱਜ ਕੇ ਜਾ ਕੇ ਮਾਂ ਨੂੰ ਦੱਸਦਾ ਵੀ ਪਾਸ ਹੋ ਗਿਆ ਮੈਂ ਮੈਨੂੰ ਇੰਨੇ ਨੰਬਰ ਆਏ ਮੈਨੂੰ ਇਦਾਂ ਹੋਇਆ ਉਹ ਮਾਂ ਨੂੰ ਦੱਸਦਾ ਕਹਿੰਦੇ ਫਤਿਹ ਸਿੰਘ ਪੌੜੀਆਂ ਵਿੱਚ ਜਦੋਂ ਆ ਗਿਆ ਭੱਜ ਕੇ ਮਾਂ ਨੂੰ ਕਹਿੰਦਾ ਮਾਤਾ ਜੀ ਇਦਾਂ ਵੀ ਕਿਹਾ ਸਾਨੂੰ ਫਿਰ ਇਦਾਂ ਕਹਿੰਦੇ ਸੀ ਸਾਨੂੰ ਲਾਲਚ ਦਿੰਦੇ ਸੀ ਪਰ ਅਸੀਂ ਡਰੇ ਸਾਨੂੰ ਕਹਿੰਦੇ ਸੀ ਤੁਹਾਨੂੰ ਬੜਾ ਕੁਝ ਸਾਡੇ ਲਈ ਮਾਤਾ ਜੀ ਖਾਣ ਨੂੰ ਵੀ ਉਹਨਾਂ ਨੇ ਰੱਖਿਆ ਸੀ ਵੀ ਖਾ ਲਓ ਜੋ ਮਰਜ਼ੀ ਖਾ ਲਓ ਅਸੀਂ ਮਾਤਾ ਜੀ ਇੰਨੇ ਦਿਨਾਂ ਦੇ ਭੁੱਖੇ ਅਸੀਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ ਅਸੀਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ ਉਹਨਾਂ ਨੇ ਖਾਣ ਨੂੰ ਵੀ ਕਈ ਕੁਝ ਰੱਖਿਆ ਐਦਾਂ ਮਾਤਾ ਜੀ ਨੂੰ ਦੱਸਦੇ ਆ ਫਤਿਹ ਸਿੰਘ ਨੇ ਮਾਤਾ ਜੀ ਨੂੰ ਗੁਲਵਕੜੀ ਪਾਈ ਸਵੇਰ ਹੋਈ 13 ਪੋਹ ਉੱਠੋ ਬੱਚਿਓ ਫਿਰ ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ ਕਾਇਮ ਕਰੋ ਜੱਗ ਤੇ ਮਿਸਾਲ ਦੂਲਿਓ ਮੇਰੇ ਬੱਚਿਓ ਉੱਠੋ ਫਿਰ ਆਓ ਅੱਜ ਮਿਸਾਲ ਕਾਇਮ ਕਰ ਦਿਓ ਇੰਨੇ ਦਿਨਾਂ ਦੇ ਸਮਝਦੇ ਆ ਰਹੇ ਹੋ ਹੁਣ ਵੇਖਿਓ ਬੜੇ ਤਸੀਹੇ ਦਿੱਤੇ ਜਾ ਮੈਂ ਦੱਸ ਚੁੱਕਿਆ ਵੀ ਦੂਨਾ ਸਿੰਘ ਹੰਡੂਰੀਏ ਵਰਗਿਆਂ ਨੇ ਲਿਖਿਆ ਵੀ ਵੱਟੀਆਂ ਮਾਰੀਆਂ ਕੋਰੜੇ ਤੱਕ ਮਾਰੇ ਗਏ ਤਸੀਹੇ ਸ਼ੁਰੂ ਤੋਂ ਹੀ ਦਿੱਤੇ ਗਏ ਅੱਜ ਹੀ ਦੀ ਪਹਿਲਾਂ ਵੀ ਨਹੀਂ ਡੋਲੇ ਕਹਿੰਦੇ ਹੁਣ ਵੀ ਕਾਇਮ ਰਹੇ ਬਸ ਤੁਰਨ ਲੱਗੇ ਸਿਪਾਹੀ ਲੈਣ ਆਏ ਮਾਤਾ ਜੀ ਨੇ ਅੱਜ ਗੱਠੜੀ ਖੋਲੀ ਵਿੱਚੋਂ ਨੀਲੇ ਚੋਲੇ ਕੱਢੇ ਨੀਲੇ ਚੋਲੇ ਪਵਾ ਕਮਰ ਕੱਸੇ ਕਰ ਦਿੱਤੇ ਦਸਤਾਰਾਂ ਸਜਾਈਆਂ ਨਿੱਕੀਆਂ ਨਿੱਕੀਆਂ ਕਲਗੀਆਂ ਸੀਸ ਤੇ ਲਾ ਦਿੱਤੀ ਫਤਿਹ ਸਿੰਘ ਕਹਿੰਦਾ ਮਾਤਾ ਜੀ ਆਹ ਚੋਲੇ ਤੁਸੀਂ ਕੱਢੇ ਪਹਿਲਾਂ ਤੇ ਪਾਏ ਨੇ ਕਿਉਂਕਿ ਕੋਲ ਹੀ ਗੱਠੜੀ ਸੀ ਕੱਪੜਿਆਂ ਨੇ ਮਾਤਾ ਜੀ ਕਹਿੰਦੇ ਵੀ ਇਹ ਚੋਲੇ ਜਿਹੜੇ ਆ ਨਾ ਮੈਂ ਤੁਹਾਨੂੰ ਉਦਣ ਦੇ ਨਹੀਂ ਪਵਾਏ ਅੱਜ ਮੈਂ ਪਵਾਏ ਮੈਂ ਅੱਜ ਵਾਲੇ ਦਿਨ ਦੀ ਉਡੀਕ ਕਰਦੀ ਸੀ ਮੈਨੂੰ ਪਤਾ ਸੀ ਵੀ ਆਹ ਦਿਨ ਆ ਜਾਣਾ ਜ਼ਾਲਮਾਂ ਨੇ ਆਹ ਦਿਨ ਲੈ ਆਉਣਾ ਹੈ ਮੈਂ ਤਿਆਰੀ ਕਰਦੀ ਸੀ ਅੱਜ ਵਾਲੇ ਦਿਨ ਦੀ ਆ ਮੈਂ ਅੱਜ ਹੀ ਤੁਹਾਨੂੰ ਪਵਾਉਣੇ ਸੀ ਅੱਜ ਨਵੇਂ ਚੋਲੇ ਪਾਏ ਨੀਲੇ ਰੰਗ ਦੇ ਚੋਲੇ ਪਵਾ ਕੇ ਦਸਤਾਰਾਂ ਸਜਾ ਕੇ ਜਿਵੇਂ ਬੱਚਿਆਂ ਨੂੰ ਸਕੂਲੇ ਭੇਜਦੇ ਹੋ ਤਿਆਰ ਕਰਨ ਲੱਗਿਆ ਆਪ ਹੀ ਮਾਵਾਂ ਤਿਆਰ ਕਰਦੀਆਂ ਫਿਰ ਆਪ ਹੀ ਕਹਿਣਗੀਆਂ ਮੇਰੇ ਪੁੱਤ ਨੂੰ ਨਜ਼ਰ ਨਾ ਲੱਗ ਜੇ ਕਿਸੇ ਐ ਹੱਥ ਮਾਤਾ ਗੁਜਰ ਕੌਰ ਚੇਤਾ ਕਰਦੀ ਹੈ ਕਹਿੰਦੀ ਨਹੀਂ ਜੀਤਾਂ ਤੇਰੇ ਪੁੱਤ ਬਹੁਤ ਸੋਹਣੇ ਸੀ ਮੈਂ ਪਾਲ ਸਕੀ ਜਿੰਨਾ ਚਿਰ ਮੇਰੇ ਤੱਕ ਮੇਰੀ ਵਾਹ ਚੱਲਦੀ ਸੀ ਅੱਜ ਤੱਕ ਮੈਂ ਪਾਲੇ ਐ ਰੀਝ ਨਾਲ ਪਾਲੇ ਐ ਪਰ ਹੁਣ ਵੱਸ ਦੀ ਗੱਲ ਨਹੀਂ ਤੇ ਜੇ ਅੱਜ ਤੂੰ ਜਿਉਂਦੀ ਹੁੰਦੀ ਆ ਕੇ ਵੇਖਦੀ ਤੇਰੇ ਪੁੱਤ ਕਿੰਨੇ ਸੋਹਣੇ ਲੱਗਦੇ ਕਚਹਿਰੀ 'ਚ ਜਾਂਦੇ ਮਾਤਾ ਗੁਜਰ ਕੌਰ ਨੇ ਆਪਣੇ ਪੋਤਿਆਂ ਨੂੰ ਹੱਥੀਂ ਤਿਆਰ ਕਰਕੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਜਦੋਂ ਤੋਰਨ ਲੱਗੀ ਸਿਪਾਹੀ ਆਏ ਵੇ ਸਿਪਾਹੀਓ ਮੈਨੂੰ ਲੈ ਜਾਓ ਬੱਚਿਆਂ ਦਾ ਕੀ ਕਸੂਰ ਹੈ ਮੈਨੂੰ ਲੈ ਜਾਓ ਜਿੱਥੇ ਲੈ ਕੇ ਜਾਣਾ ਕਹਿੰਦੇ ਬੇਬੇ ਅਸੀਂ ਤੇ ਆਪ ਹੁਕਮ ਦੇ ਬੱਧੇ ਹੋਏ ਤੁਰੇ ਫਿਰਦੇ ਹਾਂ ਸਾਡੀ ਮਜਬੂਰੀ ਹੈ ਤੂੰ ਰੋਕ ਨਾ ਤੇ ਜੋਰਾਵਰ ਸਿੰਘ ਫਤਿਹ ਸਿੰਘ ਘੁੱਟ ਘੁੱਟ ਕੇ ਤੇ ਜਾਂਦਿਆਂ ਹੋਇਆਂ ਮਾਤਾ ਅਸੀਂ ਹੁਣ ਨਹੀਂ ਆਉਣਾ ਅੱਗੇ ਤੇ ਜਾਂਦੇ ਸੀ ਮੁੜੇ ਆਉਂਦੇ ਸੀ ਅਸੀਂ ਹੁਣ ਨਹੀਂ ਆਉਣਾ ਕਹਿੰਦੇ ਬੱਚੇ ਸਾਡੇ ਸਕੂਲ ਜਾਂਦੇ ਆ ਸ਼ਾਮ ਨੂੰ ਘਰ ਮੁੜ ਆਉਂਦੇ ਆ ਬੇਬੇ ਵੇਟ ਕਰਦੀ ਹੁੰਦੀ ਹੈ 4 ਵਜੇ ਗੱਡੀ ਦੀ ਆ ਜਾਣੀ ਹੈ 4 ਵਜੇ ਵੈਨ ਆ ਜਾਣੀ ਹੈ ਬੱਚਿਆਂ ਨੇ ਪੜ੍ਹ ਕੇ ਆ ਜਾਣਾ ਕਿੱਡਾ ਵੱਡਾ ਜਿਗਰਾ ਹੋਏਗਾ ਪਤਾ ਹੋਵੇ ਵੀ ਹੁਣ ਦੇ ਗਿਆਂ ਨੇ ਮੁੜਨਾ ਨਹੀਂ ਤੋਰਨੇ ਸੌਖੇ ਨਹੀਂ ਹੁੰਦੇ ਪਰ ਟੀਚੇ ਬੜੇ ਵੱਡੇ ਆ ਉਹਨਾਂ ਦੇ ਨਿਸ਼ਾਨੇ ਬੜੇ ਵੱਡੇ ਆ ਉਹਨਾਂ ਨੂੰ ਪਤਾ ਵੀ ਅਸੀਂ ਜਿੱਥੇ ਪਹੁੰਚਣਾ ਚਾਹੁੰਦੇ ਆ ਇਹ ਵਾਰਨੇ ਹੀ ਪੈਣਗੇ ਧੰਨ ਮਾਤਾ ਗੁਜਰ ਕੌਰ ਤੇ ਬਾਬਾ ਫਤਿਹ ਸਿੰਘ ਜਾਣ ਲੱਗਾ ਕਹਿ ਗਿਆ ਮਾਤਾ ਹੁਣ ਅੱਜ ਦੇ ਗਿਆਂ ਨੇ ਅਸੀਂ ਮੁੜ ਕੇ ਨਹੀਂ ਆਉਣਾ ਆਪ ਸੁਣੋ ਇੱਕ ਵਾਰ
ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਅੱਜ ਦੇ ਗਿਆ ਨੇ ਅਸੀਂ ਮੁੜ ਕੇ ਨਹੀਂ ਆਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਹਰ ਬੱਚੇ ਵਾਲੇ ਨੂੰ ਔਖਾ ਹੁੰਦਾ ਭਾਈ ਜਿੰਨੇ ਪੁੱਤਰਾਂ ਵਾਲੇ ਹੋ ਜਿੰਨੇ ਧੀਆਂ ਵਾਲੇ ਹੋ ਜਿਹੜੇ ਬੱਚੇ ਰੋਜ਼ ਤੋਰਦੇ ਹੋ ਨਾ ਸਕੂਲ ਬੱਚਾ ਤੇ ਬਿਮਾਰ ਨਹੀਂ ਝੱਲਿਆ ਜਾਂਦਾ ਭਾਈ ਸਦਾ ਲਈ ਤੋਰਨਾ ਕਿਹੜਾ ਸੌਖਾ ਹੁੰਦਾ ਜੇ ਸੁਣਨ ਵਾਲੇ ਤੁਸੀਂ ਬੱਚਿਆਂ ਵਾਲੇ ਹੋ ਤੇ ਗਾਉਣ ਵਾਲੇ ਵੀ ਤੇ ਬੱਚਿਆਂ ਵਾਲੇ ਇਹਨਾਂ ਦੇ ਵੀ ਨਿਆਣੇ ਆ ਏਦਾਂ ਯਾਦ ਆਉਂਦੀ ਤੇ ਬੱਚੇ ਵੀ ਤੋਰਨੇ ਸੌਖੇ ਕਿਤੇ ਧੰਨ ਸੀ ਮਾਤਾ ਤੇ ਜਦੋਂ ਤੋਰੇ ਹੋਣਗੇ ਕਿਹੜਾ ਸੌਖਾ ਨਿੱਕੇ ਨਿੱਕੇ ਨਿਆਣੇ ਬਿਮਾਰ ਠਮਾਰ ਹੋ ਜਾਣ ਝੱਲੇ ਨਹੀਂ ਜਾਂਦੇ ਸਵਾਓ ਤਕੜੇ ਦਿਲ ਕਰਕੇ ਉਹ ਹਾਲਾਤ ਜਿਹੜੇ ਉਹ ਸਮਾਂ ਵੀ ਬੇਬੇ ਅੱਜ ਦੇ ਗਿਆ ਨੇ ਮੁੜ ਕੇ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਟਾਉਣਾ ਚੱਲੇ ਮੌਤ ਵਿਆਣ ਨੂੰ ਤੂੰ ਸ਼ਗਨ ਮਨਾ ਦੇ ਸਿਰ ਤੇ ਕੱਫਣ ਬੰਨ ਲਏ ਹੁਣ ਕਲਗੀਆਂ ਲਾ ਦੇ ਚੱਲੇ ਮੌਤ ਵਿਆਣ ਨੂੰ ਤੂੰ ਸ਼ਗਨ ਮਨਾ ਦੇ ਸਿਰ ਤੇ ਕੱਫਣ ਬੰਨ ਲਏ ਹੁਣ ਕਲਗੀਆਂ ਲਾ ਦੇ ਵੈਰੀ ਨੇ ਹੈ ਅੰਦਰਾਂ ਦਾ ਸੇਰਾ ਲਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਮੈਂ ਤਾਂ ਹਾਂ 9 ਸਾਲ ਦਾ ਮੇਰਾ ਵੀਰ ਨਿਆਣਾ ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲੇ ਜਾਣਾ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਘੇਰਾ ਪਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਕੌਣ ਖਵਾਊ ਚੂੜੀਆਂ ਮਾਂ ਤੇਰੇ ਬਾਜੋ ਕਿਵੇਂ ਸੁਣਾਂਗੇ ਲੋਰੀਆਂ ਬਿਨ ਤੇਰੇ ਸਾਜੋ ਛੇਤੀ ਛੇਤੀ ਆ ਜਾਣਾ ਨਾ ਦੇਰ ਲਗਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਧੰਨੋ ਨੇ ਜਿਹੜੇ ਕਹਿੰਦੇ ਭੁੱਲ ਜਾਈ ਧੰਨੋ ਨੇ ਜਿਹੜੇ ਕਹਿੰਦੇ ਭੁੱਲ ਜਾਈ ਤੇ ਧੰਨ ਉਹ ਮਾਂ ਹੋਣੀ ਹੈ ਜਿਹੜੀ ਕਹਿੰਦੀ ਭੁੱਲ ਜਾਂਗੀ ਕੋਈ ਗੱਲ ਨਹੀਂ ਸੌਖਾ ਕਿਤੇ ਕੋਈ ਨਹੀਂ ਕਹਿ ਸਕਦਾ ਵੀ ਭੁੱਲ ਜਾ ਮੈਨੂੰ ਕੋਈ ਨਹੀਂ ਕਹਿ ਸਕਦਾ ਧੰਨ ਸੀ ਜਿਗਰਾ ਸਾਹਿਬਜ਼ਾਦਿਆਂ ਦਾ ਕਹਿੰਦੇ ਕਚਹਿਰੀ ਵਿੱਚ ਪੇਸ਼ ਹੋਏ ਪਿਆਰਿਓ 4 ਵਜਣ ਚ ਜੇ 2-3 ਮਿੰਟ ਰਹਿੰਦੇ ਆ
ਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ 5 7 10 ਮਿੰਟ ਅੱਜ 4 10 ਤੇ ਆਪਾਂ ਸਮਾਪਤੀ ਕਰ ਦੇਾਂਗੇ 10 ਕੁ ਮਿੰਟ ਵੱਧ ਚਾਹੀਦੇ ਜ਼ਿਆਦਾ ਨਹੀਂ ਹਿਲਜੁਲ ਨਾ ਹੋਵੇ ਟਿਕਾ ਰੱਖਿਓ ਬਸ ਜਿਵੇਂ ਹੁਣ ਤੱਕ ਟਿਕੇ ਰਹੇ ਹੋ ਆ ਇਦਾਂ ਹੀ ਰਹੇ ਆਪਣੇ ਆਪ ਨੂੰ ਕਾਇਮ ਰੱਖਿਓ ਲਓ ਜੀ ਸਾਹਿਬਜ਼ਾਦੇ ਕਚਹਿਰੀ ਵਿੱਚ ਜਾਂਦੇ ਆ ਅੱਜ 13 ਪੂ ਹੈ 27 ਦਸੰਬਰ 21 ਦਸੰਬਰ ਤੋਂ ਲੈ ਕੇ ਅੱਜ 27 ਹੋ ਗਈ ਪਹਿਲੀ ਰਾਤ 21 ਦੀ ਚੱਕ ਢੇਰਾ ਦੂਜੀ ਰਾਤ ਕਾਈਨੌਰ ਪਿੰਡ ਵਿੱਚ 22 ਦੀ 23 ਦੀ ਸਹੇੜੀ 24 ਦੀ ਮਰਿੰਡੇ 25 ਤੇ 26 ਸਰਹਰ ਤੇ 27 ਦੀ ਸ਼ਹੀਦੀ ਇਹ 7 ਦਿਨ ਇੰਨੇ ਨਕੰਮੇ ਆ ਸੀ ਸਾਡੇ ਤੇ 7 ਦਿਨ ਠੇਕੇ ਨਹੀਂ ਬੰਦੇ 7 ਦਿਨ ਤੇ ਛੱਡੋ 13 ਪੋਹ ਨੂੰ ਠੇਕੇ ਨਹੀਂ ਬੰਦੇ ਸਰਹੰਦ ਦੇ ਆਲੇ ਦੁਆਲੇ ਜਾ ਕੇ ਵੇਖਿਓ ਜਦੋਂ ਫਤਿਹਗੜ੍ਹ ਸਾਹਿਬ ਦੇ ਨੇੜੇ ਕਈ ਸਭਾ ਤੇ ਜਾਣ ਵਾਲੇ ਬੰਦੇ ਇਦਾਂ ਦੇ ਬੰਦੇ ਹੋਣਗੇ ਉਹ ਉੱਥੇ ਵੀ ਨਹੀਂ ਹਟਦੇ ਇਦਾਂ ਦੇ ਬੰਦੇ ਵੀ ਸ਼ਰਧਾ ਪਿਆਰ ਵਾਲਿਆਂ ਦੀ ਕਮੀ ਕੋਈ ਨਹੀਂ ਪਰ ਇਦਾਂ ਦੇ ਬੰਦੇ ਵੀ ਹੈ ਟਰਾਲੀ ਦੇ ਨੇੜੇ ਗੱਡੀ ਲਾ ਕੇ ਵੇਖੀ ਵਿੱਚ ਤਾਸ਼ ਖੇਡਦੇ ਜਾਂਦੇ ਤਾਸ਼ ਵੀ ਚਲੋ ਚੱਲੀਏ ਤੇ ਲੋਕੀ ਲੰਗਰ ਲਾ ਕੇ ਬੈਠੇ ਐ ਗੁਰੂ ਕੀਆਂ ਸੰਗਤਾਂ ਦੇ ਦਰਸ਼ਨ ਕਰੀਏ ਕਦੋਂ ਇਹਨਾਂ ਨੂੰ ਪ੍ਰਸ਼ਾਦਾ ਛਕਾਈਏ ਕਿਵੇਂ ਪਕੌੜੇ ਖਵਾਈਏ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰੋ ਤੇ ਰੱਬ ਰੱਬ ਆ ਆ ਰੱਬ ਆਇਆ ਜਿਹੜਾ ਤਾਸ਼ ਖੇਡਦਾ ਵਿੱਚ ਬੈਠਾ ਟਰਾਲੀ ਦੇ ਇਹ ਟਰਾਲੀ 'ਚ ਰੱਬ ਬੈਠਾ ਹੈ ਕਿੱਥੇ ਉਹ ਕਿੱਥੇ ਅਸੀਂ ਥੱਲੇ ਆਉਂਦੇ 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 ਜਮੇ ਹੀ ਗਿਰ ਗਏ ਕੋਈ ਫਤਿਹਗੜ੍ਹ ਸਾਹਿਬ ਆ ਸਾਹਿਬਜ਼ਾਦਿਆਂ ਦੀ ਗੱਲ ਕੌਣ ਕਰਦਾ ਨਾ ਕਰਨ ਦਿੰਦਾ ਕਿਹੜੇ ਉੱਥੇ ਤੁਸੀਂ ਦੇਖਦੇ ਹੀ ਹੋ ਜਾ ਕੇ ਬਹਿ ਕੇ ਇਦਾਂ ਤੁਸੀਂ ਸੁਣੋ 3-4 ਘੰਟੇ ਸਾਰੀ ਸਾਰੀ ਰਾਤ ਪੁਰਾਣੇ ਵੇਲਿਆਂ 'ਚ ਕਹਿੰਦੇ ਸਭਾ ਵੀ ਉਹ ਸਭਾ ਦੇ 3 ਦਿਨ ਉਵੇਂ ਸਭਾ ਕਹਿੰਦੇ ਸੀ ਜੋੜ ਮੇਲਾ ਨਹੀਂ ਕਹਿੰਦੇ ਸੀ ਸਭਾ ਲੱਗਣੀ ਹੈ 3 ਦਿਨ ਸਭਾ ਤੇ ਜਾਵਾਂਗੇ ਕਿਉਂਕਿ ਉਹ ਸਭਾ ਲੱਗੀ ਸੀ ਨਾ 3 ਦਿਨ 11 12 13 ਸਭਾ ਸੀ ਉਹਦੀ ਵਜੀਦੇ ਦੀ ਤੇ ਲੋਕ ਕਹਿੰਦੇ ਗੱਡਿਆਂ ਤੇ ਜਾਂਦੇ ਸੀ ਪੁਰਾਣੇ ਜੇ ਬਿਲਡਿੰਗਾਂ ਹੁੰਦੀਆਂ ਸੀ ਪੁਰਾਣੇ ਗੁਰਦੁਆਰੇ ਕੱਚੀ ਗੜੀ ਕਹਿੰਦੇ ਸਾਰੀ ਰਾਤ ਲੋਕ ਬਹਿ ਕੇ ਇਦਾਂ ਹੀ ਰੋ ਕੇ ਸਾਰੀ ਰਾਤ ਨਾ ਕੁਝ ਖਾਣਾ ਨਾ ਪੀਣਾ ਭੁੰਜੇ ਹੀ ਬਹਿ ਕੇ ਸਾਰੀ ਰਾਤ ਤੇ ਸਵੇਰੇ ਉੱਠ ਕੇ ਆ ਜਾਂਦੇ ਸੀ ਪੁਰਾਣੇ ਲੋਕ ਇਦਾਂ ਜਾਂਦੇ ਸੀ ਅੱਜ ਕੱਲ ਤੇ ਪਕੌੜੇ ਚੱਲਦੇ ਆ ਜਲੇਬੀਆਂ ਚੱਲਦੇ ਗਜਰੇਲੇ ਚੱਲਦੇ ਆ ਕਾਹਦੀਆਂ ਖੁਸ਼ੀਆਂ ਮਨਾਉਂਦੇ ਆ ਅਸੀਂ ਆ ਦੀਵਾਨ ਤੁਸੀਂ ਅਸੀਂ ਐਦਕੀ ਫਤਿਹਗੜ੍ਹ ਸਾਹਿਬ ਨਾ ਮੈਂ 25 26 27 ਦਾ ਪ੍ਰੋਗਰਾਮ ਰੱਖਿਆ ਮੈਂ ਕਿਹਾ ਦੋ ਦੀਵਾਨ ਨਾ ਫਤਿਹਗੜ੍ਹ ਸਾਹਿਬ ਲਾਉਣੇ ਜਗ੍ਹਾ ਅਸੀਂ ਠੇਕੇ ਤੇ ਲਈ ਆ ਬਾਬਿਆਂ ਨੇ ਪਤਾ ਨਹੀਂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਬੰਦੇ ਹੀ ਮੁਕਰਾਰ ਤੇ ਜਿਨ੍ਹਾਂ ਨੇ ਜਗ੍ਹਾ 2 ਲੱਖ ਰੁਪਈਆ ਠੇਕਾ ਕਿਹਾ ਸੀ ਦੇਣਾ 2 ਕਿੱਲੇ 3 5 6 ਕਿੱਲੇ ਜ਼ਮੀਨ ਸੀ ਐ 2 ਦਿਨਾਂ ਦਾ 2 ਲੱਖ ਵੀ ਪ੍ਰੋਗਰਾਮ ਕਰਨਾ ਹੈ ਫਤਿਹਗੜ੍ਹ ਸਾਹਿਬ ਉਹ ਬੰਦੇ ਹੀ ਮੁਕਰਾਰ ਤੇ ਵੀ ਸੁਣ ਨਾ ਲਵੇ ਕੋਈ ਅਗਲਾ ਹੈ ਤੇ ਇਤਿਹਾਸ ਹੀ ਆ ਗੁਰੂ ਦਾ ਨਾ ਸੁਣਾਉਣ ਦਿਓ ਸਾਨੂੰ ਤੁਸੀਂ ਸੁਣਾਓ ਸਾਡੇ ਵਰਗੇ ਤੇ ਬੋਲਦੀ ਨਹੀਂ ਬੋਲੋ ਤੇ ਸਹੀ ਤੁਸੀਂ ਅਸੀਂ ਤੇ ਅੱਜ ਬੰਦ ਕਰ ਦਿੰਨੇ ਆ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਤੁਸੀਂ ਕੀਤਾ ਹੁੰਦਾ ਪੰਜਾਬ ਦਾ ਆਹ ਹਾਲ ਹੁੰਦਾ ਗੱਲਾਂ ਮਾਰਦੇ ਹੋ ਗੁਰਮਤ ਦੀਆਂ ਗੁਰਬਾਣੀ ਦੀਆਂ ਪੰਜਾਬ ਇਦਾਂ ਨਸ਼ਿਆਂ 'ਚ ਬੇੜਾ ਰੁੜਦਾ ਪੰਜਾਬ ਦਾ ਕਾਲਜਾਂ ਦੇ ਵਿੱਚ ਇਦਾਂ ਹੁੰਦਾ ਸਾਰਾ ਕੁਝ ਜੇ ਕਿਤੇ ਸਹੀ ਪ੍ਰਚਾਰ ਕੀਤਾ ਹੁੰਦਾ ਅੱਜ ਨਕਸ਼ਾ ਬਦਲਿਆ ਹੋਣਾ ਸੀ ਵੇਖੋ ਆ ਇੱਕ ਹਫ਼ਤਾ ਹੈ ਆ ਹਫ਼ਤਾ ਅੱਜ ਵਾਲੇ ਦਿਨ ਸਾਹਿਬਜ਼ਾਦੇ ਕਚਹਿਰੀ ਵਿੱਚ ਜਦੋਂ 13 ਪੋਹ ਨੂੰ ਗਏ ਮਾਤਾ ਨੂੰ ਜਾਂਦੀ ਵਾਰੀ ਫਤਿਹ ਬੁਲਾ ਕੇ ਅੱਜ ਤੋਂ ਬਾਅਦ ਮੁੜ ਕੇ ਨਹੀਂ ਆਉਣਾ ਕਚਹਿਰੀ 'ਚ ਜਾ ਕੇ ਜਦੋਂ ਖੜੇ ਤੇ ਵਜੀਦਾ ਕਹਿੰਦਾ ਬੱਚਿਓ ਖੜੇ ਆ ਕਾਰੀਗਰ ਤਿਆਰ ਤੁਹਾਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣਿਆ ਜਾਏਗਾ ਅੱਜ ਵੀ ਮੰਨ ਜਾਓ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਕਿਹਾ ਭੁੱਲ ਜਾ ਇਹ ਨਹੀਂ ਹੋ ਸਕਦਾ ਕਹਿੰਦੇ ਇੱਥੇ ਮਰ ਜਾਓਗੇ ਤੁਹਾਡੇ ਲਾਸ਼ਾਂ ਰੁੱਲਣਗੀਆਂ ਇੱਥੇ ਤੁਹਾਨੂੰ ਰੋਣਾ ਵੀ ਕਿਸੇ ਨੇ ਨਹੀਂ ਤੁਹਾਨੂੰ ਦਫਨਾਉਣਾ ਵੀ ਕਿਸੇ ਨੇ ਨਹੀਂ ਇੱਥੇ ਕੋਈ ਨਹੀਂ ਇੱਥੇ ਤੁਹਾਡਾ ਪਿਓ ਖਤਮ ਕਰਤਾ ਅਸੀਂ ਕਹਿੰਦੇ ਕਿਉਂ ਇੱਥੇ ਬਹਿ ਕੇ ਕਚਹਿਰੀ 'ਚ ਝੂਠ ਬੋਲਣਾ ਹੈ ਤੇਰਾ ਕਿਹੜਾ ਬੰਦਾ ਜਿਹੜਾ ਸਾਡੇ ਪਿਤਾ ਦਾ ਸਿਰ ਵੱਢ ਕੇ ਲਿਆਇਆ ਹੈ ਕਿਉਂ ਝੂਠ ਬੋਲਦਾ ਹੈ ਸਾਡੇ ਪਿਤਾ ਦੇ ਸਾਹਮਣੇ ਤੇਰੇ ਵੱਡੇ ਵੱਡੇ ਜਰਨੈਲ ਜਦੋਂ ਜਾਂਦੇ ਆ ਉਹਨਾਂ ਦੀਆਂ ਲੱਤਾਂ ਕੰਬਦੀਆਂ ਹੈ ਸ੍ਰੀ ਅਕਾਲ
ਵਜੀਦਿਆ ਕਚਹਿਰੀ ਤੇ ਬਹਿ ਕੇ ਇੱਥੇ ਝੂਠ ਨਾ ਬੋਲ, ਲੋਕੀ ਤੇਰੇ ਤੋਂ ਇਨਸਾਫ ਦੀ ਆਸ ਰੱਖਦੇ ਆ। ਤੂੰ ਕਹੀ ਜਾਂਦਾ ਸਾਡੇ ਪਿਤਾ ਦਾ ਸਿਰ ਵੱਢ ਲਿਆ, ਝੂਠ ਬੋਲਦਾ ਤੂੰ, ਝੂਠ ਬੋਲਦਾ ਸਾਡੇ ਪਿਤਾ ਚੜ੍ਹਦੀ ਕਲਾ ਚ ਨੇ। ਬੱਚਿਓ ਤੁਹਾਨੂੰ ਰੋਣਾ ਦਫਨਾਉਣਾ ਕਿ ਤੁਹਾਡੀਆਂ ਅੰਦਰਾਂ ਰੁਣ ਲਗੀਆਂ। ਉਹ ਵੇਖੋ ਉੱਚੀਆਂ ਉੱਚੀਆਂ ਇੱਲਾਂ ਉੱਡਦੀਆਂ, ਤੁਹਾਡੀਆਂ ਅੰਦਰਾਂ ਐ ਖਿਲਰ ਜਾਣੀਆਂ। ਆ ਸੋਹਣੇ ਸੋਹਣੇ ਕੋਮਲ ਸਰੀਰ ਨੇ, ਤਰਸ ਕਰ ਲਓ ਆਪਣੇ ਆਪ ਤੇ, ਆਪਣੇ ਆਪ ਵੱਲ ਵੇਖੋ। ਤੇ ਸਾਹਿਬਜ਼ਾਦੇ ਉਸ ਵੇਲੇ ਕਹਿਣ ਲੱਗੇ, ਅਸੀਂ ਤੇ ਹੋਣਾ ਨਹੀਂ, ਤੂੰ ਹੋਏਗਾ। ਜੇ ਅਸੀਂ ਮਰ ਗਏ, ਅਸੀਂ ਸ਼ਹੀਦ ਹੋ ਗਏ, ਤੂੰ ਹੋਏਗਾ ਇੱਥੇ। ਇੱਲਾਂ ਆਉਣ, ਬੋਟੀਆਂ ਚੁੱਕ ਚੁੱਕ ਕੇ ਆਂਦਰਾਂ ਚੁੱਕ ਚੁੱਕ ਕੇ ਲੈ ਜਾਣ, ਇੱਥੇ ਖੜ ਕੇ ਮਿਣਤੀ ਕਰੀ। ਜਿੰਨੀਆਂ ਉੱਚੀਆਂ ਇੱਲਾਂ ਜਾਣਗੀਆਂ, ਆਂਦਰਾਂ ਸਾਡੀਆਂ ਲੈ ਕੇ, ਤੇਰਾ ਰਾਜ ਸਦਾ ਨਹੀਂ ਰਹਿਣਾ, ਇੰਨੇ ਇੰਨੇ ਉੱਚੇ ਇੱਥੇ ਨਿਸ਼ਾਨ ਸਾਹਿਬ ਚੁੱਲਣਗੇ। ਉਹ ਸਮਾਂ ਦੱਸ ਦਿੰਦਾ ਹੁੰਦਾ ਭਾਈ, ਝੂਠ ਦੀ ਦੁਕਾਨ ਸਦਾ ਚੱਲਦੀ ਨਹੀਂ ਰਹਿਣੀ, ਪਤਾ ਝੂਠੀਆਂ ਕਚਹਿਰੀਆਂ ਸਦਾ ਨਹੀਂ ਰਹਿਣੀਆਂ, ਝੂਠੇ ਬੰਦੇ ਸਦਾ ਨਹੀਂ ਰਹਿਣੇ। ਆ ਸਾਡੀ ਜੁਰਤ, ਸਾਡੀ ਬੜਕ, ਸਾਡੀ ਹਿੰਮਤ, ਸਾਡੀ ਦਲੇਰੀ ਇੱਕ ਦਿਨ ਪ੍ਰਗਟ ਹੋਏਗੀ, ਲੱਗ ਜਾਣਾ ਪਤਾ ਝੂਠ ਕਿੰਨਾ ਚਿਰ ਚੱਲੇਗਾ। ਕਹਿੰਦੇ ਇਹ ਨਹੀਂ ਮੰਨਦੇ, ਬਸ ਐ ਖੜਦੇ ਕਚਹਿਰੀ ਇਦਾਂ ਖੜੇ ਕਰਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਚਿੰਨੀਆਂ ਸ਼ੁਰੂ ਕਰਤੀਆਂ, ਚੱਪਣੀਆਂ ਤੱਕ ਕੰਧ ਆਈ ਜਦੋਂ, ਤੇ ਸਾਹਿਬਜ਼ਾਦਿਆਂ ਦੀਆਂ ਚੱਪਣੀਆਂ ਲਾਈਆਂ, ਇੱਟ ਨਹੀਂ ਭੰਨੀ, ਚੱਪਣੀਆਂ ਲਾਈਆਂ। ਛੋਟੇ ਛੋਟੇ ਬੱਚਿਆਂ ਦੀਆਂ ਜੇ ਚੱਪਣੀਆਂ ਲਾ ਦਿੱਤੀਆਂ ਜਾਣ, ਐ ਖੂਨ ਚੱਲਦਾ ਉੱਪਰ, ਚਿਣਦੇ ਚਿਣਦੇ ਛਾਤੀਆਂ ਤੱਕ ਕੰਧ ਆਈ। ਕਹਿੰਦੇ ਕੰਧ ਡਿੱਗ ਪਈ, ਕਈ ਇਤਿਹਾਸਕਾਰਾਂ ਨੇ ਲਿਖਿਆ ਤਿੰਨ ਵਾਰੀ ਕੰਧ ਬਣਾਈ ਸੀ, ਕਹਿੰਦੇ ਤਿੰਨ ਵਾਰੀ ਡਿੱਗੀ। ਪਰ ਚਲੋ ਜੇ ਇੱਕ ਵਾਰੀ ਵੀ ਮੰਨੀਏ ਵੀ ਕੰਧ ਬਣੀ, ਜਦੋਂ ਡਿੱਗ ਪਈ ਇੱਟਾਂ ਵੱਜੀਆਂ, ਬੇਹੋਸ਼ ਹੋ ਗਏ ਸਾਹਿਬਜ਼ਾਦੇ, ਬੇਹੋਸ਼ ਹੋ ਗਏ। ਕਈ ਦਿਨਾਂ ਦੇ ਭੁੱਖੇ ਐ, ਛਕਿਆ ਕੁਛ ਨਹੀਂ। ਹੁਣ ਕਹਿੰਦਾ ਲੈ ਅੱਜ ਮੰਨਣਗੇ, ਅੱਜ ਇਹ ਜ਼ਰੂਰ ਮੰਨਣਗੇ। ਨੇੜੇ ਗਏ ਸਾਹਿਬਜ਼ਾਦਿਆਂ ਦੇ, ਐ ਨੇੜੇ ਪਹੁੰਚ ਗਏ। ਵਜੀਦਾ ਵੀ ਨੇੜੇ ਆਇਆ ਵੀ ਹੁਣ ਮੰਨਣਗੇ, ਕਿਉਂਕਿ ਸਾਹ ਘੁੱਟਿਆ ਪਿਆ, ਹੁਣ ਮੰਨਣਗੇ। ਇਹਨਾਂ ਨੂੰ ਹੋਸ਼ ਵਿੱਚ ਲਿਆਓ, ਐ ਤਲੀਆਂ ਮਲਦੇ ਐ, ਤਲੀਆਂ ਮਲਦੇ ਆ, ਪਾਣੀ ਦੇ ਛਿੱਟੇ ਦਿੰਦੇ ਆ, ਨੇੜੇ ਐ ਚਿਹਰੇ ਤੇ ਹੱਥ ਐ ਹਿਲਾਉਂਦੇ ਆ, ਹਲਾ ਹਲਾ ਕੇ ਇਦਾਂ। ਫਤਿਹ ਸਿੰਘ ਇਸਲਾਮ ਕਬੂਲ ਹੈ, ਕਹਿੰਦੇ ਜੋਰਾਵਰ ਸਿੰਘ ਇਸਲਾਮ ਕਬੂਲ ਹੈ, ਕਹਿੰਦੇ ਬੋਲਿਆ ਨਹੀਂ ਗਿਆ ਨਾ ਤੇ ਅੱਖਾਂ ਪੱਟੀਆਂ, ਮੁੜ ਕੇ ਅੱਖਾਂ ਨਹੀਂ ਖੋਲੀਆਂ, ਅੱਖਾਂ ਨਹੀਂ ਖੋਲੀਆਂ, ਬੋਲਿਆ ਵੀ ਨਹੀਂ ਗਿਆ, ਬਸ ਸੇਰੀ ਹਾਲਾਤ ਤੇ ਵੀ ਸਿੱਖੀ ਨਹੀਂ ਛੱਡੀ, ਇਸਲਾਮ ਕਬੂਲ ਨਹੀਂ, ਇਦਾਂ ਕਰਦਾ, ਕਹਿੰਦੇ ਨਹੀਂ ਮੰਨਦੇ। ਹੁਣ ਫਿਰ ਜਲਾਦ ਨੂੰ ਸੱਦਿਆ, ਸਮਾਣੇ ਦੇ ਜਲਾਦਾਂ ਨੇ ਛਾਤੀਆਂ ਤੇ ਬਹਿ ਕੇ, ਜੇ ਸ਼ਾਹ ਰੱਗ ਕੱਟ ਦਿੱਤੀ ਜਾਵੇ ਤੇ ਗਰਦਨ ਲਾਉਣ ਦੀ ਲੋੜ ਨਹੀਂ ਪੈਂਦੀ, ਜਾਨ ਨਿਕਲ ਜਾਂਦੀ। ਮੁਸਲਮਾਨ ਜਿਹੜੇ ਨੇ ਨਾ, ਇਹ ਹਰ ਚੀਜ਼ ਨੂੰ ਜਿਵਾ ਕਰਦੇ ਨੇ, ਇਹ ਇਦਾਂ ਨਾ ਇੱਕਦਮ ਨਹੀਂ ਕੱਟਦੇ, ਇਹ ਕਲਮੇ ਪੜ੍ਹ ਪੜ੍ਹ ਕੇ ਇਦਾਂ ਹੌਲੀ ਹੌਲੀ ਕਰਕੇ ਨਾ ਇਦਾਂ ਇਦਾਂ ਕੱਟਦੇ। ਜੇ ਮੁਰਗੀ ਨੂੰ ਵੀ ਕੱਟਦੇ ਨੇ ਨਾ, ਇਹ ਐ ਐ ਹੌਲੀ ਹੌਲੀ ਕਰਕੇ ਕੱਟਦੇ, ਇੱਕਦਮ ਨਹੀਂ ਕੱਟਦੇ, ਇਹਨਾਂ ਦਾ ਤਰੀਕਾ ਹੈ। ਫਿਰ ਛਾਤੀਆਂ ਤੇ ਬਹਿ ਕੇ ਸਾਹਿਬਜ਼ਾਦਿਆਂ ਦੀਆਂ ਤੇ, ਸਮਾਣੇ ਦੇ ਜਲਾਦਾਂ ਨੇ ਕਿਹਾ ਸੀ ਸਾਡੇ ਕੇਸ ਮਾਫ਼ ਕਰ, ਇੱਦਾਂ ਕੰਮ ਤਾਂ ਕਰਾਂਗੇ, ਉਹ ਮੰਨਿਆ। ਫਿਰ ਐ ਬਹਿ ਕੇ ਫਿਰ ਹੌਲੀ ਹੌਲੀ ਉਹਨਾਂ ਦੀਆਂ ਸ਼ਾਰਗਾਂ ਕੱਟਦੀਆਂ। ਨਾਲ ਵਗਦੀ ਸੀ ਨਦੀ, ਨਦੀ ਦੇ ਕੰਢੇ ਲਾਸ਼ਾਂ ਸਿੱਟਦੀਆਂ ਸੀ। 27 ਪੋਹ ਨੂੰ ਸਾਰਾ ਦਿਨ ਸਵੇਰ ਦੇ 10 ਕੁ ਵਜੇ ਨੀਹਾਂ 'ਚ ਚਿਣ ਕੇ ਸ਼ਹੀਦ ਹੋਏ ਸੀ। ਸਾਰਾ ਦਿਨ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਜਿਹੜੀਆਂ ਸੀ ਉਹ ਨਦੀ ਕੰਢੇ ਸਿੱਟਦੀਆਂ ਸੀ, ਬਾਹਰਲੇ ਪਾਸੇ ਕੰਧ ਤੋਂ ਪਰਲੇ ਪਾਸੇ ਸਿੱਟਦੀਆਂ, ਵੀ ਏਦਾਂ ਹੀ ਰੁਲਣ ਇਹਨਾਂ ਦੀਆਂ ਲਾਸ਼ਾਂ ਬਾਹਰ ਪਈਆਂ ਲਈਆਂ। ਮਾਤਾ ਗੁਜਰ ਕੌਰ ਨੂੰ ਦੱਸਿਆ ਇਹ ਜਾਂਦਾ ਹੈ, ਇਹਨਾਂ ਨੇ ਰੌਲਾ ਪਾਤਾ, ਮਾਂ ਮਾਤਾ ਨੇ ਛਾਲ ਮਾਰ ਲਈ, ਮਾਂ ਸਦਮਾ ਨਹੀਂ ਝੱਲ ਸਕੀ ਬੱਚਿਆਂ ਦਾ, ਹੋਇਆ ਇਦਾਂ ਨਹੀਂ। ਜਦੋਂ ਇਹਨਾਂ ਨੇ ਸਾਹਿਬਜ਼ਾਦੇ ਨਾ ਮੰਨੇ, ਫਿਰ ਭੱਜ ਕੇ ਬੰਦੇ ਭੇਜੇ ਵੀ ਜਾਓ ਬੀਬੀ ਨੂੰ ਮਨਾਓ, ਜੇ ਮੰਨਦੀ ਹੈ, ਜੇ ਨਹੀਂ ਮੰਨਦੀ ਧੱਕਾ ਦੇ ਦਿਓ ਬੁਰਜ ਤੇ ਖੜੀ ਨੂੰ, ਉੱਤੋਂ ਥੱਲੇ ਸਿੱਟੋ। ਆਪਣੇ ਆਪ ਨਹੀਂ ਮਾਤਾ ਚਲੇ ਗਏ, ਕਹਿੰਦੇ ਬੁਰਜ ਦੇ ਉੱਤੇ ਚੜ੍ਹੇ, ਉਹਨਾਂ ਨੇ ਜਾ ਕੇ ਆਖਿਆ ਬੇਬੇ ਤੇਰੇ ਪੋਤੇ ਸ਼ਹੀਦ ਹੋ ਗਏ। ਉਹ ਨਹੀਂ ਮੰਨੇ, ਤੂੰ ਦੱਸ ਇਸਲਾਮ ਕਬੂਲ ਹੈ,
ਉਹ ਕਹਿਣ ਲੱਗੀ ਜੇ ਨਿੱਕੇ ਨਿੱਕੇ ਬੱਚੇ ਨਹੀਂ ਮੰਨੇ ਮੇਰੇ ਤੋਂ ਕਿੱਥੋਂ ਇਹ ਆਸ ਰੱਖਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਦੇ ਘਰੋਂ ਆ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਨੂੰਹ ਆ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ ਮੈਂ ਮੇਰਾ ਪੁੱਤ ਹੈ ਗੁਰੂ ਗੋਬਿੰਦ ਸਿੰਘ ਜਿਹਨੂੰ ਲੋਕੀ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਉਹ ਮੇਰਾ ਪੁੱਤ ਹੈ ਮੈਂ ਆਪਣੀ ਕੁੱਖੋਂ ਜਨਮ ਦਿੱਤਾ ਉਹਨੂੰ ਜਿਹੜਾ ਉਹ ਮੇਰਾ ਪੁੱਤ ਹੈ ਗੁਰੂ ਗੋਬਿੰਦ ਸਿੰਘ ਆ ਜਿਨ੍ਹਾਂ ਨੂੰ ਸ਼ਹੀਦ ਕਰਕੇ ਆਏ ਹੋ ਮੇਰੇ ਪੋਤੇ ਲੱਗਦੇ ਆ ਜੋਰਾਵਰ ਸਿੰਘ ਫਤਿਹ ਸਿੰਘ ਤੇ ਮੈਨੂੰ ਪੁੱਛਣ ਆਏ ਹੋ ਤੁਸੀਂ ਵੀ ਡੋਲ ਜਾਏਗੀ ਤੂੰ ਮੈਂ ਆਪਣੇ ਪਤੀ ਦਾ ਸੀਸ ਵੇਖਿਆ ਐ ਲੈ ਕੇ ਆਏ ਸੀ ਥਾਲੀ 'ਚ ਧਰ ਕੇ ਕਿਸੇ ਵਾਸਤੇ ਮੇਰਾ ਪਤੀ ਪੌਣੇ 9 ਸਾਲ ਦਾ ਮੇਰਾ ਪੁੱਤ ਛੱਡ ਕੇ ਚਲਿਆ ਗਿਆ ਸੀ 6 ਸਾਲ ਤੱਕ ਮੇਰੇ ਪਤੀ ਨੇ ਆਪਣੇ ਪੁੱਤ ਦਾ ਮੂੰਹ ਨਹੀਂ ਸੀ ਵੇਖਿਆ 45 ਸਾਲ ਦੀ ਉਮਰ 'ਚ ਜਾ ਕੇ ਮੇਰੀ ਕੁੱਖ ਨੂੰ ਭਾਗ ਲੱਗੇ ਸੀ ਮੇਰੇ ਗੋਬਿੰਦ ਸਿੰਘ ਹੋਇਆ ਮੇਰਾ ਪਤੀ 5 ਸਾਲ ਤੋਂ ਬਾਅਦ ਜਾ ਕੇ ਪੁੱਤ ਨੂੰ ਮਿਲਿਆ ਸੀ ਸਾਡਾ ਤੇ ਟੱਬਰ ਹੀ ਇਦਾਂ ਦਾ ਹੈ ਅਸੀਂ ਤੇ ਸਾਰੇ ਹੀ ਇਦਾਂ ਦੇ ਆ ਜਿਹੇ ਜੇ ਪੋਤਿਆਂ ਦੇ ਜਵਾਬ ਨੇ ਉਹੋ ਜਿਹੀ ਦਾਦੀ ਦੇ ਜਵਾਬ ਹੋਣਗੇ ਜਿੰਨੇ ਜੋਗੀ ਹਾਂ ਮੈਂ ਮੇਰੀ ਤੇ ਨਾ ਜਿੰਨੇ ਜੋਗੀ ਹਾਂ ਕਹਿੰਦੀ ਭੁੱਲ ਜੋ ਫਿਰ ਕਹਿੰਦੇ ਬੁਰਜ ਤੇ ਬੈਠੀ ਨੂੰ ਗੁਰੂ ਗੋਬਿੰਦ ਸਿੰਘ ਦੀ ਮਾਂ ਨੂੰ ਮਾਤਾ ਗੁਜਰ ਕੌਰ ਨੂੰ ਧੱਕਾ ਦਿੱਤਾ ਉੱਤੋਂ ਥੱਲੇ ਸਿੱਟਿਆ ਤੇ ਥੱਲੇ ਆ ਕੇ ਇਹਨਾਂ ਨੇ ਕੀ ਕਿਹਾ ਕਹਿੰਦੇ ਬੇਬੇ ਛਾਲ ਮਾਰ ਗਈ ਮਾਤਾ ਨੇ ਬੁਰਜ ਤੋਂ ਛਾਲ ਮਾਰਦੀ ਛਾਲ ਮਾਰੀ ਨਹੀਂ ਧੱਕਾ ਦਿੱਤਾ ਥੱਲੇ ਜਦੋਂ ਮਾਤਾ ਡਿੱਗੀ ਸਿਰ ਵੱਜਣ ਕਰਕੇ ਫਿਰ ਮਾਤਾ ਗੁਜਰ ਕੌਰ ਦੀ ਲਾਸ਼ ਕਹਿੰਦੇ ਦਾਦੀ ਨੂੰ ਪੋਤਿਆਂ ਕੋਲ ਸਿੱਟੋ ਵੀ ਚੱਕ ਕੇ ਤੇ ਲਾਸ਼ ਜਿਹੜੀ ਸੀ ਪੋਤਿਆਂ ਕੋਲ ਸਿੱਟਦੀ ਵੀ ਤਿੰਨੇ ਲਾਸ਼ਾਂ ਪਈਆਂ ਸੀ ਸੇਠ ਟੋਡਰ ਮੱਲ ਫਿਰ ਉਦੋਂ ਉਹ ਆਇਆ ਤੇ ਉਹਨੇ ਫਿਰ ਸਾਹਿਬਜ਼ਾਦਿਆਂ ਦੇ ਤੇ ਮਾਤਾ ਗੁਜਰ ਕੌਰ ਦਾ ਸਰੀਰ ਦਾ ਸੰਸਕਾਰ ਕਰਨ ਦਾ ਫੈਸਲਾ ਲਿਆ ਉਹ ਕਹਿੰਦਾ ਮੈਂ ਅੰਤਮ ਸੰਸਕਾਰ ਕਰਨਾ ਹੈ ਉਹ ਕਹਿੰਦੇ ਸੰਸਕਾਰ ਕਰਨ ਨੂੰ ਜਗ੍ਹਾ ਨਹੀਂ ਦੇਣੀ ਕਹਿੰਦੇ ਮੋਹਰਾਂ ਵਿਛਾ ਧਰਤੀ ਉੱਤੇ ਮੁੱਲ ਖਰੀਦ ਜਗ੍ਹਾ ਫਿਰ ਤੂੰ ਕਰ ਸਕਦਾ ਹੈ ਕਹਿੰਦੇ ਮੋਹਰਾਂ ਵਿਛਾ ਕੇ ਦੁਨੀਆ ਵਿੱਚ ਇੰਨੀ ਮਹਿੰਗੀ ਜਗ੍ਹਾ ਨਾ ਵਿਕੀ ਹੈ ਨਾ ਅੱਜ ਤੱਕ ਕਿਸੇ ਨੇ ਖਰੀਦੀ ਹੈ ਅੱਜ ਤੱਕ ਇਦਾਂ ਜਗ੍ਹਾ ਨਹੀਂ ਵਿਕੀ ਵੀ ਪੈਸਾ ਵਿਛਾ ਕੇ ਖਰੀਦੀ ਹੋਵੇ ਸੋਨੇ ਦੀਆਂ ਮੋਹਰਾਂ ਐ ਟੇਢੇ ਰੋਕ ਦੀਆਂ ਲਾ ਲਾ ਕੇ ਇਹਨੇ ਜਗ੍ਹਾ ਖਰੀਦੀ ਅੰਗੀਠੇ ਉੱਥੇ ਬਣਾਏ ਫਿਰ ਚਾਰ ਮਜ਼ਦੂਰ ਮਿਲੇ ਚਾਰ ਮਜ਼ਦੂਰ ਬੜਾ ਪੈਸਾ ਦੇ ਕੇ ਉਹਨਾਂ ਨੂੰ ਫਿਰ ਮਾਤਾ ਗੁਜਰ ਕੌਰ ਨੂੰ ਚੁੱਕਿਆ ਤੇ ਜੋਰਾਵਰ ਸਿੰਘ ਨੂੰ ਕੱਲੇ ਸੇਠ ਟੋਡਰ ਮੱਲ ਨੇ ਚੁੱਕਿਆ ਲੈ ਵੇ ਗੰਗੂ ਪਾਪੀਆ ਲਾਂਤਾ ਸੰਭਾਲ ਓਏ ਗੰਗੂ ਵਰਗਿਆਂ ਨੂੰ ਲਾਂਤਾਂ ਪੈਂਦੀਆਂ ਕਹਿੰਦੇ ਜੋਰਾਵਰ ਸਿੰਘ ਨੂੰ ਚੁੱਕਿਆ ਸੇਠ ਟੋਡਰ ਮੱਲ ਨੇ ਤੇ ਫਤਿਹ ਸਿੰਘ ਨੂੰ ਚੁੱਕਿਆ ਸੇਠ ਟੋਡਰ ਮੱਲ ਦੀ ਘਰ ਵਾਲੀ ਨੇ ਚਾਰ ਜਣਿਆਂ ਨੇ ਮੋਢਾ ਨਹੀਂ ਲਾਇਆ ਜਿਵੇਂ ਸੁੱਤਾ ਪਿਆ ਨਿਆਣਾ ਨਹੀਂ ਬੀਬੀ ਉਹ ਚੁੱਕ ਲੈਂਦੀਆਂ ਵੀ ਬੱਚਾ ਸੌਂ ਜੇ ਤੇ ਸੁੱਤੇ ਨੂੰ ਐ ਚੱਕ ਲਈਦਾ ਮੋਢੇ ਤੇ ਐ ਫਤਿਹ ਸਿੰਘ ਨੂੰ ਲਾਸ਼ ਐ ਚੁੱਕ ਕੇ ਸੇਠ ਟੋਡਰ ਮੱਲ ਦੇ ਘਰ ਵਾਲੀ ਲੈ ਗਏ ਤੇ ਜੋਰਾਵਰ ਸਿੰਘ ਨੂੰ ਸੇਠ ਟੋਡਰ ਮੱਲ ਨੇ ਆਪ ਚੱਕਿਆ ਮਾਤਾ ਗੁਜਰ ਕੌਰ ਨੂੰ ਚਾਰ ਮਜ਼ਦੂਰ ਲਾ ਕੇ ਕਈਆਂ ਨੇ ਲਿਖਿਆ ਕਿ ਮੋਤੀ ਰਾਮ ਤੇ ਉਹਦੇ ਘਰ ਵਾਲੀ ਵੀ ਨਾਲ ਲੱਗੇ ਸੀ ਪਰ ਕਹਿੰਦੇ ਐਦਾਂ ਚੱਕ ਕੇ ਉਦੋਂ ਇੱਕ ਬੰਦਾ ਮਗਰ ਨਹੀਂ ਸੀ ਤੁਰਿਆ ਉਦੋਂ ਇੱਕ ਨਹੀਂ ਸੀ ਤੁਰਿਆ ਅੱਜ ਜਾ ਕੇ ਵੇਖਿਓ 27 ਤਰੀਕ ਨੂੰ ਲੱਖਾਂ ਮਗਰ ਮਗਰ ਤੁਰਦੇ ਆ ਗੁਰੂ ਗ੍ਰੰਥ ਸਾਹਿਬ ਅੱਗੇ ਅੱਗੇ ਜਾਂਦੇ ਹੁੰਦੇ ਆ ਐ ਲੱਗਦਾ ਹੁੰਦਾ ਵੀ ਮਗਰ ਮਗਰ ਤੁਰਦੇ ਆ ਅਸੀਂ ਸਾਹਿਬਜ਼ਾਦਿਆਂ ਤੇ ਸਾਹਿਬਜ਼ਾਦਿਆਂ ਦੀ ਜੈ ਜੈਕਾਰ ਹੋਣੀ ਹੁੰਦੀ ਹੈ ਗੰਗੂ ਵਰਗੀਆਂ ਲਾਣਤੀਆਂ ਨੂੰ ਲਾਂਤਾਂ ਹੀ ਪੈਂਦੀਆਂ ਰਹਿਣਗੀਆਂ ਪੜਿਓ ਆ ਸੁਣੋ ਇੱਕ ਵਾਰ ਪਿਆਰਿਓ ਜਿੱਥੇ ਇੰਨਾ ਚਿਰ ਬੈਠੇ ਹੋ ਸਿਰਫ 2-3 ਮਿੰਟ ਬੈਠੋ ਫਿਰ ਆਪਾਂ ਸਮਾਪਤੀ ਕਰਦੇ ਹਾਂ ਇਕਾਗਰਤਾ ਬਣਾਇਓ ਬਣਾ ਕੇ ਰੱਖਿਓ 4:13 ਮਿੰਟ ਹੋ ਗਏ ਬਸ 15 ਕੁ ਮਿੰਟ ਤੇ ਆਪਾਂ ਮੈਂ ਤੁਹਾਨੂੰ ਕਿਹਾ ਸੀ 4:15 ਆਪਾਂ ਪੋਕ ਪਾ ਦੇ ਲੇਟ ਨਹੀਂ ਕਰਦੇ ਅੱਜ ਵੈਸੇ ਹੀ ਥੋੜੇ ਥੋੜੇ ਬੱਦਲ ਨੇ ਟਾਈਮ ਬਹੁਤਾ ਜ਼ਿਆਦਾ ਨਹੀਂ ਹੋਇਆ ਟਾਈਮ ਤੇ ਉਹਨਾਂ ਕੀ ਹੋਇਆ ਬਸ ਆਹ 2-3 ਮਿੰਟ ਤੁਸੀਂ ਤਿਆਰ ਵੇ ਗੰਗੂ ਤੇਰੇ ਵਰਗਿਆਂ ਨੂੰ ਲਾਂਤਾਂ ਹੀ ਪੈਣਗੀਆਂ ਸੰਭਾਲ ਲਈ ਬਸ ਆਹੀ ਰਹਿ ਗਿਆ ਤੇਰੇ ਲੈ ਵੇ ਗੰਗੂ ਪਾਪੀਆ
लान ता संभाल वे निहाज शहीद हो गे गोबिंद दे लाल वे निहाज शहीद हो गे गोबिंद लाल वे बच्चियां दे दिला दिया तड़कना खलो गईया तैनु कादा दुख तेरे दिल दिया हो गईया तैनु कादा दुख तेरे दिल दिया हो गईया आज खुशी नाल चली आज खुशी नाल चली मस्ती दी चाल वे निहाज शहीद हो गे गोबिंद लाल वे निहाज शहीद हो गे गोबिंद लाल वे बेगानियां सी किसे मां दे लाल सी तेनू की है तेरे लई दुश्मन दे बाल सी तेनू की है तेरे लई दुश्मन दे बाल सी ओ वेचिया इमान वेचिया इमान पुंता फिर कादा ख्याल वे निहाज शहीद हो गे गोबिंद लाल वे निहाज शहीद हो गे गोबिंद लाल वे सुवास्ता प्यारे हो गुरु गोबिंद सिंह दे लालां दा सिंह सजो बाणी पढ़ो पखंडवाद तो दूर होवो बाबे बनाना ते इन्हां नूं बाबे कहो स्वाद आवे बाबे कहण दा साडा बाबा है बाबा जोरावर सिंह बाबा सिंघो गज के कहो बाबा जोरावर सिंह बाबा फतेह सिंह आ ने साडे बाबे आ कोई पखंडी बाबे ने जेडे कहिंदे मत्थे टेको सानू जेडे अपने मगर लाउण वाले ने इन्हां दा खेड़ा छड्डो गुरु ग्रंथ साहिब दे लड़ लगो सो अपने नेड़े आ पिंड राय किला रायपुर इत्थे दीवान दिते है हां कीती है अजे फरवरी दे महीने हुण दसंबर चलदा है फरवरी दे लास्ट वीक जां फिर मार्च दे शुरू विच हुण तो जनवरी फरवरी समझ लो तकरीबन दो क महीनिया तक दो सवा दो महीनों तक किला रायपुर विच रात दे दीवान तीन दिन होणगे संगतां चेता रखियो डेटां जिहड़ियां ने तुहानूं इश्तिहारां राहीं सारा कुछ पता लग जाएगा सो बाकी इस नगर की संगत वालों भी कहा गया कि प्रोग्राम सानूं अगले साल दे भी फिर रखे जाण चलो जिउंदे रहे ते महाराज ने कृपा की ते जरूर आ मैनूं चंगा लगदा पखोवाल दीवान लाणा मैनूं आप नूं भी चंगा लगदा
ਸੋ ਆਪਾਂ ਜਿਉਂਦੇ ਰਹੇ ਅਗਲੇ ਸਾਲ ਫਿਰ ਮਿਲਾਂਗੇ ਪਤਾ ਨਹੀਂ ਕਿੰਨੇ ਵਿੱਚ ਹੋਵਾਂਗੇ ਕਿੰਨੇ ਨਹੀਂ ਘੜੀ ਦਾ ਪਤਾ ਨਹੀਂ ਹੁੰਦਾ ਪਰ ਆਓ ਤਕੜੇ ਹੋ ਕੇ ਪਿਆਰਿਓ ਗੁਰਬਾਣੀ ਪੜੋ ਆਪਣੇ ਮਨ ਨੂੰ ਸਮਝਾਓ ਕੱਲੀ ਕੱਲੀ ਗੱਲ ਚੇਤਾ ਰੱਖਿਆ ਕਰੋ ਕੱਲ ਵਾਲਾ ਦੀਵਾਨ ਦੁਬਾਰਾ ਦੁਬਾਰਾ ਸੁਣੋ ਨੈੱਟ ਦੇ ਉੱਤੇ ਵੀ ਹੁੰਦਾ ਹੈ ਕਈ ਗੱਲਾਂ ਗਿਆਨ ਦੇਣ ਦਾ ਵਿਸ਼ਾ ਹੈ ਲੈਣ ਦਾ ਵਿਸ਼ਾ ਦੇਣ ਦਾ ਵਿਸ਼ਾ ਨਹੀਂ ਅੱਜ ਵੀ ਜਿਹੜੀ ਗੱਲ ਕਹੀ ਵੀ ਸੱਚ ਤੇ ਝੂਠ ਦਾ ਪਤਾ ਟੀਚੇ ਤੋਂ ਲੱਗਦਾ ਹੈ ਗਲਤ ਠੀਕ ਕੁਛ ਨਹੀਂ ਹੁੰਦਾ ਇਹੋ ਜਿਹੀਆਂ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ ਤਾਂ ਜਾ ਕੇ ਸਾਰਾ ਕੁਝ ਪਤਾ ਲੱਗਦਾ ਹੈ ਸੋ ਆਓ ਗੁਰੂ ਜੀ ਜਾਣਗੇ ਫਿਰ ਚੱਲਦੇ ਆ ਭਾਈ ਸਤਿਗੁਰ ਜੀ ਅੱਗੇ ਅੱਗੇ ਜਾਣਗੇ ਫਿਰ ਜਾਣਾ ਦੂਰ ਤੱਕ ਕਈਆਂ ਨੇ ਗੱਡੀਆਂ ਪੱਖੋਵਾਲ ਦੇ ਕਈ ਪਾਸੇ ਦੂਰਾਂ ਦੂਰ ਦੂਰ ਤੱਕ ਟਰਾਲੀਆਂ ਗੱਡੀਆਂ ਖੜੀਆਂ ਹੈ ਜਿੱਥੇ ਜਿੱਥੇ ਤੱਕ ਆਰਾਮ ਨਾਲ ਤੁਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਚਾਲਾ ਪਾਇਓ ਬਿਲਕੁਲ ਕਾਲ ਨਾ ਕਰਿਓ ਆਪਣੇ ਬੱਚਿਆਂ ਦਾ ਖਿਆਲ ਰੱਖਿਓ ਬੱਚਿਆਂ ਨੂੰ ਨਾਲ ਸੰਭਾਲ ਕੇ ਰੱਖਿਓ ਗਹਿਣਿਆਂ ਦਾ ਪਰਸ ਮੋਬਾਈਲ ਆਪਣੇ ਸੰਭਾਲ ਕੇ ਰੱਖਿਓ ਪਰਮੇਸ਼ਰ ਦੁਆਰ ਜਿਹੜੇ ਹਰ ਮਹੀਨੇ ਦੀਵਾਨ ਤੇ ਹਾਜ਼ਰੀ ਭਰਦੇ ਹੈ 7 ਜਨਵਰੀ ਦਾ ਐਤਵਾਰ ਦਾ ਦੀਵਾਨ ਦੁਪਹਿਰ ਦਾ ਲੱਗੇਗਾ ਚੇਤਾ ਰੱਖਿਓ 7 ਜਨਵਰੀ ਐਤਵਾਰ ਦਾ ਦੁਪਹਿਰ ਦਾ ਪ੍ਰੋਗਰਾਮ ਹੋਏਗਾ ਜਿਨ੍ਹਾਂ ਕੋਲ ਸਮਾਂ ਹੋਵੇ ਦਰਸ਼ਨ ਦਿਓ ਆਓ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਸਤਿਗੁਰ ਜੀ ਦਾ ਕੋਟਾਨ ਕੋਟ ਵਾਰ ਸ਼ੁਕਰ ਹੈ ਜਿਨ੍ਹਾਂ ਨੇ ਰਲ ਮਿਲ ਬੈਠਣ ਦਾ ਸਾਨੂੰ ਸਮਾਂ ਦਿੱਤਾ ਜੋ ਸੁਣਿਆ ਪੱਲੇ ਬੰਨ੍ਹ ਕੇ ਰੱਖਿਓ ਪਿਆਰਿਓ ਝੋਲੀ ਪਵਾ ਕੇ ਲਜਾਇਓ ਇੱਦਾਂ ਹੀ ਨਾ ਹੋ ਜੇ ਝਾੜ ਕੇ ਤੁਰ ਜਾਓ ਕਿਤੇ ਜੋ ਸੁਣਿਆ ਇਹਨੂੰ ਦਿਮਾਗ 'ਚ ਰੱਖਿਓ ਛੱਡਿਓ ਨਾ ਆਓ ਗੱਜ ਕੇ ਰਾਮ ਕਲੀ ਮੁੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਹੈ ਮਹਿਮਾ ਏ ਸਤਿਗੁਰੂ ਮੈਂ ਪਾਇਆ ਸੇਤੀ ਮਨ ਵਧੀਆਂ ਵਾਧਾਈਆਂ ਆਗਰਤਨ ਸਰਵਾਰ ਭਰੀਆਂ ਸ਼ਬਦ ਗਾ ਬਣਾਈਆਂ ਓ ਪੰਗਾ ਬੁਹਾਰੀ ਤੇਰਾ ਮਨ ਜਨੀ ਵਸਾਇਆ ਮਹਿ ਨਾਨ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਮ ਅਰਦਾਸ ਹੋ ਮਨ ਮੇਰੇ ਤੂੰ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਾਚਾ ਆ ਮੇਰਾ ਆਧਾਰੋ ਸਾਚ ਨਾਮ ਆਧਾਰੀਆ ਜਿਨ ਕੋ ਪਾ ਸਭ ਗਵਾਈਆ ਹਰ ਸਾਥ ਸੁਖ ਮਨਾਇ ਵਸੇ ਅਜ ਨੀਚਾ ਸਭ ਸੁਣਾਈਆ ਸਾਧੂ ਦਾ ਤਾ ਗੁਰ ਵਿਕਰਾ ਜਿਸ ਕੀ ਆਏ ਬਣਾਈਆ ਮੈਂ ਹੈ ਨਾਮ ਸੁਣੋ ਸਭ ਕੋ ਸਭ ਕਰੋ ਪਿਆ ਨੋ ਸਾਚਾ ਆ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤੇ ਹਰ ਸੁਣਾ ਜੈ ਹਰ ਸਭਾ ਕੈ ਸ਼ਬਦ ਵਾਜੇ ਕਲਾ ਕਰ ਸਾਰੀਆ ਅਨੂਤ ਦਵਾਸ ਕੀਤੇ ਕਾਲ ਪੰਜ ਤੁਮਾਰਿਆ ਮੁਦਰੇ ਸੁਣੀ ਸੱਚੀ ਬਾਣੀ ਸੰਤ ਸਾਜ ਪਏ ਸੱਚ ਪੂਰੇ ਗੁਰਦੇ ਜਾਣੀ ਸੁਣਦੇ ਸੁਣੀ ਕਹਿੰਦੇ ਸੰਤ ਰਹੇ ਅਮਰ ਪੂਰੇ ਬੰਦਨ ਗੁਰਦਨ ਲਾਗੇ ਵਾਜੇ ਅਮਰ ਸਭੋ ਨੂਰ ਰੂਪਾਣੀ ਨੇ ਪੋਥੀਆਂ ਲੈਣੀਆਂ ਐਤਵਾਰ ਪਰਸੋਂ ਕੱਲ ਨੂੰ ਐਤਵਾਰ ਉਹ ਆਪਣੇ ਆਈ ਕਾਰਡ ਨਾਲ ਲੈ ਕੇ ਆਇਓ ਜ਼ਰੂਰ ਕੋਈ ਪਛਾਣ ਪੱਤਰ ਆਈ ਕਾਰਡ ਜ਼ਰੂਰ ਨਾਲ ਲੈ ਕੇ ਆਇਓ ਜਿੰਨੀ ਨਾਮ ਤੇ ਆਇਆ ਗਏ ਨਾਨਕ ਦੇ ਮੁਖ ਉਜਲੇ ਇਹਦੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਉਹ ਜਿੰਨੀ ਨਾਮ ਤੇ
ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਸੋ ਕਹੋ ਟਲ ਗੁਰ ਸੇਵੀਐ ਅਹਿਲ ਸੁਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੂਹੀ ਮਹਲਾ ਪੰਜਵਾਂ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਪਾਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁੱਖ ਨਾ ਸਾ ਤੇਰੀ ਬਖਸ਼ ਨਾ ਮੇਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧੈ ਤੇਰੀ ਸ਼ਰਨ ਤੇਰੇ ਭਰਵਾਸੈ ਪੰਚ ਦੁਸ਼ਟ ਲੈ ਸਦੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।